ਇਹ ਮੁਹੰਮਦ ਸਦੀਕ ਦੀ ਕ੍ਰਿਕਟ ਟੀਮਾਣਾ ਬਣਦੀ ਨਹੀਂ ਸੀ ਤੇ ਪਹਿਲਾਂ 2022 ਦੇ ਵਿੱਚ ਜੈਤੂ ਦੀ ਟਿਕਟ ਦੇ ਉਹ ਦਾਵੇਦਾਰ ਸੀਗੇ ਉਦੋਂ ਨਹੀਂ ਲੈਣ ਦਿੱਤੀ ਤੇ ਹੁਣ ਵੀ ਕਹਿੰਦੇ ਵੀ ਕ੍ਰਿਕਟ ਟੀਮ ਨੇ ਮੁਹੰਮਦ ਸਦੀਕ ਦੀ ਟਿਕਟ ਲਈ ਵਸੇ ਦੂਸਰਾ ਮੈਂ ਕੌਣ ਹਾਂ ਕਹਿੰਦੇ ਫਰੀਦਪੁਰੇ ਤਾਂ ਜੋ ਕਿ ਕੀ ਆ ਉਹੀ ਹੁੰਦਾ ਸਦੀਕ ਸਾਹਿਬ ਦੀ ਪ੍ਰਾਇੋਰਟੀ ਜਿੱਤਣ ਤੋਂ ਬਾਅਦ ਵੀ ਐਜ਼ ਅ ਆਰਟਿਸਟ profession ਦੀ ਰਹੀ ਸਾਡੇ ਲੋਕ ਸੀ ਫਰੀਦਕੋਟ ਦੇ ਉਹ ਇਸ ਗੱਲ ਤੇ ਦੁਖੀ ਸੀ ਕਿ ਯਾਰ MP ਸਾਹਿਬ ਆਉਂਦੇ ਨਹੀਂ MP ਸਾਹਿਬ ਨੂੰ ਬੁਲਾਉਂਦੇ ਆ ਗ੍ਰਾਂਟ ਨਹੀਂ ਮਿਲਦੀ ਚਾਹੇ ਆਰਟਿਸਟ ਹੈ ਚਾਹੇ ਪੋਲੀਟੀਸ਼ੀਅਨ ਹੈ ਜਿੰਨਾ ਚਿਰ ਅੱਜਕੱਲ੍ਹ ਦੇ ਸਮਝ 100% ਆਪਦੇ profession ਨੂੰ ਡੈਡੀਕੇਟਡ ਨਹੀਂ ਉਹ ਦੇਖੋ 100% ਆਪਦੇ profession ਵਾਸਤੇ ਟਾਈਮ ਨਹੀਂ ਤੁਸੀਂ ਉਸ profession ਨੂੰ ਜਸਟੀਫਾਈ ਨਹੀਂ ਕਰ ਸਕਦੇ ਕੀ ਦੋ ਸਰਕਾਰ ਵੀ ਸੀ ਤਾਂ ਅਫਸਰशाही ਨੂੰ ਵੀ ਰੋਕਿਆ ਵਾਦ ਕਿ ਕਿੱਡੇ ਲੋ ਵੱਲੋਂ ਕਿਸੇ ਦੀ ਕੰਮ ਨਹੀਂ ਹੋਉਂਦੇ ਕੁਲਤਾਰ ਸਿੰਘ ਐਮਐਲਏ ਸੀ ਫੋਟਕਪੁਰੇਉ ਜੇਤੋਂ ਤੋਂ ਸਭ ਬਲਦੇਵ ਸਿੰਘ ਪੁੱਛ ਲਓ ਨਾ ਜੀ ਉਹਨਾਂ ਦਾ ਕਿਤੇ ਮੈਨੂੰ ਫੋਨ ਆ ਜਾਂਦਾ ਸੀ ਕਿਸੇ ਕੰਮ ਦੇ ਪਹਿਲ ਦੇ ਅਧਾਰ ਤੇ ਕਰਦਾ ਸੀ ਇਸ ਗੱਲ ਦਾ ਭਾਵੇਂ ਗੁੱਸਾ ਮੰਨਦੇ ਹੋਣ ਕਿ ਯਾਰ ਇਹ ਬੰਦਿਆਂ ਦੇ ਸਿੱਧੇ ਕੰਮ ਕਿਉਂ ਕਰਦੇ ਤੁਹਾਡੇ ਕਾਂਗਰਸ ਦੇ ਪ੍ਰਧਾਨ ਤੇ ਇਹ ਗੱਲ ਇਲਜ਼ਾਮ ਲੱਗਦੀ ਹੈ ਕਿ ਉਹ ਮਿਲ ਵੀ ਆਏ ਉਹਨਾਂ ਨੇ ਸੈਟਿੰਗ ਵੀ ਕਰ ਲਈ ਤੇ ਉਹਨਾਂ ਨੇ ਜੇਲ੍ਹ ਜਾਣ ਦੇ ਡਰ ਤੋਂ ਜਿਹੜਾ ਕਿ ਆਪੋਜੀਸ਼ਨ ਦਾ ਜੋ ਰੋਲ ਅਦਾ ਕਰਨਾ ਹੈ ਉਹ ਕੀਤਾ ਨਹੀਂ ਇਹ ਹਰ ਇੱਕ ਬੰਦੇ ਦੀ ਪਰਸਨਲ ਚੋਇਸ ਸਾਡੇ ਡਿਪਟੀ ਸੀਐਲਪੀ ਲੀਡਰ ਸਾਹਿਬ ਈਸ਼ਾਰਪੁਰ ਵਾਲੇ ਗਏ ਠੀਕ ਹੈ ਉਹਨਾਂ ਨੂੰ ਟਿਕਟ ਵੀ ਆਪਨੇ ਦਿੱਤੀ ਉਹਦੇ ਉਹਨਾਂ ਦੀ ਵੀ ਇਨਕੁਆਇਰੀ ਸੀ ਉਹ ਵੀ ਪਹਿਲਾਂ ਪੰਡ ਲਈ ਫਿਰਦੇ ਸੀ ਕਿ ਵੀ ਆਹ ਦੇਖੋ ਜੀ ਸੰਗਲ ਪਾਈ ਫਿਰਦੇ ਸੀ ਤੇ ਉਹਦੇ ਪਤਾ ਲੱਗਿਆ ਵੀ ਜਦੋਂ ਪੰਡ ਤੇ ਸੰਗਲ ਸਾਰਾ ਤੋਂ ਦੂਜੇ ਫਾਸਤੇ ਚਲੇ ਆ ਗਏ ਉਹੀ ਆ ਨਾ ਫਿਰ ਜਦੋਂ ਸਾਹਮਣੇ ਫਾਈਲ ਰੱਖ ਦਿੰਦੇ ਆ ਫਿਰ ਉਹ ਚੋਇਸ ਆ ਜਾਂਦੀ ਆ ਦੇਖੋ ਉੱਥੇ ਪਰਸਨਲ ਚੋਇਸ ਕਹਿੰਦੇ ਕਿ ਕਿ ਕਿਟ ਲੱਤੇ ਕਲਪਾਰ ਖੰਧਵਾ ਦਾ ਵੀ 70 30 ਸੀ ਤਾਂ ਕਰਕੇ ਕਦੇ ਕਲਪਾਰ ਖੰਧਵਾ ਕੇ ਕਿਟ ਲੰਦੋਂ ਆਵਰੋਜ਼ ਨਹੀਂ ਕਰਦੇ ਸੀ ਕੋਈ ਅਜਿਹਾ ਹੈ ਵੀ ਰੇਤੇ ਚੌਂਕ ਸੇ ਹੋਰ ਚੀਜ਼ ਚ 70 30 ਰਿਹਾ ਹੋਵੇ ਤੁਹਾਡਾ ਸਖਲਤਾਰ ਸਿੰਘ ਵੀ ਕਾਂਗਰਸ ਚ ਹੀ ਗਏ ਤੇ ਮੈਨੂੰ ਅਜੇ ਤੱਕ ਯਾਦ ਆ ਉਹ ਦਿਨ ਇਹ ਕਹਿੰਦੇ ਯਾਰ ਮੈਨੂੰ ਆਪ ਵਾਲੀ ਟਿਕਟ ਦਿੰਦੇ ਮੈਂ ਕਿਹਾ ਜੇ ਐਡਾ ਹੀ ਮਨ ਹੈ ਅਹੀਂ ਮੱਠੀ ਮੈਂ ਕਿਹਾ ਐਡਾ ਹੀ ਮਨ ਹ ਲੜ ਕੇ ਦੇਖ ਲਾ ਮੇਰੇ ਜਨਮ ਤੋਂ ਪਹਿਲਾਂ ਦੀ ਮੇਰੀ ਸਾਡੀ ਟਰਾਂਸਪੋਰਟ ਮੇਰੇ ਜਨਮ ਤੋਂ ਪਹਿਲਾਂ ਉਹਦੇ ਸਾਡੇ ਪٹرول ਪੰਪ ਹੈ ਮੇਰੇ ਜਨਮ ਤੋਂ ਪਹਿਲਾਂ ਦੀ ਮੇਰੀਆਂ ਜ਼ਮੀਨਾਂ ਠੀਕ ਹੈ ਉਸ ਤੋਂ ਬਾਅਦ ਵੀ ਜਿੰਨੇ ਕਾਰੋਬਾਰ ਹੈ ਉਹ ਸਾਡੇ ਦਾ ਸਾਰੇ ਕਾਰੋਬਾਰ ਹੈ ਦੇਖੋ ਅਸੀਂ ਪਰਿਵਾਰ ਦੇ ਸਾਰੇ ਜੀ ਇਨਕਮ ਟੈਕਸ ਪਈ ਹੈ ਸਾਖਲਤਾਰ ਸਿੰਘ ਦਾ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਕਾਰੋਬਾਰ ਮੇਰੀ ਹਿੱਸੇਦਾਰੀ ਜੇ ਮੇਰੇ ਕੋਲ ਸੇ ਕਾਰੋਬਾਰ ਚਾ ਤਾਂ ਮੇਰੀ ਤਾਂ ਪ੍ਰੋਫੈਸ਼ਨਲ ਬੰਦਿਆਂ ਦਾ ਜਿਹੜੇ ਕਾਰੋਬਾਰ ਕਿਸੇ ਸਿਆਸੀ ਬੰਦੇ ਨਾਲ ਨਾ ਹਿੱਸੇਦਾਰੀ ਰੱਖੀ ਹੈ ਨਾ ਇਹ ਨਵਦੀ ਹੁੰਦੀ ਜਦੋਂ ਇੱਕ ਮੁੱਖ ਮੰਤਰੀ ਪਰਸਨਲ ਏਜੰਡੇ ਤੇ ਲੱਗਿਆ ਹੋਵੇ ਕਿ ਇਸ ਬੰਦੇ ਨੂੰ ਠੋਕਣਾ ਹੀ ਠੋਕਣਾ ਤੇ ਇੱਕ ਸਾਲ ساری ਵਿਜੀਲੈਂਸ ਉਹਨੂੰ ਛਾਣਬੀਣ ਕਰ ਲੇ ਤੇ ਤੁਸੀਂ ਅਮ ਜਿਹੜਾ ਇਹਨਾਂ ਨੇ ਮੇਰੇ ਤੇ ਕੇਸ ਕੀਤਾ ਉਹ ਚਲਾਨ ਤਾਂ ਪੜੋ ਮੜਾ ਕਿੱਧਰ ਗਏ ਰਿੱਤੇ ਕਿੱਧਰ ਗਏ ਬਾਕੀ ਕੋਈ ਕਿੱਥੇ ਹੈ ਕਿੱਤੇ ਦੱਬ ਇਹ ਵੀ ਇੱਕ ਚਰਚਾ ਹੈ ਕਿ ਜਿੱਦੇ ਲੋਕੋਰੇ ਵੀ ਭਗਵੰਤ ਮਾਨ ਦਾ ਪੁਰਾਣਾ ਰਾਜ ਹੈ ਕਿ ਅਜੇ ਇਹ ਹੀ ਗੱਲ ਹੈ ਸਭ ਭਗਵੰਤ ਸਿੰਘ ਮਾਨ ਨੂੰ ਪਹਿਲੇ ਦਿਨ ਖਟਕਰਕਲਾ ਮੈਂ ਲੈ ਕੇ ਗਿਆ ਜਦੋਂ ਅਸੀਂ ਰੈਲੀ ਕੀਤੀ ਮੇਰੀ ਗੱਡੀ 'ਚ ਬੈ ਕੇ ਗਏ ਕਿ ਜੋ ਮੈਂ ਮਾਨ ਸਾਹਿਬ ਦਾ ਦੇਖਿਆ ਮੈਂ ਤਾਂ ਮਹਿਸੂਸ ਕਰ ਲਿਆ ਸੀ ਕਿ ਜੋ ਇਹ ਕਹਿੰਦੇ ਆ ਉਹ ਹੈ ਨਹੀਂ ਮਨਪ੍ਰੀਤ ਨੂੰ ਪਰ ਮੈਂ ਜਾਣ ਲੱਗੇ ਗੱਲ ਕਹੀ ਸੀ ਜੋ ਮੈਂ ਬੀਬੀ ਵੀ ਛੱਡੀ ਸੀ ਕਿ ਮੇਰੀ ਗੱਲ ਯਾਦ ਰੱਖੀ ਖੁਦਾ ਨਾ ਖਾਸਾ ਜਿੱਦਣੇ ਦੇ ਹੱਥ 'ਚ ਕੋਈ ਆ ਗਿਆ ਨਾ ਤੇ ਇਹਨੇ ਉਹ ਗੱਲ ਕਰਨੀ ਆ ਉਹ ਪੁਰਾਣੀ ਕਹਾਵਤ ਆ ਨਾ ਕਿ ਮਾਂ ਮਾਂ ਦਾ ਪੁੱਤ ਥਣੇਦਾਰ ਬਣ ਗਿਆ ਉਹ ਕਹਿੰਦੀ ਸ਼ਾਬਾਸ਼ ਪੁੱਤ ਕੀ ਕਰੇਗਾ ਕਹਿੰਦਾ ਕੋਈ ਨਹੀਂ ਤੇਰੇ ਹੀ ਵਟ ਕੱਢੂਗਾ ਬੀਜੇਪੀ ਵੱਲੋਂ ਆਇਆ ਸਦਾ ਕਿਉਂਕਿ ਅੱਜਕੱਲ ਬੀਜੇਪੀ ਦਾ ਹੀ ਦੌਰ ਚੱਲ ਰਿਹਾ ਬਹੁਤ ਜ਼ਿਆਦਾ ਦੇਖੋ ਕਿ ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਵੀ ਮੇਰੇ ਘਰੇ ਏਸੀ ਸੀ ਮਨਮਤ 73 ਦੀ ਗੱਲ ਕਰਦਾ ਉਦੋਂ ਏਸੀ ਕਿਸੇ ਨੇ ਸੁਣਿਆ ਨਹੀਂ ਸੀ ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਵੀ ਮੇਰੇ ਪਿਓ ਕੋਲ ਨਵੀਂ ਕਾਰ ਸੀ ਮੇਰੇ ਪ੍ਰਦਾਦੇ ਕੋਲ ਉਹ ਫਰਸਟ ਸਿੱਖ ਜੱਜ ਸੀ ਲਾਹੌਰ ਬਾਬਾ ਖੜਕ ਸਿੰਘ ਉਹਨਾਂ ਕੋਲ ਲਾਹੌਰ ਵੀ ਬਿਫੋਰ ਪਾਰਟੀਸ਼ਨ ਤੋਂ ਆਪਦੀ ਕਾਰ ਸੀ ਅਜਾ ਹੁਣ ਸਮਾਂ ਇਹ ਆ ਗਿਆ ਕਿ ਜੇ ਅੱਜ ਭੱਜਦੇ ਅਗਲੇ ਕਹਣਗੇ ਭਗਵੰਤ ਮਾਨ ਤੋਂ ਡਰਦੀ ਭੱਜ ਗਏ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਮਾਹੌਲ ਪੱਕ ਚੁੱਕਿਆ ਤੇ ਦੇਸ਼ ਪੱਤਰ ਦੇ ਉੱਤੇ ਵੀ ਇਹ ਚੋਣਾਂ ਮਹੱਤਵਪੂਰਨ ਨੇ ਇਹਨਾਂ ਚੋਣਾਂ ਨੂੰ ਲੈ ਕੇ ਚਰਚਾ ਆਵਾ ਕਈ ਤਰ੍ਹਾਂ ਦੀਆਂ ਨੇ ਇੱਕ ਚਰਚਾ ਤਾਂ ਇਹ ਵੀ ਹੈ ਕਿ ਇਹ ਚੋਣਾਂ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ਦੇ ਸੰਵਿਧਾਨ ਜਾਂ ਦੇਸ਼ ਦੀ ਜਿਹੜੀ ਹੈ ਸੈਕੂਲਰਿਜ਼ਮ ਹੈ ਜਾਂ ਦੇਸ਼ ਦੀ ਧਾਰਨ ਪਰਖਤਾ ਉਹਨੂੰ ਖਤਰਾ ਹੋਵੇਗਾ ਇਹ ਗੱਲ ਦਾ ਪ੍ਰਚਾਰ ਕਾਂਗਰਸ ਵੀ ਵੱਡੇ ਪੱਧਰ ਤੇ ਕਰ ਰਹੀ ਹੈ rahul gandhi ਵੀ ਜਿੱਥੇ ਜਾਂਦੇ ਆ ਉਹ ਇਹ ਗੱਲ ਕਰਦੇ ਆ ਕਿ ਜੇਕਰ ਇਸ ਵਾਰ ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਹਿੱਸਾ ਨਾ ਲਿਆ ਤੁਸੀਂ ਇਸ ਵਾਰ ਦੇ ਇਲੈਕਸ਼ਨਾਂ ਨੂੰ ਸਹੀ ਤਰੀਕੇ ਨਾਲ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਇੱਥੇ ਇਲੈਕਸ਼ਨ ਹੀ ਨਾ ਹੋਣ ਤਾਂ ਇਹ ਚਰਚਾ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਿਸ ਤਰੀਕੇ ਨਾਲ ਕਾਂਗਰਸ ਪੰਜਾਬ ਦੇ ਵਿੱਚ ਕੰਮ ਕਰੇਗੀ ਕਿਸ ਤਰੀਕੇ ਨਾਲ ਕਾਂਗਰਸ ਆਪ ਦੇ ਵਰਕਰਾਂ ਨੂੰ ਜਾਂ ਵੋਟਰਾਂ ਨੂੰ ਮੁੜ ਤੋਂ ਆਪਦੇ ਵੱਲ ਖਿੱਚਣ ਨੂੰ ਲੈ ਕੇ ਆਵੇਗੀ ਕਿਉਂਕਿ 2022 ਦੇ ਵਿੱਚ ਵੱਡੇ ਪੱਧਰ ਤੇ ਕਾਂਗਰਸ ਦੀ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਗਈ ਸੀ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਐਮਐਲਏ ਕੁਸ਼ਲਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਇਹਨਾਂ ਇਲੈਕਸ਼ਨਾਂ ਨੂੰ 2024 ਦੇ ਇਲੈਕਸ਼ਨ ਨੂੰ ਪੰਜਾਬ ਤੇ ਇੰਡੀਆ ਲੈਵਲ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਬਹੁਤ ਹੀ ਮਹੱਤਵ ਇੰਡੀਆ ਲੈਵਲ ਤੇ ਤਾਂ ਬੀਜੇਪੀ ਦਾ ਜਿਹੜਾ ਅਜੰਡਾ ਹੈ ਜੀ ਉਹ ਸਾਡੇ ਮੁਤਾਬਕ ਦੇਸ਼ ਵਾਸਤੇ ਇੱਕ ਬਹੁਤ ਮਾੜਾ ਅਜੰਡਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣਾ ਦੇਸ਼ ਬਹੁਤ ਧਰਮ ਇਹਦੇ ਵਿੱਚ ਲੋਕ ਪ੍ਰੈਕਟਿਸ ਕਰਦੇ ਆ ਆਪਣੇ ਦੇਸ਼ ਵਿੱਚ ਜੀ ਮਿਨੋਰਟੀਜ਼ ਬਣੀਆਂ ਆਪਣੇ ਦੇਸ਼ ਵਿੱਚ ਮੁਸਲਮਾਂ ਭਾਵੇਂ ਮਿਨੋਰਟੀ ਚ ਪਰ ਉਹਨਾਂ ਦੀ ਤਦਾਦ ਬਹੁਤ ਵੱਡੀ ਹੈ ਜੀ ਕ੍ਰਿਸਚੀਅਨ ਪਰ ਮਿਨੋਰਟੀ ਚੋਂ ਤਦਾਦ ਬਹੁਤ ਵੱਡੀ ਹੈ ਸਿੱਖ ਮਿਨੋਰਟੀ ਵਿੱਚ ਜੈਨੀ ਬੁੱਧੀ ਮਤਲਬ ਬਹੁਤ ਇਹੋ ਜਿਹੇ ਰਿਲੀਜੀਅਨ ਆ ਜਿਹੜੇ ਮਿਨੋਰਟੀਜ਼ ਚ ਜੀ ਸੋ ਸਭ ਤੋਂ ਸੁੰਦਰ ਚੀਜ਼ ਆਪਣੇ ਦੇਸ਼ ਦੀ ਇਹ ਹੈ ਕਿ ਸ਼ੁਰੂ ਤੋਂ ਜਦੋਂ ਦਾ ਇਹ ਦੇਸ਼ ਵਸਿਆ ਸਾਰੇ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਆ ਤੇ ਸਾਰੇ ਹੀ ਇੱਕ ਦੂਜੇ ਦੇ ਧਾਰਮਿਕ ਫੰਕਸ਼ਨਾਂ ਵਿੱਚ ਸ਼ਾਮਲ ਹੁੰਦੇ ਤੇ ਇੱਜ਼ਤ ਮਾਨ ਕਰਦੇ ਆ ਤੇ ਹਰੇਕ ਧਰਮ ਦੂਜੇ ਧਰਮ ਨੂੰ ਸਪੇਸ ਦਿੰਦਾ ਜੀ ਅਗਰ ਜੇ ਕਿਤੇ ਪਿਛਲੇ ਸਮੇਂ ਦੌਰਾਨ ਕੋਈ ਪ੍ਰੋਬਲਮ ਆਈ ਤਾਂ ਬਹੁਤ ਜਲਦ ਲੋਕਾਂ ਨੇ ਉਸ ਪ੍ਰੋਬਲਮ ਦਾ ਹੱਲ ਕਰਕੇ ਤੇ ਉਵੇਂ ਖੁਸ਼ੀ ਇਕੱਠੇ ਵਸਦੇ ਰਹੇ ਜੀ ਤੁਸੀਂ ਕੋਈ ਵੀ ਤੁਸੀਂ ਛੱਡੋ ਦੇਸ਼ ਦੀ ਗੱਲ ਤੁਸੀਂ ਇਸ ਦੇਸ਼ ਵਿੱਚ ਕੋਈ ਮੁਹੱਲਾ ਲੈ ਲਓ ਛੋਟਾ ਜਿਹਾ ਜੀ ਤੁਹਾਨੂੰ ਉਸੇ ਮੁਹੱਲੇ ਵਿੱਚ ਵੀ ਇੱਕ ਗਲੀ ਵਿੱਚ ਕਈ ਰਿਲੀਜੀਅਨ ਦੇ ਲੋਕ ਉਹ ਤਰ੍ਹਾਂ ਦੇ ਮਿਲਣਗੇ ਜੀ ਸੋ ਇੱਥੇ ਤੁਸੀਂ ਇਸ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਹੈ ਉਹ ਹੈਗੀ ਸੈਕੂਲਰਿਜ਼ਮ ਜੀ ਸੋ ਭਾਜਪੀ ਜਿਹੜਾ ਏਜੰਡੇ ਤੇ ਚੱਲ ਰਹੀ ਹੈ ਉਹ ਸੈਕੂਲਰਿਜ਼ਮ ਨੂੰ ਬਹੁਤ ਵੱਡਾ ਖਤਰਾ ਹੈ ਜੀ ਸਭ ਤੋਂ ਮੈਂ ਸਿੱਧੂ ਸਾਹਿਬ ਗੱਲ ਜ਼ਰੂਰੀ ਕਹਿਣਾ ਚਾਹੁੰਦਾ ਕਿਉਂਕਿ ਮੈਂ ਹਿਸਟਰੀ ਦਾ ਸਟੂਡੈਂਟ ਰਹਾ ਹਾਂ ਜੀ ਦੁਨੀਆਂ 'ਚ ਕਿਤੇ ਵੀ ਦੇਖਿਆ ਗਿਆ ਜਦੋਂ ਕਿਸੇ ਮжоਰਿਟੀਜ਼ਮ ਨੇ ਮਿਨੋਰਿਟੀਜ਼ ਨੂੰ ਇਨਸਿਕਿਉਰ ਕੀਤਾ ਜੀ ਤੇ ਜਿਹੜੀ ਉਹ ਇਨਸਿਕਿਉਰਿਟੀ ਹੈ ਅਲਟੀਮੇਟਲੀ ਉਹਨੇ ਉਸ ਦੇਸ਼ ਦਾ ਨੁਕਸਾਨ ਕਰ ਦਿੱਤਾ ਕਿਉਂਕਿ ਜੇ ਦੇਸ਼ ਨੇ ਤਰੱਕੀ ਕਰਨੀ ਹੈ ਤੇ ਇਨਸਿਕਿਉਰ ਮਿਨੋਰੀਟੀਆਂ ਹੋਣ ਦਾ ਦੇਸ਼ ਤਰੱਕੀ ਨਹੀਂ ਕਰ ਸਕਦਾ ਇਹ ਗੱਲ ਆਪਾਂ ਨੂੰ ਸਮਝਣੀ ਪਊਗੀ ਜਿੰਨਾ ਚਿਰ ਇਸ ਦੇਸ਼ ਦਾ ਹਰ ਇੱਕ ਨਾਗਰਿਕ ਆਪਦੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰੂਗਾ ਇਹ ਨਹੀਂ ਮਹਿਸੂਸ ਕਰੂਗਾ ਕਿ ਮੇਰਾ ਦੇਸ਼ ਹੈ ਤੇ ਮੈਨੂੰ ਅਧਿਕਾਰ ਹੈ ਆਪਦੇ ਰਿਲੀਜੀਅਨ ਨੂੰ ਜੋ ਮੈਂ ਚਾਹਣਾ ਉਸ ਰਿਲੀਜੀਅਨ ਨੂੰ ਫੋਲੋ ਕਰਾਂ ਜੋ ਮੈਂ ਚਾਹਨਾ ਮੈਂ ਕਰਾਂ ਉਹਨਾਂ ਚਿਰ ਇਸ ਖਾਸ ਕਰਕੇ ਇਸ ਦੇਸ਼ ਦੇ ਸੰਵਿਧਾਨ ਚ ਰਹਿ ਕੇ ਕਿ ਉਹਨਾਂ ਚਿਰ ਇਹ ਦੇਸ਼ ਤਰੱਕੀ ਨਹੀਂ ਕਰ ਸਕਦਾ ਪਰ ਬੀਜੇਪੀ ਬਹੁਤ ਇੱਕ ਇਹੋ ਜਿਹਾ ਏਜੰਡੇ ਨੂੰ ਫੋਲੋ ਕਰ ਰਹੀ ਹੈ ਜਿਹੜਾ ਇਸ ਦੇਸ਼ ਦਾ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਨੁਕਸਾਨ ਕਰ ਸਕਦਾ ਜਿੱਥੇ ਗੱਲ ਪੰਜਾਬ ਦੀ ਹੈ ਪੰਜਾਬ ਚ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇੱਕ ਨਵੇਂ ਨਾਰੇ ਨੂੰ ਵੋਟ ਦਿੱਤੀ ਸੀ ਮੈਂ ਸਮਝਦਾ ਕਿ ਕਮੀਆਂ ਰਹੀਆਂ ਹੋਣਗੀਆਂ ਜੀ ਜਿੰਨੀਆਂ ਪੁਰਾਣੀਆਂ ਸ਼ਾਸਕ ਪਾਰਟੀਆਂ ਸੀ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਸ਼ਰੋਮਨੀ ਕਾਲੀਦਾਲ ਹੈ ਬੀਜੇਪੀ ਹੈ ਚਾਹੇ ਕਮਿਊਨਿਸਟ ਹੈ ਉਹਨਾਂ 'ਚ ਬੜਾ ਲੰਮਾ ਸਮੇਂ ਤੋਂ ਉਹ ਇਸ ਲਾਈਨ 'ਚ ਸੀਗੇ ਪੰਜਾਬ 'ਚ ਕਮੀਆਂ ਰਹੀਆਂ ਹੋਣਗੀਆਂ ਲੋਕਾਂ ਨੂੰ ਕਿਸੇ ਗੱਲਾਂ ਤੇ ਸ਼ਿਕਵੇ ਹੋਣਗੇ ਨਰਾਜ਼ਗੀਆਂ ਹੋਣਗੀਆਂ ਤੇ ਲੋਕਾਂ ਨੇ ਇੱਕ ਨਵੇਂ ਨਾਰੇ ਨੂੰ ਵੋਟ ਪਾਈ ਨਾਰਾ ਬੜਾ ਇੱਕ ਕੈਚੀ ਨਾਰਾ ਸੀ ਜੀ ਕਿਉਂਕਿ ਅੱਜ ਕੱਲ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਬਿਲਕੁਲ ਕਈ ਵਾਰੀ ਸੋਸ਼ਲ ਮੀਡੀਆ ਤੇ ਇਹੋ ਜੀ ਗੱਲ ਚੱਲਦੀ ਹੈ ਜਿਹੜੀ ਹਰੇਕ ਦੇ ਦਿਲ ਨੂੰ ਜੱਜ ਜਾਂਦੀ ਹੈ ਹੂੰ ਉਹ ਨਾਰਾ ਸੀਗਾ ਬਦਲਾਅ ਕਿ ਸਭ ਕੁਝ ਬਦਲ ਦੇਾਂਗੇ ਜੀ ਤੇ ਇੱਕ ਕਿਸਮ ਦਾ ਨਵਾਂ ਪੰਜਾਬ ਸਿਰਜਾਂਗੇ ਤੇ ਜੋ ਹੁੰਦਾ ਆਇਆ ਉਹਨੂੰ ਬਿਲਕੁਲ ਟੋਟਲੀ ਪਾਸੇ ਕਰਕੇ ਅਸੀਂ ਨਵਾਂ ਕੁਝ ਕਰਾਂਗੇ ਜੀ ਜਿਹੜੀਆਂ ਗੱਲਾਂ ਲੋਕਾਂ ਨੂੰ ਕਹੀਆਂ ਗਿਆ ਸੀ ਉਹ ਜਿੱਥੇ ਇੱਕ ਕਿਸਮ ਦਾ ਮੈਂ ਇਹ ਵੀ ਕਹੂੰਗਾ ਕਿ ਲਾਲਚ ਵੀ ਦਿੱਤਾ ਗਿਆ ਜੀ ਇਹ ਮੈਂ ਲਾਲਚ ਕਹੂੰਗਾ ਕਿਉਂਕਿ ਦੇਖੋ ਜਦੋਂ ਆਪਾਂ ਫਾਈਨੈਂਸ਼ੀਅਲ ਬੈਨੀਫਿਟ ਇਲੈਕਸ਼ਨਾਂ 'ਚ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਵੀ ਕਰਦਾ ਜਾਏ ਚਾਹੇ ਸਾਡੀ ਪਾਰਟੀ ਜੇ ਹੋਰ ਪਾਰਟੀਆਂ ਉਹ ਇੱਕ ਕਿਸਮ ਦਾ ਲੋਕਾਂ ਨੂੰ ਆਪਾਂ ਲਿਭਾਉਨੇ ਆ ਸੋ ਇਹਨਾਂ ਨੇ ਤਾਂ ਐਡੇ ਵੱਡੇ ਫਾਈਨੈਂਸ਼ੀਅਲ ਬੈਨੀਫਿਟ ਲੋਕਾਂ ਨੂੰ ਦਿਖਾਏ ਕਿ ਹਰੇਕ ਨੇ ਸੋਚਿਆ ਕਿ ਮੇਰਾ ਮੁੰਡਾ ਸਰਕਾਰ ਬਣਦੇ ਸਾਰ ਨੌਕਰ ਹੋਊਗਾ ਲੇਡੀਜ਼ ਨੇ ਸੋਚਿਆ ਕਿ 1000 ਰੁਪਿਆ ਮਿਲੂਗਾ ਇੱਥੋਂ ਤੱਕ ਕਿ ਅਗਲੇ ਘਰੇ ਸੋਚ ਲੈਂਦੇ ਸੀ ਕਿ ਸਾਡੇ ਘਰੇ ਇੱਕ ਤਾਂ ਮਾਂ ਹੈ ਇੱਕ ਨੋਹ ਹੈ ਇੱਕ ਬੇਟੀ ਹੈ 3000 ਰੁਪਿਆ ਪੱਕਾ ਸਾਨੂੰ ਜੇਬ 'ਚ ਪੈ ਜਾ ਕਰੂਗਾ ਸੋ ਇਸ ਕਰਕੇ ਬੜੇ ਇਹੋ ਜਿਹੇ ਨਾਰੇ ਸੀ ਜਿਹੜੇ ਇਹਨਾਂ ਨੇ ਦਿੱਤੇ ਲੋਕਾਂ ਵਾਸਤੇ ਜਿਵੇਂ ਬੜਾ ਵੱਡਾ ਨਾਰਾ ਦਿੱਤਾ ਸੀ ਇਹਨਾਂ ਨੇ ਕੀ ਐਮਐਸਪੀ ਅਸੀਂ ਪੰਜਾਬ ਵੱਲੋਂ ਦੇਵਾਂਗੇ ਕਿਸਾਨਾਂ ਨੂੰ ਬਹੁਤ ਵੱਡਾ ਨਾਰਾ ਦਿੱਤਾ ਸੀ ਸੋ ਉਹ ਵੀ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੁਝ ਕਰਨਗੇ ਨਵੇਂ ਫੇਸ ਸੀ ਤੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਜਿਹੜੇ ਇਹਨਾਂ ਦੇ ਸੀਐਮ ਦੇ ਕੈਂਡੀਡੇਟ ਸੀ ਮਾਨ ਸਾਹਿਬ ਉਹ ਇੱਕ ਪ੍ਰੋਫੈਸ਼ਨਲ ਆਰਟਿਸਟ ਹੈ ਜੀ ਉਹ ਇੱਕ ਸਟੇਜ ਆਰਟਿਸਟ ਹੈ ਸਟੈਂਡ ਅਪ ਕਮੇਡੀਅਨ ਹੈ ਤੇ ਜਿਹੜੇ ਕੇਜਰੀਵਾਲ ਸਾਹਿਬ ਆ ਮੈਂ ਸਮਝਦਾ ਉਹ ਵੀ ਬੜੇ ਪ੍ਰੋਫੈਸ਼ਨਲ ਆਰਟਿਸਟ ਹੈ ਦੋਨਾਂ ਨੇ ਇੱਕ ਨਵਾਂ ਲਫ਼ਜ਼ ਕੱਢਿਆ ਗਾਰੰਟੀ ਤੇ ਉਸ ਗੱਲ ਨੂੰ ਜੋੜਤਾ ਕਿ ਦੇਖੋ ਜਦੋਂ ਤੁਸੀਂ ਵਾਸ਼ਿੰਗ ਮਸ਼ੀਨ ਲੈਨੇ ਹੋ 2 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਤੇ ਜੇ ਕੋਈ ਖਰਾਬੀ ਆ ਜਾਏ ਤੁਸੀਂ ਬਦਲਾ ਕੇ ਨਵੀਂ ਲੈ ਆਉਨੇ ਹੋ ਤੇ ਇਸ ਕਰਕੇ ਵੀ ਸਾਡੀ ਗਾਰੰਟੀ ਹੈ ਤਾਂ ਲੋਕਾਂ ਨੇ ਸੋਚਿਆ ਕਿ ਗਾਰੰਟੀ ਬੜਾ ਯਾਰ ਵਾਕਈ ਗਾਰੰਟੀ ਗਾਰੰਟੀ ਹੁੰਦੀ ਹੈ ਸੋ ਇਹਨਾਂ ਦੀਆਂ ਗਾਰੰਟੀਆਂ ਨੂੰ ਦੇਖਦੇ ਹੋਏ ਲੋਕਾਂ ਨੇ ਬਹੁਤ ਵੱਡੀ ਜਿੱਤ ਦਿੱਤੀ ਪਰ ਇਸ ਵੇਲੇ ਪੰਜਾਬ ਦਾ ਹਾਲ ਇਹ ਹੈ ਕਿ ਜੇ ਪੰਜਾਬੀਆਂ ਨੇ ਨਾ ਸੋਚਿਆ ਸਮਝਿਆ ਤੇ ਪੰਜਾਬ ਦਾ ਇੱਡਾ ਵੱਡਾ ਸਿੱਧੂ ਸਾਹਿਬ ਨੁਕਸਾਨ ਹੋਊਗਾ ਇਹ ਪੰਜਾਬ ਆਉਣ ਵਾਲੇ 50 ਸਾਲ ਮਗਰ ਪੈ ਜਾਊਗਾ ਜੀ ਮੈਂ ਤੁਲਨਾ ਕਰਨਾ ਚਾਹੁੰਨਾ ਹੂੰ ਦੇਖੋ ਇੱਕ ਕਮੀਡੀਅਨ ਬਣਿਆ ਸੀ ਯੂਕਰੇਨ ਦਾ ਪ੍ਰਧਾਨ ਮੰਤਰੀ ਜ਼ੇਲੈਂਸਕੀ ਹਾਂ ਉਹ ਵੀ ਕਮੀਡੀਅਨ ਸੀ ਉਹਨੇ ਲੋਕਾਂ ਨੂੰ ਬੜੀਆਂ ਗੱਲਾਂ ਸੁਣਾਈਆਂ ਪਰ ਇੱਕ ਨਾ ਮੈਂ ਗੱਲ ਦੇਖੀ ਐ ਜਿਹਨੇ ਸਟੈਂਡ ਅਪ ਆਰਟਿਸਟ ਆ ਇਹਨਾਂ ਦੀ ਈਗੋ ਬੜੀ ਵੱਡੀ ਹੁੰਦੀ ਐ ਬਹੁਤ ਵੱਡੀ ਕੋ ਹੁੰਦੀ ਐ ਇਹਨਾਂ ਚ ਤੇ ਇਹ ਇੱਕ ਇਹਨਾਂ ਦੇ ਦਿਮਾਗ 'ਚ ਗੱਲ ਬਹਿ ਜਾਂਦੀ ਕਿਉਂਕਿ 2-2 3-3 ਘੰਟੇ ਸਟੇਜ ਤੇ ਬੋਲਦੇ ਰਹਿੰਦੇ ਆ ਲਗਾਤਾਰ ਇਹਨਾਂ ਨੂੰ ਕੋਈ ਰੋਕਦਾ ਟੋਕਦਾ ਨਹੀਂ ਇਹ ਆਪ ਹੀ ਬੋਲੀ ਜਾਂਦੇ ਐ ਇੱਕ ਤਾਂ ਇਹਨਾਂ ਨੂੰ ਆਪ ਦੀ ਆਵਾਜ਼ ਬੜੀ ਚੰਗੀ ਲੱਗਣ ਲੱਗ ਪੈਂਦੀ ਐ ਤੇ ਜੇ ਇਹਨਾਂ ਨੂੰ ਕੋਈ ਮੂਹਰੋਂ ਸਵਾਲ ਕਰੇ ਜਾਂ ਰੋਕੇ ਇਹਨਾਂ ਨੂੰ ਗੁੱਸਾ ਆਉਂਦਾ ਜੋ ਮੈਂ ਇਹ ਫਿਤਰਤ ਦੇਖੀ ਐ ਸੋ ਉਹਨੇ ਤੁਸੀਂ ਦੇਖੋ ਉਹਨੇ ਇਹ ਨਹੀਂ ਦੇਖਿਆ ਕਿ ਮੇਰਾ ਦੇਸ਼ ਕਿਨੇ ਕੁ ਜੋਗਾ ਹਮ ਰਸ਼ੀਆ ਨਾਲ ਉਹਨੇ ਆਪਦੀ ਈਗੋ ਚੜ੍ਹ ਫਸ ਪਾ ਕੇ ਨੁਕਸਾਨ ਕਿਦਾ ਹੋਇਆ ਬਿਲਕੁਲ ਨੁਕਸਾਨ ਅਜ ਯੂਕਰੇਨ ਦਾ ਹੋਇਆ ਇੰਨਾ ਜ਼ਿਆਦਾ ਹੋਇਆ ਕਿ ਜੇ ਦੁਬਾਰਾ ਯੂਕਰੇਨ ਨੂੰ ਖੜਾ ਕਰਨਾ ਹੋਵੇ ਤਾਂ ਘੱਟੋ-ਘੱਟ 70-80 ਸਾਲ ਲੱਗ ਜਾਣਗੇ ਤਬਾਹ ਹੋ ਗਿਆ ਯੂਕਰੇਨ ਹਮ ਸੋ ਅੱਜ ਇੱਥੇ ਲੜਾਈ ਨਹੀਂ ਲੱਗੀ ਪੰਜਾਬ 'ਚ ਪਰ ਲੌਨ ਆਰਡਰ ਦੀ ਸਿਚੁਏਸ਼ਨ ਇਹੋ ਜੀ ਹੈ ਸਿੱਧੂ ਸਾਹਿਬ ਕਿ ਹਰ ਇੱਕ ਇਨਸਾਨ ਮਹਿਫੂਸ ਨਹੀਂਗਾ ਇਸ ਵळे ਪੰਜਾਬ ਵਿੱਚ ਅੱਜ ਇਹ ਕਰਜ਼ੇ ਦੀਆਂ ਗੱਲਾਂ ਕਰਦੇ ਹੁੰਦੇ ਸੀ ਜੀ ਮੇਰੇ ਖਿਆਲ ਨਾਲ ਕਿ 50 ਸਾਲਾਂ 'ਚ ਇਹ ਇੰਨਾ ਕੋਈ ਕਰਜ਼ਾ ਲੈ ਲੈਣਗੇ 2 ਸਾਲਾਂ 'ਚ ਜਿਵੇਂ ਇਹਨਾਂ ਦੀ ਸਪੀਡ ਚੱਲ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ 20 ਸਾਲ 'ਚ ਨਹੀਂ ਲਿਆ ਹੁਣ ਤੇ ਕਰਜ਼ਾ ਕਾਦੇ ਵਾਸਤੇ ਲੈ ਰਹੇ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਉਹਨਾਂ ਨੂੰ ਪੂਰੇ ਕਰਨ ਵਾਸਤੇ ਕਰਜ਼ਾ ਚੜਾ ਰਹੇ ਆ ਸਿਰਫ ਆਪ ਦਾ ਪੋਲਿਟਿਕਲ ਗੋਲ ਫੁੱਲਫਿਲ ਕਰਨ ਵਾਸਤੇ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਅੱਜ ਕੱਲ ਦੇ ਜ਼ਮਾਨੇ ਵਿੱਚ ਤੋਪਾਂ ਟੈਂਕਾਂ ਨਾਲੋਂ ਜੇ ਫਾਈਨੈਂਸ਼ੀਅਲੀ ਤੁਸੀਂ ਕਿਸੇ ਸਟੇਟ ਨੂੰ ਖਤਮ ਕਰ ਦਿਓਗੇ ਤਾਂ ਸਮਝ ਲਓ ਉੱਡਾ ਹੀ ਨੁਕਸਾਨ ਹੋ ਗਿਆ ਸੋ ਇਸ ਕਰਕੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਵੀ ਸੋਚਣ ਦੀ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ 2 ਸਾਲ ਹੋ ਗਏ ਐਕਸਪੋਜ਼ ਹੋ ਚੁੱਕੇ ਆ ਇਹਨਾਂ ਦੀਆਂ ਗਰੰਟੀਆਂ ਵੀ ਲੋਕਾਂ ਦੇ ਸਾਹਮਣੇ ਆ ਗਈਆਂ ਇਨਾਂ ਦਾ ਰਾਜ ਕਰਨ ਦਾ ਤਰੀਕਾ ਵੀ ਸਾਹਮਣੇ ਆ ਗਿਆ। ਇਹਨਾਂ ਨੇ ਕਿਹਾ ਸੀ ਕਿ ਅਸੀਂ ਗਨਮੈਨ ਨਹੀਂ ਲੈਣੇ। ਤੇ ਅੱਜ ਦੇਖ ਲਓ ਮੈਨੂੰ ਕਹਿਣ ਦੀ ਲੋੜ ਨਹੀਂ ਆਪਣੇ ਬਾਹਲੇ ਦੂਰ ਨਾ ਜਾਓ ਸਾਡੇ ਜ਼ਿਲ੍ਹੇ 'ਚ ਹੀ ਦੇਖ ਲਓ। ਮੈਂ ਸਮਝਦਾ ਕਿ ਸਪੀਕਰ ਸਾਹਿਬ ਜਦੋਂ ਜਾਂਦੇ ਆ ਤੇ ਪੂਰੀ ਪੁਲਿਸ ਲਾਈਨ ਨਾਲ ਜਾਂਦੀ ਹੋਊਗੀ ਤਿੰਨ ਚਾਰ ਬੱਸਾਂ। ਓਵੇਂ ਸਾਡੇ ਐਮਐਲਏ ਸਾਹਿਬਾਂ ਦੇਖ ਲਓ ਮੈਨੂੰ ਮੈਨੂੰ ਇਤਰਾਜ਼ ਕੋਈ ਨਹੀਂ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਨੇ ਐਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਸਰਦਾਰ ਭਗਤ ਸਿੰਘ ਦੀਆਂ ਮਸਾਲਾਂ ਦਿੱਤੀਆਂ ਸੀ ਤੇ ਸਾਹ ਭਗਤ ਸਿੰਘ ਦਾ ਬਣਨਾ ਬਹੁਤ ਔਖਾ ਹੈ ਪਰ ਘਟੋ ਘਟ 2-4 ਸਾਲ ਤਾਂ ਉਹਨਾਂ ਗੱਲਾਂ ਤੇ ਖੜੇ ਰਹਿੰਦੇ ਇਹ ਤਾਂ 2 ਮਹੀਨੇ ਵੀ ਨਹੀਂ ਖੜੇ ਉਹਨਾਂ ਗੱਲਾਂ ਤੇ ਐਸ ਵੇਲੇ ਥਾਣਿਆਂ 'ਚ ਦੇਖ ਲਓ ਕ腐ਸ਼ਨ ਦਾ ਕੀ ਹਾਲ ਐਸ ਵੇਲੇ ਤਹਿਸੀਲਾਂ 'ਚ ਦੇਖ ਲਓ ਕ腐ਸ਼ਨ ਦਾ ਕੀ ਹਾਲ ਮੈਂ ਦੇਖੋ ਮੈਂ ਕਦੀ ਕਿਸੇ ਦਾ ਜਾਤੀ ਵਿਰੋਧ ਨਹੀਂ ਕੀਤਾ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਇਹ ਸਭ ਭਗਵੰਤ ਸਿੰਘ ਮਾਨ ਦਾ ਜੋ ਲਹਿਜਾ ਹੈ ਆਪੋਜੀਸ਼ਨ ਪ੍ਰਤੀ ਉਹ ਤਾਂ ਨਰਿੰਦਰ ਮੋਦੀ ਨਾਲੋਂ ਵੀ ਮਾੜਾ ਹੈ ਸੇਮ ਲਹਿਜਾ ਨਰਿੰਦਰ ਮੋਦੀ ਦਾ ਕਿ ਮੈਂ ਕਿਸੇ ਨੂੰ ਬੋਲਣ ਨਹੀਂ ਦੇਣਾ ਜੀ ਜਿਹੜਾ ਬੋਲੂਗਾ ਉਹਦੇ ਮਗਰ ਈਡੀ ਲਾਊਂਗਾ ਉਹਦੇ ਮਗਰ ਮੈਂ ਸੀਬੀਆਈ ਲਾਊਂਗਾ ਜੀ ਪ੍ਰੈਸ ਨੂੰ ਕਬਜ਼ੇ 'ਚ ਰੱਖੂਗਾ ਤੇ ਸੇਮ ਹੀ ਕੰਮ ਇੱਥੇ ਕਿ ਆਪੋਜੀਸ਼ਨ ਨੂੰ ਮੈਂ ਵਿਜੀਲੈਂਸ ਵਿਜੀਲੈਂਸ ਮਗਰ ਲਾਉਣੀ ਹੈ ਇਹਨਾਂ ਦਾ ਨੁਕਸਾਨ ਕਰਨਾ ਜਿਹੜੇ ਮੇਰੇ ਅੱਗੇ ਨਹੀਂ ਚੁੱਕਦੇ ਜਾਂ ਮੇਰੇ ਅੱਗੇ ਨਹੀਂ ਨੀਵੀ ਪਾਉਂਦੇ ਜਾਂ ਅੜਦੇ ਆ ਜਾਂ ਜਿਨ੍ਹਾਂ ਨੂੰ ਮੇਰੀਆਂ ਪੁਰਾਣੀਆਂ ਗੱਲਾਂ ਪਤਾ ਹੈ ਉਹ ਮੈਨੂੰ ਕਿਸੇ ਵੇਲੇ ਵੀ ਬੇਨਕਾਬ ਕਰ ਸਕਦੇ ਆ ਉਹਨਾਂ ਨੂੰ ਮੈਂ ਡਰਾਵਾਂ ਜਾਂ ਤਾਂ ਮਿੰਦ ਕੱਢਣ ਜਾਂ ਮੈਂ ਅੰਦਰ ਦੇਵਾਂ ਠੀਕ ਹੈ ਫਿਰ ਉਸ ਤੋਂ ਅੱਗੇ ਗੱਲ ਕਿ ਐਸ ਵੇਲੇ ਪੰਜਾਬ ਚ ਵੀ ਉਸੇ ਰੂਪ ਚੀ ਮੀਡੀਆ ਤੇ ਕਬਜ਼ਾ ਜੋ ਦਿੱਲੀ ਵਿੱਚ ਸਾਰਾ ਸੈਂਟਰ ਸਰਕਾਰ ਨੇ ਕੀਤਾ ਹੋਇਆ ਸੋ ਸਮਝਣ ਦੀ ਲੋੜ ਹੈ ਮੈਂ ਸਮਝਦਾ ਕਿ ਬੜੀ ਵੱਡੀ ਬਦਕਿਸਮਤੀ ਹੈ ਦੇਖੋ ਇੱਕ ਗੱਲ ਸਿੱਧੂ ਸਾਹਿਬ ਹਾਲਾਤ ਦੇਖਣੇ ਚਾਹੀਦੇ ਆ ਜੀ ਮੀਡੀਆ ਨੂੰ ਚੌਥਾ ਪਾਵਾ ਕਿਹਾ ਜਾਂਦਾ ਡੈਮੋਕਰੇਸੀ ਦਾ ਜਿਵੇਂ ਅੱਜ ਮੀਡੀਆ ਦਾ ਹਾਲ ਪੰਜਾਬ ਸਰਕਾਰ ਨੇ ਪੰਜਾਬ 'ਚ ਕੀਤਾ ਤੇ ਦਿੱਲੀ ਵਾਲੀ ਸਰਕਾਰ ਨੇ ਦਿੱਲੀ 'ਚ ਕੀਤਾ ਨਾ ਇਹ ਖਤਰੇ ਦੀਆਂ ਘੰਟੀਆਂ ਐ ਇਸ ਦੇਸ਼ ਵਾਸਤੇ ਤੇ ਇਸ ਪੰਜਾਬ ਵਾਸਤੇ ਜੀ ਸੋ ਮੇਰੀ ਤਾਂ ਬੇਨਤੀ ਆ ਪੰਜਾਬੀਆਂ ਨੂੰ ਮੈਂ ਤਾਂ ਪੰਜਾਬੀਆਂ ਨੂੰ ਕਹਿ ਸਕਦਾ ਕਿ ਭਾਈ ਸੰਭਲੋ ਤੁਸੀਂ ਦੇਖ ਲਿਆ ਮੈਂ ਸਮਝਦਾ ਕਿ ਉਹ ਇੱਕ ਬੜਾ ਪੁਰਾਣਾ ਸ਼ੇਰ ਹੈ ਕਿ ਕੁਝ ਲੰਮੋਂ ਨੇ ਐਸੀ ਖਤਾ ਕੀਤੀ ਕਿ ਸਦੀਆਂ ਨੇ ਸਜ਼ਾ ਪਾਈ ਕਿ ਗਲਤੀਆਂ ਕਈ ਵਾਰੀ ਉਦੋਂ ਆਪਾਂ ਸਿਰ ਬਦਲਾਵ ਦੇ ਨਾਰੇ 'ਚ ਆਪਾਂ ਵਹਿ ਗਏ ਤੇ ਅੱਜ ਸਜ਼ਾ ਆਪਣੇ ਬੱਚਿਆਂ ਨੇ ਪੰਜਾਬਦਿਆਂ ਨੇ ਪਾਉਣੀ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਹੈ ਸੋ ਇਸ ਕਰਕੇ ਬੜੀਆਂ ਵੱਡੀਆਂ ਗੱਲਾਂ ਸੀ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਸੀ ਕਿ ਸ਼ਾਇਦ ਪੰਜਾਬ ਦੇ ਲੋਕ ਗੱਲਾਂ ਸੁਣਦੇ ਸ਼ਕੀਨ ਹੋ ਗਏ ਚੁਟਕਲੇ ਸੁਣਦੇ ਸ਼ਕੀਨ ਹੋ ਗਏ ਗੋਰੇ ਆਇਆ ਕਰਨਗੇ ਜੀ ਗੋਰੇ ਇੱਥੇ ਕੰਮ ਕਰਿਆ ਕਰਨਗੇ ਜੀ ਅੱਜ ਦੇਖ ਲਓ ਕਿੰਨੀ ਹਰੇਕ ਸਾਲ ਕਿੰਨਾ ਬੱਚਾ ਬਰੌਡ ਜਾ ਰਿਹਾ ਬਿਲਕੁਲ ਦੇਖ ਲਓ ਫਿਰ ਮੈਨੂੰ ਇਹ ਗੱਲ ਦੱਸੋ ਕਿੰਨੇ ਮੈਡੀਕਲ ਕਾਲਜ ਅਨਾਉਂਸ ਕੀਤੇ ਇੱਕ ਮੈਡੀਕਲ ਕਾਲਜ ਸ਼ੁਰੂ ਹੋਇਆ ਪੰਜਾਬ 'ਚ ਕੋਈ ਨਵੀਂ ਯੂਨੀਵਰਸਿਟੀ ਬਣੀ ਜਿਹੜੇ ਸਕੂਲ ਆਫ ਐਮਿਨੈਂਸ ਕਹ ਰਹੇ ਆ ਉਹ ਪੁਰਾਣੇ ਸਕੂਲਾਂ ਨੂੰ ਹੀ ਰੰਗ ਮਾਰ ਕੇ ਕਰਤਾ ਸੋ ਮਤਲਬ ਮੇਰਾ ਤਾਂ ਇਹ ਹੈ ਕਿ ਟੋਟਲੀ ਐਕਸਪੋਜ਼ ਹੋ ਚੁੱਕੇ ਆ ਅੱਜ ਪੰਜਾਬ ਦੇ ਲੋਕਾਂ ਨੂੰ ਛੋਟੀਆਂ ਗੱਲਾਂ ਦੇ ਉੱਪਰ ਉੱਠਣ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਈ ਵਾਰੀ ਆਪਾਂ ਸੋਚਦੇ ਆ ਕਿ ਯਾਰ ਇਹਨਾਂ ਨੇ ਇੱਕ ਬਿਜਲੀ ਦੀ ਸਹੂਲਤ ਦੇ ਦਿੱਤੀ ਸਾਡਾ ਜੀ ਬਿੱਲ ਘਟ ਆਉਂਦਾ ਬਿਲਕੁਲ ਔਰ ਇਹ ਬੋਝ ਤੁਹਾਡੇ ਤੇ ਹੀ ਪੈਣਾ ਹੈ ਜਿਹੜੀ ਚੀਜ਼ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਸਿਰਫ ਇਹ ਦੇ ਰਿਆ ਕਿਉਂਕਿ ਇਹਨਾਂ ਨੇ ਪਾਰਲੀਮੈਂਟ ਦੇਖੀ ਸੀ ਹਮ ਸਾਲ ਤਾਂ ਹੀ ਦਿੱਤੀ ਨਹੀਂ ਜਾਣੀ ਹਮ 22000 ਕਰੋੜ ਦੇ ਨੇੜੇ ਤੇੜਾ ਉਹਦਾ ਸਬਸਿਡੀ ਹੈ ਜੀ ਕਰਜ਼ਾ ਲੈ ਕੇ ਦੇਣੇ ਆ ਤੇ ਕਰਜ਼ਾ ਕਿਹਨੂੰ ਤੇਰੇ ਲੈਣਗੇ ਸੋ ਇਸ ਕਰਕੇ ਸਮਝਣ ਦੀ ਲੋੜ ਹੈ ਆਪਾਂ ਨੂੰ ਰੋਜ਼ਗਾਰ ਦੀ ਲੋੜ ਹੈ ਆਪਾਂ ਨੂੰ ਵਧੀਆ ਲੋਨ ਆਰਡਰ ਦੀ ਲੋੜ ਹੈ ਆਪਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਾ ਘਟਾਉਣ ਦੀ ਲੋੜ ਹੈ ਨਸ਼ਾ ਮੈਂ ਮੰਨਦਾ ਕਿ ਕਾਂਗਰਸ ਸਰਕਾਰ ਵਿੱਚ ਅਸੀਂ ਕੋਸ਼ਿਸ਼ ਕੀਤੀ ਪਰ ਨਹੀਂ ਜੋ ਰਿਜ਼ਲਟ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਪਰ ਅੱਜ ਜਿਹੜੇ ਏਡੇ ਵੱਡੇ ਵਾਅਦੇ ਕਰਦੇ ਸੀ ਇਹ ਤਾਂ ਕਹਿੰਦੇ ਸੀ ਅਸੀਂ ਮੈਨੂੰ ਅੱਜ ਤਾਂ ਯਾਦ ਆ ਕੇਜਰੀਵਾਲ ਸਾਹਿਬ ਕਹਿੰਦੇ ਸੀ ਐਂ ਖਤਮ ਕਰ ਦਿਆਂ ਹਮ ਭਗਵੰਤ ਮਾਨ ਸਾਹਿਬ ਤੇ ਅੱਜ ਸਾਡੇ ਨਾਲੋਂ ਦੁੱਗਣਾ ਹੋ ਗਿਆ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਜੀ ਇਹ ਕਹਿੰਦੇ ਸੀ ਕ腐ਪਸ਼ਨ ਐ ਖਤਮ ਕਰ ਦੇਾਂਗੇ ਹਮ ਅੱਜ ਦੁੱਗਣੀ ਐ ਕਿਸੇ ਨੂੰ ਪੁੱਛ ਲਓ ਸੋ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕੋ ਸਮਝੋ ਸੰਭਲ ਗਏ ਤੁਸੀਂ ਇਹ ਗੱਲ ਕਹੀ ਕਿ ਉਹਨਾਂ ਬੰਦਿਆਂ ਨੂੰ ਜਿਵੇਂ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਸਰ ਮੋਦੀ ਆਪਣੇ ਆਪੋਜੀਸ਼ਨ ਨੂੰ ਧੱਕਾ ਕਰ ਰਹੇ ਐ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਨਾਲ ਵਿਜੀਲੈਂਸ ਨਾ ਤੁਹਾਨੂੰ ਵੀ ਅੰਦਰ ਭੇਜਿਆ ਸੀ ਏ ਤੁਸੀਂ ਇੱਕ ਗੱਲ ਇਹ ਵੀ ਆਖੀ ਕਿ ਜਿਹਨਾਂ ਕੋਲੇ ਪੁਰਾਣਾ ਰਾਜ ਹੈ ਇਹ ਵੀ ਇੱਕ ਚਰਚਾ ਹੈ ਕਿ ਕਿਹ ਢੱਲੋਂ ਕੋਲੇ ਵੀ ਕੋਈ ਭਗਵੰਤ ਮਾਨ ਦਾ ਪੁਰਾਣਾ ਰਾਜ ਹੈ ਕੋਈ ਅਜੇ ਇਹ ਹੀ ਗੱਲ ਹੈ ਦੇਖੋ ਰਾਜ ਹੈ ਜੀ ਮੈਂ ਤੁਹਾਨੂੰ ਬੜੀ ਸਪਸ਼ਟ ਕਰ ਲੰਦਾ ਹਾਂ ਸਤੂ ਸਾਹਿਬ ਹਮ ਮਾਨ ਸਾਹਿਬ ਨੇ ਪੋਲਿਟਿਕਸ ਸਾਡੇ ਨਾਲ ਸ਼ੁਰੂ ਕੀਤੀ ਸੀ ਅਸੀਂ ਉਦੋਂ ਆਕਾਲੀ ਦਲ ਵਿੱਚ ਸਫੋਕੇਟ ਮਹਿਸੂਸ ਕਰਨ ਲੱਗ ਪਏ ਸੀ ਜੀ ਮੈਂ ਸੀਗਾ ਮਨਪ੍ਰੀਤ ਸੀਗਾ ਅਸੀਂ ਕਈ ਜਣੇ ਸੀਗੇ ਕਿਉਂ ਕਰਨ ਲੱਗ ਪਏ ਸੀ ਮੈਂ ਇੱਕ ਬੜਾ ਪੁਰਾਣਾ ਮੇਰਾ ਬਿਆਨ ਆ ਅਖਬਾਰਾਂ ਪਈਆਂ ਹੋਣਗੀਆਂ ਸਰਦਾਰ ਸੁਖਬੀਰ ਸਿੰਘ ਅਸੀਂ ਸਾਰੇ ਸਬ ਪ੍ਰਕਾਸ਼ ਸਿੰਘ ਬਾਦਲ ਨਾਲ ਸਿਆਸਤ ਕੀਤੀ ਉਹਨਾਂ ਦੀ ਮੈਂ ਰਿਸਪੈਕਟ ਕਰਦਾ ਅਲਟੀਮੇਟਲੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਦੀ ਵਾਕਡੋਰ ਸਾਂ ਸੁਖਬੀਰ ਸਿੰਘ ਬਾਦਲ ਦੇਤੀ ਸਾ ਸੁਖਬੀਰ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਹੋਰ ਤਰ੍ਹਾਂ ਸੀ ਅਸੀਂ ਉਹਦੇ ਵਿੱਚ ਨਹੀਂ ਫਿੱਟਾਉਂਦੇ ਸੀ ਅਲਟੀਮੇਟਲੀ ਜਿਹੜੀ ਰੀਜਨਲ ਪਾਰਟੀ ਆ ਉਹਦੇ ਵਿੱਚ ਡੈਮੋਕਰੇਸੀ ਵਾਲੀ ਹੁੰਦੀ ਨਹੀਂ ਉਹਦੇ ਵਿੱਚ ਇੱਕ ਕਿਸਮ ਦਾ ਕਬਜ਼ਾ ਹੀ ਹੁੰਦਾ ਸੋ ਸਾਨੂੰ ਪਤਾ ਸੀਗਾ ਕਿ ਕਬਜ਼ਾ ਸੁਖਵੀਰ ਸਿੰਘ ਬਾਦਲ ਦਾ ਰਹਿਣਾ ਤੇ ਸਾਡੀ ਇਹਦੇ ਨਾਲ ਜਿਹੜੀ ਕੰਮ ਕਰਨ ਦਾ ਤਰੀਕਾ ਨਹੀਂ ਰਲਣਾ ਸੋ ਅਸੀਂ ਮਨ ਬਣਾ ਕੇ ਜਿਆਦਾ ਅੱਡ ਹੋ ਜਾਈਏ ਅਸੀਂ ਅੱਡ ਹੋਏ ਸਭ ਭਗਵੰਤ ਸਿੰਘ ਮਾਨ ਨੂੰ ਪਹਿਲੇ ਦਿਨ ਖਟਕਰਕਲਾ ਮੈ ਲੈ ਕੇ ਗਏ ਜਦੋਂ ਅਸੀਂ ਰੈਲੀ ਕੀਤੀ ਮੇਰੀ ਗੱਡੀ ਚ ਬੈ ਕੇ ਗਏ ਠੀਕ ਹੈ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਜੁਆਇਨ ਕਰਾਇਆ ਠੀਕ ਹੈ ਸਭ ਕੁਝ ਬਾਅਦ ਵੀ ਸਭ ਕੁਝ ਲੈ ਕੇ ਗਏ ਮਾਨ ਸਾਹਿਬ ਨੂੰ ਬਹੁਤ ਨੇੜੋ ਕੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਸੋ ਠੀਕ ਹੈ ਉਹ ਕਹਿੰਦੇ ਨੇ ਨਾ ਕਿ ਜੰਦ ਜਨਤਾ ਜਨਰਾਦਨ ਜਾਂ ਸੰਗਤ ਪਰਮਾਤਮਾ ਦਾ ਰੂਪ ਹੈ ਜੋ ਸੰਗਤ ਦਾ ਫੈਸਲਾ ਸਿਰ ਮੱਥੇ ਹੈ ਪਰ ਮੈਂ ਇਹ ਗੱਲ ਕਹਿੰਦਾ ਕਿ ਜੋ ਮੈਂ ਮਾਨ ਸਾਹਿਬ ਦਾ ਦੇਖਿਆ ਮਾਦਾ ਮਹਿਸੂਸ ਕਰ ਲਿਆ ਸੀ ਕਿ ਜੋ ਇਹ ਕਹਿੰਦੇ ਆ ਉਹ ਹੈ ਨਹੀਂ ਗੇ ਹੁਣ ਆਪਾਂ ਮੈਂ ਦੇਖੋ ਅੱਜ ਜੇ ਗੱਲ ਕੋਈ ਇਹਨਾਂ ਬਾਰੇ ਕੋਈ ਬਦਖੋਈ ਕਰਾ ਹੁਣ ਤਾਂ ਲੋਕ ਦੇਖ ਰਹੇ ਉਹ ਚੰਗੀ ਨਹੀਂ ਲੱਗਦੀ ਮੈਂ ਬਹੁਤ ਕੁਝ ਦੇਖਿਆ ਮੈਂ ਕਿਤੇ ਬਾਅਦ ਸਮਝਿਆ ਜਦੋਂ ਹਾਸੇ ਠੱਠੇ 'ਚ ਕਿਤੇ ਦੱਸਾਂਗੇ ਅੱਜ ਕਿਉਂਕਿ ਇਲੈਕਸ਼ਨ ਦਾ ਵਕਤ ਆ ਅੱਜ ਫੇਰ ਇਹ ਗੱਲ ਆਣ ਲੱਗੂਗੀ ਕਿ ਸ਼ਾਇਦ ਮੈਂ ਜਾਣ ਕੇ ਵੋਟਾਂ ਲੈਣ ਦਾ ਮਾਰਕ ਕਰਿਆ ਜੀ ਪਰ ਮੈਂ ਮੈਂ ਸਮਝਿਆ ਕਿ ਮਾਨ ਸਾਹਿਬ ਨਹੀਂ ਕਾਬਲ ਗੱਲਾਂ ਦੇ ਧਨੀ ਐ ਚੁਟਕਲਿਆਂ ਦੇ ਧਨੀ ਐ ਠੀਕ ਐ ਬੜੇ ਸੈਲਫ ਸੈਂਟਰਡ ਮੈਨ ਆ ਠੀਕ ਐ ਤੋਂ ਮੈਂ ਸੋਚਿਆ ਕਿ ਸ਼ਾਇਦ ਸਾਡੀ ਨਹੀਂ ਗੱਲ ਚੱਲਣੀ ਕਿਉਂਕਿ ਮੇਰੀ ਸੋਚ ਔਰ ਤਰ੍ਹਾਂ ਦੀ ਉਹਨਾਂ ਦੀ ਸੋਚ ਔਰ ਤਰ੍ਹਾਂ ਦੀ ਮੈਂ ਸਭ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਸੀਗਾ ਸਭ ਮਨਪ੍ਰੀਤ ਸਿੰਘ ਬਾਦਲ ਮਹਿਸੂਸ ਕਰਦੇ ਸੀ ਕਿ ਚਲੋ ਯਾਰ ਸ਼ਾਇਦ ਇਹ ਕਮ ਚੁਟਕਲੇ ਜਟਕਲਿਆਂ ਨਾਲ ਵਧੀਆ ਚੱਲੀ ਜਾਊਗਾ ਜੀ 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 ਮੈਂ ਉਹਨੂੰ ਕਿਹਾ ਸੀ ਜੀ ਕਿ ਤੁਸੀਂ ਇਹਨੂੰ ਰੱਖੋ ਤੇ ਸਾਨੂੰ ਛੁੱਟੀ ਦਿਓ ਹੂੰ ਸੋ ਮਨਪ੍ਰੀਤ ਨੂਰਮਾ ਜਾਣ ਲੱਗੇ ਗੱਲ ਕਹੀ ਸੀ ਜੋ ਮੈਂ ਬੀਬੀ ਵੀ ਛੱਡੀ ਸੀ ਕਿ ਮੇਰੀ ਗੱਲ ਯਾਦ ਰੱਖੀ ਹੂੰ ਖੁਦਾ ਨਾ ਕਹਾਸਾ ਜਿੰਦ ਨੇ ਦੇ ਹੱਥ ਚ ਕੋਈ ਆ ਗਿਆ ਨਾ ਤੇ ਇਹਨੇ ਉਹ ਗੱਲ ਕਰਨੀ ਆ ਉਹ ਪੁਰਾਣੀ ਕਹਾਵਤ ਆ ਨਾ ਕਿ ਮਾਂ ਮਾਂ ਤੇਰਾ ਪੁੱਤ ਥਾਣੇਦਾਰ ਬਣ ਗਿਆ ਹੂੰ ਉਹ ਕਹਿੰਦੀ ਸ਼ਾਬਾਸ਼ ਪੁੱਤ ਕੀ ਕਰੇਗਾ ਕਹਿੰਦਾ ਕੋਈ ਨਹੀਂ ਤੇਰੇ ਹੀ ਵਟ ਕੱਢੂਗਾ ਠੀਕ ਹੈ ਸੋ ਚਲੋ ਮਨਪਰੀ ਦੇ ਮਗਰ ਪਿਆ ਮੇਰੇ ਵੀ ਪਿਆ ਪਰ ਮੇਰਾ ਅਸੂਲ ਸੀਗਾ ਮੈਨੂੰ ਕਈ ਸਾਡੇ ਸਾਂਝੇ ਦੋਸਤਾਂ ਨੇ ਕਿਹਾ ਹਮ ਕਿ ਯਾਰ ਤੁਸੀਂ ਮਿਲਿਓ ਇੱਕ ਰੁਝਾਨ ਚੱਲਿਆ ਸੀ ਬੜੇ ਲੀਡਰ ਮਿਲ ਆਉਂਦੇ ਸੀ ਜਾ ਕੇ ਤੇ ਤੁਸੀਂ ਮੇਰਾ ਮੈਂ ਕਿਹਾ ਸੀ ਨਹੀਂ ਕਿਉਂਕਿ ਮੈਂ ਕੋਈ ਮਾੜਾ ਨਹੀਂ ਕੀਤਾ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਕੋਈ ਨਹੀਂ ਬਾਕੀ ਜ਼ਿੰਦਗੀ ਵਿੱਚ ਨਾ ਸਿਆਸਤ ਵਿੱਚ ਹਮੇਸ਼ਾ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਤੁਸੀਂ ਹਰੇਕ ਚੀਜ਼ ਨੂੰ ਮੈਨੇਜ ਕਰੋ ਜੀ ਮੈਂ ਸੋਚਦਾ ਬੰਦਾ ਜ਼ਿੰਦਗੀ ਵਿੱਚ ਆਦੇ ਰਾਹ ਤੁਰਨਾ ਚਾਹੀਦਾ ਉਹ ਖਿਆਈਆਂ ਸੁਖਿਆਈਆਂ ਪਰਮਾਤਮਾ ਨੇ ਦੇਣੀਆਂ ਜਾਂ ਸੰਗਤ ਨੇ ਦੇਣੀਆਂ ਡਰੇ ਤੋਂ ਕੁਝ ਨਹੀਂ ਬਣਦਾ ਭੱਜੇ ਤੋਂ ਕੁਝ ਨਹੀਂ ਟਲਦਾ ਸੋ ਮੈਂ ਕਿਹਾ ਜੀ ਕੋਈ ਨਹੀਂ ਮੈਨੂੰ ਜਿਹੜੇ ਅਫਸਰ ਵੀ ਹੁੰਦੇ ਆ ਵਿਚਾਰੇ ਉਸ ਚਲੋ ਸਾਡੇ ਨਾਲ ਉਹ ਮੈਨੂੰ ਕਹਿੰਨ ਜੀ ਗੱਲ ਤਾਂ ਮਾੜੀ ਮੋਟੀ ਕੋ ਦੀ ਆ ਤੁਸੀਂ ਇੱਕ ਵਾਰੀ ਜਾਓ ਮੈਂ ਕਿਹਾ ਸੀ ਨਹੀਂ ਮੈਂ ਕਿਹਾ ਜਾਣਾ ਜੂਣਾ ਨਹੀਂ ਜੋ ਤੁਸੀਂ ਕਰਨਾ ਕਰ ਦੋ ਕੋਈ ਗੱਲ ਨਹੀਂ ਤੇ ਮੈਂ ਕਹਿਆ ਸੀ ਮੇਰੀ ਇੱਕ ਬੇਨਤੀ ਹੈ ਜੀ ਮੈਂ ਕਹਿਆ ਸੀ ਕਿ ਮੇਰੇ ਮਦਰ ਦੋ ਵਾਰੀ ਐਮਐਲਏ ਰਹੇ ਆ ਬਜ਼ੁਰਗ ਹੈ ਠੀਕ ਹੈ ਸਾਡੇ ਪਰਿਵਾਰ ਨੂੰ ਤੀਜੀ ਪੀੜ੍ਹੀ ਹੋ ਗਈ ਚੌਥੀ ਪੀੜ੍ਹੀ ਹੋ ਗਈ ਅੱਜ ਤੱਕ ਕਦੀ ਕਿਸੇ ਬੰਦੇ ਨੇ ਸਾਰੇ ਜ਼ਿਲ੍ਹੇ ਚ ਕੀ ਨੇੜੇ ਤੇ ਕੋਈ ਬੰਦਾ ਉਂਗਲ ਚੱਕ ਕੇ ਦੱਸ ਦੇਗੇ ਕਿਸੇ ਦੇ 1 ਰੁਪਏ ਦੇ ਦੇਣਦਾਰ ਹੋਈਏ ਕਿਸੇ ਨਾਲ ਠੱਗੀ ਮਾਰੀ ਹੋਵੇ ਬਹੁਤ ਤਾਂ ਗੇ ਦੇਖੀ ਹੈ ਕਿਸੇ ਦੀ ਜ਼ਮੀਨ ਨੱਪੀ ਹੋਵੇ ਅਸੀਂ ਬੰਦੇ ਇਹੀ ਜਿਹਾ ਅਸੀਂ ਬੰਦੇ ਕਰਦੇ ਆਂ ਠੀਕ ਹੈ ਕਿਸੇ ਤੋਂ ਅਫਸਰ ਤੋਂ ਪੈਸੇ ਕਰਾਉਂਦੇ ਹੋਈਏ ਠੀਕ ਹੈ ਇਲੈਕਸ਼ਨਾਂ 'ਚ ਖਰਚਾ ਹੁੰਦਾ ਆਪਦਾ ਕਾਰੋਬਾਰ ਕਰਨਾ ਸਾਡਾ ਹੱਕ ਹੈ ਅਸੀਂ ਕਰਦੇ ਆਂ ਕਾਨੂੰਨ ਦੇ ਮੁਤਾਬਕ ਕਰਦੇ ਆਂ ਸੋ ਮੈਂ ਉਹਨਾਂ ਨੂੰ ਅਫਸਰਾਂ ਨੂੰ ਕਿਹਾ ਸੀ ਕਿ ਮੇਰੀ ਇੱਕ ਬੇਨਤੀ ਹੈ ਮੈਨੂੰ ਕੋਈ ਕਬਰਾਟ ਨਹੀਂਗੀ ਮੇਰੇ ਜਿੱਦਣ ਪਰਚਾ ਦੇਣਾ ਮੈਨੂੰ ਦੱਸ ਦਿਓ ਮੈਂ ਤੁਹਾਡੇ ਦਫ਼ਤਰ ਆਵਾਂਗਾ ਮੈਨੂੰ ਪਤਾ ਲੱਗ ਗਿਆ ਮੈਂ ਆਪ ਹੀ ਚੱਲੇ ਗਿਆ ਸੀ ਐਸਐਸਪੀ ਦਫ਼ਤਰ ਮੈਂ ਗਿਆ ਬਜੀ ਪਾਵਰ ਰੈਸਟ ਕੀ ਹੁੰਦਾ ਹਮ ਅਲਟੀਮੇਟਲੀ ਸਤੂ ਸਾਬ ਗੱਲ ਇਹ ਨਹੀਂ ਕਿ ਤੁਸੀਂ ਆਪ ਦੇ ਵਿਰੋਧੀ ਨੂੰ ਨੀਚਾ ਕਿਵੇਂ ਦਿਖਾਉਣਾ ਜੀ ਗੱਲ ਇਹ ਹੈ ਕਿ ਤੁਸੀਂ ਜਿਹੜੇ ਕੀਤੇ ਵਾਅਦੇ ਆ ਉਹ ਪੂਰੇ ਕਿਵੇਂ ਕਰਨੇ ਹਮ ਤੁਣ ਤਨੂ ਵਡੱਪਣ ਇਸ ਗੱਲ 'ਚ ਨਹੀਂ ਮਿਲਣਾ ਕਿ ਤੁਸੀਂ ਆਪ ਦੇ ਵਿਰੋਧੀ ਦੇ ਧੌਣ ਤੇ ਅੱਜ ਤੁਹਾਡੇ ਕੋਲ ਤਾਕਤ ਆ ਤੁਸੀਂ ਉਹਨੂੰ ਧੌਣ ਤੋਂ ਹਣ ਤੋਂ ਪੁਲਿਸ ਤੋਂ ਫੜਾ ਸਕਦੇ ਹਾਂ ਹੂੰ ਢੋਡੀ ਬੱਲੇ ਬੱਲੇ ਇਸ ਗੱਲ ਚ ਹੋਣੀ ਹੈ ਜਿਹੜਾ ਬੰਦਾ ਪਾਵਰ ਚ ਹੈ ਕੋਈ ਵੀ ਹੈ ਹੂੰ ਕਿ ਉਹ ਉਹਦਾ ਲੋਕਾਂ ਨਾਲ ਸਲੀਕਾ ਕੀ ਹੈ ਹੂੰ ਉਹਨੇ ਲੋਕਾਂ ਨਾਲ ਜਿਹੜੇ ਕੀਤੇ ਵਾਅਦੇ ਆ ਉਹ ਕਿੰਨੇ ਕੁ ਪੂਰੇ ਕਰਦਾ ਕੀ ਉਹਦੀ ਜ਼ੁਬਾਨ ਦਾ ਮੁੱਲ ਹੈ ਕਿ ਨਹੀਂ ਹੈ ਜੋ ਕਹਿੰਦਾ ਉਹ ਕਰਦਾ ਕਿ ਨਹੀਂ ਕਰਦਾ ਹੂੰ ਕੀ ਆਪਦੇ ਜਿਹੜੇ ਵਰਕਰ ਆਪਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਜਿਹੜੇ ਸੁਪਨੇ ਦਿਖਾਏ ਸੀ ਉਹ ਪੂਰੇ ਕਰਦਾ ਕਿ ਨਹੀਂ ਕਰਦਾ ਸੁਪਨੇ ਤਾਂ ਇਹ ਦਿਖਾਏ ਸੀ ਕਿ ਪੈਂਚਰਾਂ ਵਾਲਿਆਂ ਨੂੰ ਟਿਕਟ ਦੇਵਾਂਗੇ ਹਮ ਰਿਕਸ਼ੀਆਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਹਮ ਗੋਲ ਗੱਪੇ ਵਾਲਿਆਂ ਨੂੰ ਟਿਕਟ ਦੇਵਾਂਗੇ ਤੇ ਅੱਜ ਦੇਖ ਲਓ ਟਿਕਟਾਂ ਇਹਨਾਂ ਨੂੰ ਮਿਲੀਆਂ ਸੁਪਨੇ ਤਾਂ ਇਹ ਦਿਖਾਏ ਸੀ ਹਮ ਕਿ ਜਿਹੜਾ ਕਦੀ ਵਿਚਾਰਾ ਮੋਗਿਓ ਬਾਹਰ ਨਹੀਂ ਗਿਆ ਉਹਨੂੰ ਰਾਜ ਸਭਾ ਭੇਜਾਂਗੇ ਤਾਂ ਦੇਖ ਲਓ ਸੱਤ ਰਾਜ ਸਭਾ ਦੇ ਐਮਪੀ ਕੌਣ ਬਣੇ ਚਲੋ ਸੀਚੇਵਾਲ ਸਾਹਿਬ ਦਾ ਚਲੋ ਮੰਨ ਲਿਆ এনवायरमेंट लिस्ट ਬਾਕੀ ਆਂ ਦਾ ਕੀ ਸਿਸਟਮ ਆ ਜਾਂ ਉਹਨਾਂ ਦਾ ਪੰਜਾਬ ਪ੍ਰਤੀ ਕੀ ਹੈ ਇਹਦੇ ਨਾਲੋਂ ਤਾਂ ਫੇਰ ਆਤੀ ਜੁਬਾਨ ਤੇ ਖੜ ਦੇ ਜਿਹੜੇ ਵਲੰਟੀਅਰ ਗਰੀਬ ਨਾਲ ਚੱਲੇ ਸੀ ਇੰਨੀ ਧੀਰ ਤੋਂ ਵਿਚਾਰੇ ਕਾਸ ਲੈ ਕੇ ਉਹ ਸੱਤ ਵਲੰਟੀਅਰ ਭੇਜ ਦਿੰਦੇ ਰਾਜ ਸਭਾ ਹੁਣ ਟਿਕਟਾਂ ਦਿੰਦੇ ਉਹ ਜਿਹੜੇ ਵਜੀਰੀ ਬਣੇ ਬੈਠੇ ਉਹਨਾਂ ਨੂੰ ਟਿਕਟ ਦੇਣ ਦਾ ਕੀ ਲਾਭ ਮੈਨੂੰ ਸਮਝਾ ਸੋ ਇਸ ਕਰਕੇ ਗੱਲ ਤਾਂ ਇਹ ਆਉਣੀ ਹੈ ਕਿ ਕਿਵੇਂ ਇਹ ਆਪਦੇ ਵਾਅਦੇ ਪੂਰੇ ਕਰਦੇ ਲੋਕਾਂ ਨੇ ਇਸ ਗੱਲ ਨੂੰ ਨਹੀਂ ਨੂੰ ਯਾਦ ਰੱਖਣਾ ਹਮ ਬੜੇ-ਬੜੇ ਰਾਜੇ ਰੰਗ ਚਲੇ ਗਏ ਬੜਿਆਂ ਨੇ ਬਾਹਵਾ ਮਰਉਣ ਦੀਆਂ ਕਿਉਂ ਜਿਹਦੀਆਂ ਕੋਸ਼ਿਸ਼ ਕੀਤੀਆਂ ਕੁਝ ਨਹੀਂ ਉਹ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਠੀਕ ਹੈ ਗੱਲ ਤਾਂ ਇਹ ਹੈ ਕਿ ਇਹਨਾਂ ਨੂੰ ਸਮਾਂ ਮਿਲਿਆ ਇਹ ਸਮਾਂ ਪ੍ਰਮਾਤਮਾ ਨੇ ਦਿੱਤਾ ਲੋਕਾਂ ਨੇ ਦਿੱਤਾ ਕੀ ਪੰਜਾਬ ਨਾਲ ਕੀਤੇ ਵਾਦੇ ਪੂਰੇ ਕਰਦੇ ਆ ਕਿਸਾਨਾਂ ਨਾਲ ਕੀਤੇ ਵਾਦੇ ਪੂਰੇ ਕਰਦੇ ਆ ਗਰੀਬਾਂ ਮਾਵਾਂ ਪਾਣਾ ਨਾਲ ਕੀਤੇ ਵਾਦੇ ਪੂਰੇ ਕਰਦੇ ਆ ਨੌਜਵਾਨਾਂ ਨਾਲ ਕੀਤੇ ਵਾਦੇ ਕਰੋ ਸਭ ਤੋਂ ਵੱਡਾ ਸੈਗਮੈਂਟ ਜਿਹੜਾ ਨਾਲ ਦੀ ਮਦਦ ਸੀ ਉਹ ਸੀ ਟੀਚਰ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਤੁਸੀਂ ਸਭ ਤੋਂ ਵੱਡੇ ਪ੍ਰਚਾਰਕ ਸੀਗੇ ਇਹ ਸੋਚਦੇ ਅੱਜ ਕਿੱਥੇ ਖੜੀ ਤੁਹਾਡੀ ਸੋਚ ਹੈ ਕਿ ਨਹੀਂ ਹੈ ਕੀ ਇਹ ਬੰਦੇ ਉਹ ਸੋਚਦੇ ਹੈਗੇ ਕਿ ਨਹੀਂ ਹੈਗੇ ਸੋ ਇਸ ਕਰਕੇ ਸਿੱਧੂ ਸਾਹਿਬ ਗੱਲ ਤਾਂ ਇੰਨੀ ਹੈ ਕਿ ਮਹਿਮਾਨ ਸਾਹਿਬ ਨੂੰ ਫੇਰ ਤੁਹਾਡੇ ਰਾਹੀਂ ਵੀ ਕਹਿਣਾ ਚਾਹੁੰਨਾ ਪਤਾ ਨਹੀਂ ਤੁਹਾਡੇ ਚੈਨਲ ਦੇਖਦੇ ਆ ਕਿ ਨਹੀਂ ਦੇਖਦੇ ਪਰ ਮੈਂ ਕਹਿਣਾ ਚਾਹੁੰਨਾ ਮਹਿਮਾਨ ਸਾਹਿਬ ਨੂੰ ਕਿ ਜੋ ਮੌਕਾ ਮਿਲਿਆ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਪੂਰੇ ਕਰੋ ਨਿਭਾਓ ਆਪਦੀ ਗੱਲ ਵਿਆਓ ਇਕਲ ਇਕਲ ਹੋਰ ਹੈ ਤੇ ਮੈਂ ਤੁਸੀਂ ਕਿਹਾ ਕਿ ਮੈਨੂੰ ਆਫਸਰਾਂ ਨੇ ਕਿਹਾ ਕਿ ਜੇਲ ਜਾਂ ਜਾਂ ਤੁਸੀਂ ਮਿਲਿਆਓ ਜਾਂ ਕਰਿਆਓ ਤੁਹਾਡੇ ਕਾਂਗਰਸ ਦੇ ਪ੍ਰਧਾਨ ਤੇ ਇਹ ਗੱਲ ਇਲਜ਼ਾਮ ਲੱਗਦੀ ਹੈ ਕਿ ਉਹ ਮਿਲ ਵੀ ਆਏ ਉਹਨਾਂ ਨੇ ਸੈਟਿੰਗ ਵੀ ਕਰ ਲਈ ਤੇ ਉਹਨਾਂ ਨੇ ਜੇਲ੍ਹ ਜਾਣ ਦੇ ਡਰ ਤੋਂ ਜਿਹੜਾ ਕਿ ਆਪੋਜੀਸ਼ਨ ਦਾ ਜੋ ਰੋਲ ਅਦਾ ਕਰਨਾ ਹੈ ਉਹ ਕੀਤਾ ਨਹੀਂ ਦੇਖੋ ਸਤੂ ਸਭ ਗੱਲ ਇਹ ਹੈ ਕਿ ਜਿਹੜੇ ਤੁਸੀਂ ਗੱਲ ਕਹੀ ਹੈ ਦੇਖੋ ਇਹ ਗੱਲ ਆਮ ਪ੍ਰਚਲਿਤ ਹੈ ਮੈਂ ਵੀ ਮੇਰੀ ਆਤਮਾ ਗਲਤ ਗੱਲ ਨਹੀਂ ਕਰਦਾ ਹੁੰਦਾ ਇਹ ਹਰੇਕ ਬੰਦੇ ਦੀ ਪਰਸਨਲ ਚੋਇਸ ਹੈ ਪਹਿਲੀ ਗੱਲ ਤਾਂ ਮੈਨੂੰ ਨਹੀਂ ਪਤਾ ਕਿ ਪ੍ਰਧਾਨ ਗਿਆ ਉਹਨੇ ਸੈਟਿੰਗ ਕੀਤੀ ਹੈ ਨਹੀਂ ਕੀਤੀ ਇਹ ਤਾਂ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਕਿਉਂਕਿ ਮੈਂ ਇਹ ਤਾਂ ਇਹ ਪਤਾ ਨਹੀਂ ਇਹ ਸਚਾਈ ਹੈ ਪਤਾ ਨਹੀਂ ਇਹ ਫਵਾ ਹੈ ਦੇਖੋ ਮੈਂ ਤੁਹਾਨੂੰ ਇਹ ਕਹ ਲਾਂ ਪਰ ਹਰ ਇੱਕ ਬੰਦੇ ਦੀ ਜਿਹੜੀ ਆ ਗੱਲ ਹੈ ਨਾ ਉਹ ਖਿਆਈ ਵਿੱਚ ਨੰਗਣ ਦੀ ਇਹ ਪਰਸਨਲ ਚੋਇਸ ਹੁੰਦੀ ਹੈ ਜੀ ਇਹ ਮੈਂ ਤੁਹਾਨੂੰ ਇਹ ਕਹ ਲਾਂ ਜਿਵੇਂ ਮੈਂ ਮਨ ਬਣਾ ਲਿਆ ਸੀ ਕਿ ਨਹੀਂ ਯਾਰ ਝੁਕਣਾ ਨਹੀਂ ਆਪਾਂ ਮਾੜਾ ਕੁਝ ਨਹੀਂ ਕੀਤਾ ਆਪਾਂ ਨੰਗਾਗੇ ਵਿੱਚ ਦੀ ਕੁਝ ਨਹੀਂ ਹੁੰਦਾ ਠੀਕ ਹੈ ਬੰਦਿਆਂ ਤਾਂ ਹੀ ਬਣਦੀਆਂ ਕੋਈ ਗੱਲ ਨਹੀਂ ਬਿਲਕੁਲ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਪ੍ਰਧਾਨ ਦੀ ਗੱਲ ਨਹੀਂ ਕਰ ਰਿਹਾ ਮੈਂ ਵੈਸੇ ਜਮਨ ਬੜੇ ਜਿਹੜੇ ਸਾਡੇ ਪੋਲਿਟਿਸ਼ੀਅਨ ਆ ਉਹ ਇਸ ਗੱਲ ਤੋਂ ਬਹੁਤ ਘਬਰਾਉਂਦੇ ਆ ਤਾਂ ਹੀ ਹੁਣ ਤੁਸੀਂ ਦੇਖੋ ਈਡੀ ਵਾਲੇ ਮਿੰਟੀ ਲਾਉਂਦੇ ਆ ਬੰਦਾ ਜੁਆਇਨ ਕਰਾਉਣ ਲੱਗੇ ਭਾਜਪੀ ਚ ਓਵੇਂ ਹੁਣ ਨਿੱਕੀ ਜੀ ਗੱਲ ਹੈ ਸਾਡੇ ਡਿਪਟੀ ਸੀਐਲਪੀ ਲੀਡਰ ਸਾਹਿਬ ਹਿਸ਼ਾਰਪੁਰ ਵਾਲੇ ਗਏ ਜੀ ਠੀਕ ਹੈ ਉਹਨਾਂ ਨੂੰ ਉਹ ਟਿਕਟ ਵੀ ਆਪਨੇ ਦੇਤੀ ਦੇਤੀ ਉਹ ਨਹੀਂ ਦੇਤੀ ਆ ਆਪ ਨੂੰ ਦੇਤੀ ਉਹਨਾਂ ਦੀ ਵੀ ਇਨਕੁਆਰੀ ਸੀ ਹੂੰ ਠੀਕ ਹੈ ਉਹਨਾਂ ਦੀ ਵੀ ਇਨਕੁਆਰੀ ਸੀ ਉਹ ਵੀ ਪਹਿਲਾਂ ਪੰਡ ਲਈ ਫਿਰਦੇ ਸੀਗੇ ਵੀ ਆ ਦੇਖੋ ਜੀ ਸੰਗਲ ਪਾਈ ਫਿਰਦੇ ਸੀ ਤੇ ਉਹਦੇ ਪਤਾ ਲੱਗਿਆ ਵੀ ਜਦੋਂ ਪੰਡ ਤੇ ਸੰਗਲ ਸਾਰਾ ਦੂਜੇ ਪਾਸੇ ਚਲਾ ਗਿਆ ਉਹੀ ਆ ਨਾ ਫਿਰ ਜਦੋਂ ਸਾਹਮਣੇ ਫਾਈਲ ਰੱਖ ਦਿੰਦੇ ਆ ਹੂੰ ਫਿਰ ਉਹ ਚੋਇਸ ਆ ਜਾਂਦੀ ਹੈ ਦੇਖੋ ਉੱਥੇ ਪਰਸਨਲ ਚੋਇਸ ਹੂੰ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਨਾ ਹੈ ਕਿ ਦੇਖੋ ਤਾਕਤ ਆਉਣੀ ਨਾ ਆਉਣੀ ਇਹ ਪਰਮਾਤਮਾ ਦੇ ਹੱਥ ਚ ਹੈ ਮੈਂ ਸਮਝਦਾ ਜੀ ਠੀਕ ਹੈ ਇੱਜ਼ਤ ਮਿਲਣੀ ਇਹ ਵੀ ਪਰਮਾਤਮਾ ਦੇ ਹੱਥ ਚ ਹੈ ਇਹ ਜ਼ਰੂਰੀ ਨਹੀਂ ਤੁਸੀਂ ਕਿੰਨੇ ਅਹੁਦਿਆਂ ਤੇ ਰਹਿ ਚੁੱਕੇ ਹੋ ਹੂੰ ਇਹ ਜ਼ਰੂਰੀ ਹੈ ਕਿ ਤੁਹਾਡਾ ਕਰਦਾਰ ਕੀ ਹੈ ਲੋਕ ਤੁਹਾਡੇ ਬਾਰੇ ਕੀ ਸਮਝਦੇ ਆ ਜਾਂ ਸੋਚਦੇ ਆ ਸੋ ਮੇਰੇ ਵਾਸਤੇ ਇੱਕ ਮੰਤਰੀ ਜਾਂ ਇੱਕ ਮੁੱਖ ਮੰਤਰੀ ਬਣਨ ਨਾਲੋਂ ਇੱਕ ਇੱਜ਼ਤਦਾਰ ਲੀਡਰ ਬਣਨਾ ਮੈਂ ਇੱਕ ਆਪ ਦੇ ਆਪ ਨੂੰ ਚੰਗਾ ਸਮਝਦਾ ਮਤਲਬ ਮੇਰੇ ਵਾਸਤੇ ਮੇਰੀ ਪਰਸਨਲ ਚੋਇਸ ਲੀਡਰ ਮੈਂ ਨਹੀਂ ਕਹਿੰਦਾ ਬਹੁਤ ਵੱਡਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਪਿੰਡ ਦਾ ਲੀਡਰ ਹੋਵੇ ਹਮ ਚਾਹੇ ਜ਼ਿਲ੍ਹੇ ਦਾ ਲੀਡਰ ਹੋਵੇ ਚਾਹੇ ਪੰਜਾਬ ਦਾ ਲੀਡਰ ਹੋਵੇ ਮਤਲਬ ਉਹਦੇ ਬਾਰੇ ਜਿਹੜਾ ਉਹਦਾ ਦਾਇਰਾ ਹੈ ਉਹਦੇ ਬਾਰੇ ਲੋਕ ਕੀ ਬੋਲਦੇ ਹਨ ਕੀ ਕਿੰਨਾ ਕੋ ਬੰਦਾ ਖੜਦਾ ਹੈ ਕਿੰਨਾ ਕੋ ਕਿਸੇ ਦੇ ਕੰਮ ਆਉਂਦਾ ਹੈ ਕੀ ਆਪਦੀ ਜ਼ੁਬਾਨ ਤੇ ਖੜਦਾ ਕਿ ਨਹੀਂ ਖੜਦਾ ਸੋ ਮੈਂ ਸਮਝਦਾ ਮੇਰੇ ਵਾਸਤੇ ਉਹ ਜ਼ਰੂਰੀ ਹੈ ਸੋ ਇਹ ਬੜੀ ਪਰਸਨਲ ਜੀ ਚੁਆਇਸ ਹੈ ਕੋਈ ਕੋਈ ਸੋਚਦੇ ਕੋਈ ਕੋਈ ਸੋਚਦੇ ਆ ਸੀ ਸਿਆਸਤ ਜਰੋੜ ਦੇਖਦੇ ਆ ਲੋਕ ਇੰਨੀ ਤੇਜ਼ੀ ਕਰਦੇ ਆ ਤੁਹਾਡੇ ਖਿਆਲ ਨਾਲ ਸਾਨੂੰ ਨਹੀਂ ਅਪਰੋਚ ਕੀਤਾ ਗਿਆ ਨਹੀਂ ਅਪਰੋਚ ਮੈਂ ਇਹ ਸਵਾਲ ਕਰਨਾ ਸੀ ਬੀਜੇਪੀ ਵੱਲੋਂ ਆਇਆ ਸੱਦਾ ਕਿਉਂਕਿ ਅੱਜ ਕੱਲ ਬੀਜੇਪੀ ਦਾ ਹੀ ਦੌਰ ਚੱਲ ਰਿਹਾ ਬਹੁਤ ਜ਼ਿਆਦਾ ਦੇਖੋ ਮੈਂ ਤੁਹਾਨੂੰ ਕਹਿੰਦਾ ਹਾਂ ਹਾਂ ਬੀਜੇਪੀ 'ਚ ਮੇਰੇ ਬੜੇ ਗੂੜੇ ਮਿੱਤਰ ਹੈ ਜੀ ਸਾਡੇ ਕੋਈ ਕਾਂਗਰਸ 'ਚ ਕੋਈ ਹੈ ਹਾਂ ਮੇਰੀ ਦੋਸਤੀ ਹੈ ਮੈਂ ਬਗੈਰ ਗੱਲੋਂ ਕਿਸੇ ਨਾਲ ਵਿਗਾੜ ਵੀ ਨਹੀਂ ਪਾਉਂਦਾ ਪਰ ਮੇਰੇ ਕਈ ਗੂੜੇ ਮਿੱਤਰ ਜੀ ਠੀਕ ਆ ਵਿੱਚ ਗੱਲਬਾਤ ਚੱਲਦੀ ਹੈ ਅਗਲਾ ਕਹਿੰਦਾ ਪਰ ਉਹੀ ਗੱਲ ਫੇਰ ਆ ਗਈ ਕਿ ਪਰਸਨਲ ਚੋਇਸ ਹੂੰ ਦੇਖੋ ਇਹ ਜ਼ਰੂਰੀ ਨਹੀਂ ਤੁਸੀਂ ਇਲੈਕਸ਼ਨ ਲੜਨੀ ਜ਼ਰੂਰੀ ਹੈ ਕੀ ਹੋ ਜੂ ਜੇ ਬੰਦਾ ਨਾ ਵੀ ਇਲੈਕਸ਼ਨ ਲੜੂ ਮੈਨੂੰ ਇਹ ਗੱਲ ਸਮਝਾਓ ਤਾਂ ਕੀ ਹੋ ਜੂ ਮੈਨੂੰ ਕੈਪਟਨ ਅਮਰਿੰਦਰ ਸਿੰਘ 2012 ਚ ਹੂੰ ਪਹਿਲਾਂ ਕਮਿਟਮੈਂਟ ਕਰਾ ਕੇ ਸੋਨੀਆ ਗਾਂਧੀ ਜੀ ਤੋਂ ਕਾਂਗਰਸ ਲੈ ਕੇ ਗਏ ਸੀ ਜੀ ਮੈਂ ਆਪ ਦੇ ਹੱਥੀ ਸੋਨੀਆ ਗਾਂਧੀ ਜੀ ਦਾ ਨੋਟ ਪੜਿਆ ਮੈਨੂੰ ਪੜਾਇਆ ਗਿਆ ਜੀ ਮੇਰੀ ਟਿਕਟ ਦਾ ਠੀਕ ਹੈ ਤੇ 2012 ਚ ਨਹੀਂ ਮਿਲੀ ਮੈਨੂੰ ਟਿਕਟ ਠੀਕ ਹੈ ਜੀ ਮਜਬੂਰੀਆਂ ਹੋ ਜਾ ਹੋਗੀ ਠੀਕ ਹੈ ਤੇ ਫਿਰ ਕੀ ਹੋ ਗਿਆ ਪਾਰਟੀ ਚ ਰਹੇ 2012 ਤੋਂ 17 ਲੜਾਈ ਲੜੀ ਠੀਕ ਹੈ ਮਤਲਬ ਦੇਖੋ ਪਤਾ ਨਹੀਂ ਮੈਂ ਮੇਰੀ ਸੋਚ ਹੈ ਮੈਂ ਕਿ ਅੱਜ ਕੱਲ ਜਿਹੜਾ ਸਮਾਂ ਆ ਗਿਆ ਕਗਲਾ ਕਹਿੰਦਾ ਯਾਰ ਮੈਂ ਤਾਂ ਮਰਦਾ ਜੇ ਇਲੈਕਸ਼ਨ ਨਹੀਂ ਲੜਦਾ ਹੂੰ ਮੈਂ ਤਾਂ ਪਤਾ ਨਹੀਂ ਕੀ ਹੋ ਜੂ ਜੇ ਮੈਨੂੰ ਅਹੁਦਾ ਨਾ ਮਿਲੂ ਕੀ ਹੋ ਜੂ ਜੇ ਲੋਕ ਤੁਹਾਨੂੰ ਪਸੰਦ ਕਰਦੇ ਆ ਤੇ ਆਪੇ ਤੁਨ ਲੋਕ ਮੂਰੇ ਲੈ ਆਉਣਗੇ ਹੂੰ ਤੇ ਨਹੀਂ ਤਾਂ ਜਿੰਨੀਆਂ ਮਰਜ਼ੀ ਠੀਕ ਰੀਆਂ ਤੋੜੀ ਜੋ ਕੀ ਹੋ ਜੂ ਮੈਂ ਅੱਜ ਵੀ ਕਹਿੰਨਾ ਕਿ ਜਿੰਨਾ ਮੈਂ ਫਰੀਦਕੋਟ ਜ਼ਿਲ੍ਹੇ 'ਚ ਤੇ ਖਾਸ ਕਰਕੇ ਹਲਕੇ 'ਚ ਕੰਮ ਕੀਤਾ ਨਾ ਜੀ ਡਵੈਲਪਮੈਂਟ ਦਾ ਜੋ ਇੱਕ ਫਰਜ਼ ਬਣਦਾ ਐ ਐਮਐਲਏ ਦਾ ਮੈਂ ਅੱਜ ਵੀ ਕਹਿਣਾ ਹੈ ਕਿ ਮੇਰੇ ਨਾਲ ਕੋਈ ਬੰਦਾ ਭਾਵੇਂ ਇਹ ਸਾਰੀਆਂ ਪਾਰਟੀਆਂ ਵਾਲੇ ਟੇਬਲ ਤੇ ਬਹਿ ਕੇ ਮੇਰੇ ਨਾਲ ਗਿਣਤੀ ਮਿੰਤੀ ਕਰ ਲੈਣ ਹੂੰ ਤੇ ਅੱਜ ਕੀ ਇਹੋ ਜੀ ਹਵਾ ਚੱਲੀ ਲੋਕਾਂ ਨੇ ਕੰਮ ਦੇਖਿਆ ਹੀ ਨਹੀਂ ਹਰੇਕ ਜਰਬਾ ਲਾਉਣ ਲੱਗ ਪਿਆ ਕਿ 1000 ਰੁਪਿਆ ਆਜੂ ਘਰੇ ਕੋਈ ਕਵੇ ਮੁੰਡੇ ਨੌਕਰੀ ਮਿਲ ਜੂ ਕੋਈ ਉਹ ਆਵੇ ਹੁਣ ਸਾਰੇ ਮੈਨੂੰ ਕਹਿੰਦੇ ਆ ਜਿੱਥੇ ਡਵੈਲਪਮੈਂਟ ਦੇ ਕੰਮ ਖੜੇ ਸੀ 2 ਸਾਲ ਪਹਿਲਾਂ ਫਰੀਦਕੋਟ ਚ ਜੀ ਉੱਥੇ ਦੇ ਉੱਥੇ ਹੀ ਖੜਿਆ ਇੱਕ ਨਵੀਂ ਇੱਟ ਨਹੀਂ ਲੱਗੀ ਸੀਵਰੇਜ ਦਾ 200 ਕਰੋੜ ਦਾ ਪ੍ਰੋਜੈਕਟ ਠੀਕ ਹੈ ਤੇ 190 ਕਰੋੜ ਰੁਪਇਆ ਲੱਗ ਗਿਆ ਠੀਕ ਹੈ ਤੇ 10 ਕਰੋੜ ਪਿੱਛੇ ਕੰਮ ਖੜਾ 2 ਸਾਲ ਹੋ ਗਏ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਜਦੋਂ ਬੰਦੇ ਨੂੰ ਮੌਕਾ ਮਿਲੇ ਤੁਸੀਂ ਉਹਦੇ ਕਰਮ ਕਰੋ ਹਮ ਸਭ ਤੋਂ ਵੱਡੀ ਘਾਟ ਸੀਗੀ ਸਾਡੇ ਇਲਾਕੇ ਵਿੱਚ ਠਾੜ ਦਾ ਇਲਾਕਾ ਵਜਦਾ ਹੁੰਦਾ ਸੀ ਕਿਸਾਨਾਂ ਵਾਸਤੇ ਮੈਰੀ ਪਾਣੀ ਦੀ ਜੀ ਜਿੰਨੀਆਂ ਸਿੱਧੂ ਸਾਹਿਬ ਕਸੀਆਂ ਜਿੰਨੀਆਂ ਸਬਸਿਡੀ ਦੀਆਂ ਪਾਈਪਲਾਈਨਾਂ ਖਾਲੇ ਮੈਂ ਬਣਾਇਆ ਨਾ ਪਿੰਡਾਂ 'ਚ ਮੇਰੇ ਨਾਲ ਕਦੀ ਵੀ ਨਹੀਂ ਮਤਲਬ ਕੋਈ ਸੋਚੀਂ ਸਾਜ ਮਤਲਬ ਮੈਂ ਪਰ ਫਿਰ ਵੀ ਅਗਲਾ ਇਹ ਨਹੀਂ ਦੇਖਦਾ ਕਿ ਖੇਤ ਨੂੰ ਪਾਣੀ ਲੱਗਦਾ ਮੜੀ ਜੀ ਗੱਲ ਤੇ ਰੁਸ ਜਾਂਦਾ ਕਿ ਯਾਰ ਤੂੰ ਫਲਾਣੇ ਦਾ ਕੰਮ ਕਰਤਾ ਮੇਰਾ ਨਹੀਂ ਕੀਤਾ ਕੋਈ ਗੱਲ ਨਹੀਂ ਠੀਕ ਹੈ ਸਾਡਾ ਫਰਜ਼ ਹੈ ਨੇਕੀ ਕਰੋ ਖੂਜ ਪਾਓ ਹੂੰ ਗਾਉਂ ਜਾਂ ਪ੍ਰਮਾਤਮਾ ਦੇਖੇ ਜਾਂ ਸੰਗਤ ਦੇਖੇ ਤੇ ਕੋਈ ਆਪਾਂ ਨੂੰ ਏਡੀ ਚੜੀ ਨਹੀਂ ਕਿ ਮੇਰਾ ਸਰਦਾ ਨਹੀਂ ਐਮਐਲਏ ਵਗੈਰ ਠੀਕ ਆ ਜੇ ਪਾਰਟੀ ਕਹੂਗੀ ਤਾਂ ਲੜ ਲੈ ਨਹੀਂ ਤਾਂ ਕੋਈ ਨਹੀਂ ਆਉਦਾ ਵਧੀਆ ਮਤਲਬ ਇਸ ਕਰਕੇ ਮਤਲਬ ਆਪਦੀ ਸੋਚ ਹੈ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਅਪਰੋਚ ਕਰਦੇ ਆ ਸਭ ਕੁਝ ਹੈ ਪਰ ਨੇ ਵੀ ਬੜੀ ਸੋਚ ਆ ਕਿ ਬੰਦੇ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਫਰੀਦਕੋਟ ਤੋਂ ਜਾਂ ਫਰੀਦਕੋਟ ਦੀ ਗੱਲ ਕਰ ਰਹੇ ਹੋ ਲੋਕ ਸਭਾ ਦੀ ਦੋ ਚਿਹਰੇ ਅਜਿਹੇ ਆ ਜਿਹੜੀਆਂ ਦੋਨੇ ਪਾਰਟੀਆਂ ਦੇ ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਜਿਨ੍ਹਾਂ ਨੂੰ ਕੋਈ ਹਰ ਬੰਦਾ ਜਾਣ ਪਛਾਣਦਾ ਕੋਈ ਮਹਿਤਾਜ ਨਹੀਂ ਇਹਨਾਂ ਦੀ ਦਾ ਪਰ ਤੁਹਾਡੀ ਪਾਰਟੀ ਨੇ ਜਿਹੜੇ ਉਮੀਦਵਾਰ ਉਤਾਰੇ ਆ ਉਹਨਾਂ ਬਾਰੇ ਲੋਕਾਂ ਨੂੰ ਹਾਲੇ ਦੱਸਣਾ ਪੈਂਦਾ ਕਿ ਇਹ ਫੁਲਾਣੇ ਉਮੀਦਵਾਰ ਨੇ ਕੀ ਲੱਗਦਾ ਹੈ ਕਿ ਜਿਹੜਾ ਸਟਾਰਡਮ ਆ ਉਹਦਾ ਪ੍ਰਭਾਵ ਪਊਗਾ ਤੁਹਾਡੀ ਪਾਰਟੀ ਤੇ ਨੁਕਸਾਨ ਹੋਊਗਾ ਤੁਹਾਨੂੰ ਅਸੀਂ ਇਹ ਦੇਖ ਕੇ ਲੋਕਲ ਚਿਹਰਾ ਉਤਾਰਿਆ ਸਾਡੀ ਪਾਰਟੀ ਨੇ ਜੀ ਪਿਛਲੀ ਵਾਰੀ ਅਸੀਂ ਇੱਕ ਬਹੁਤ ਸਤਿਕਾਰਯੋਗ ਨੇ ਸਦੀਕ ਸਾਹਿਬ ਜੀ ਇਨਫੈਕਟ ਪਰਸਨਲੀ ਮੈਂ ਉਹਨਾਂ ਦੇ ਗਾਣਿਆਂ ਦਾ ਫੈਨ ਹਾਂ ਜੀ ਛੋਟੇ ਹੁੰਦੇ ਤੂੰ ਕਿਉਂਕਿ ਉਹ ਲੋਕ ਗੀਤ ਗਾਉਂਦੇ ਆ ਤੇ ਮੈਨੂੰ ਪੰਜਾਬੀ ਦੇ ਲੋਕ ਗੀਤ ਬੜੇ ਪਸੰਦ ਆ ਜੀ ਅਸੀਂ ਐਕਸਪੈਰੀਮੈਂਟ ਕਰਕੇ ਦੇਖਿਆ ਕਾਂਗਰਸ ਪਾਰਟੀ ਨੇ ਪਿਛਲੀ ਵਾਰੀ ਲੋਕਾਂ ਨੇ ਫਤਵਾ ਦਿੱਤਾ ਪਰ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਸਿੱਧੂ ਸਾਹਿਬ ਜੀ ਇਹ ਕੋਈ ਪ੍ਰੋਫੈਸ਼ਨ ਹੈ ਜਿਹੜਾ ਆਰਟਿਸਟ ਹੈ ਜਾਂ ਸੈਲੀਬ੍ਰਿਟੀ ਹੈ ਉਹਨਾਂ ਦਾ ਇੱਕ ਅੱਡ ਪ੍ਰੋਫੈਸ਼ਨ ਹੈ ਉਹ ਉਹ ਇੱਕ ਸਾਡੇ ਸਮਾਜ ਦੀ ਸ਼ਾਨ ਹੈ ਮੈਂ ਕਹਿਣਾ ਚਾਹੁੰਦਾ ਪਰ ਜਿਹੜਾ ਸਿਆਸਤ ਹੈ ਇਹ ਵੀ ਇੱਕ ਫੁੱਲ ਟਾਈਮ ਪ੍ਰੋਫੈਸ਼ਨ ਹੈ ਲੋਕਾਂ ਦੀਆਂ ਮੰਗਾਂ ਲੋਕਾਂ ਦੇ ਕੰਮ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨਾ ਲੋਕਾਂ ਦੇ ਗਰੰਟਾ ਦੇਣੀਆਂ ਲੋਕਾਂ ਨਾਲ ਦਫ਼ਤਰਾਂ 'ਚ ਜਾਣਾ ਇਹ ਵੀ ਇੱਕ ਫੁੱਲ ਟਾਈਮ ਕੰਮ ਸਗੋਂ ਉਹਨਾਂ ਨਾਲੋਂ ਵੱਡਾ ਫੁੱਲ ਟਾਈਮ ਕੰਮ ਹੈ ਸਦੀਕ ਸਾਹਿਬ ਦੀ ਪ੍ਰਾਇੋਰਟੀ ਜਿੱਤਣ ਤੋਂ ਬਾਅਦ ਵੀ ਐਜ਼ ਅ ਆਰਟਿਸਟ profession ਦੀ ਰਹੀ ਹਾਂ ਆਪ ਦੇ ਵਿਚਾਰੇ ਖਾੜੇ ਲਾਉਂਦੇ ਰਹੇ ਸਭ ਕੁਝ ਕਰਦੇ ਰਹੇ ਠੀਕ ਹੈ ਉਹਨਾਂ ਦੀ ਸੋਚ ਸੀ ਉਹਦੇ ਵਿੱਚ ਸਾਡੇ ਜਿਹੜੇ ਵਰਕਰ ਸੀ ਸਾਡੇ ਲੋਕ ਸੀ ਫਰੀਦਕੋਟ ਦੇ ਉਹ ਇਸ ਗੱਲ ਤੇ ਦੁਖੀ ਸੀ ਕਿ ਯਾਰ ਐਮਪੀ ਸਾਹਿਬ ਆਉਂਦੇ ਨਹੀਂ ਐਮਪੀ ਸਾਹਿਬ ਨੂੰ ਬੁਲਾਉਂਦੇ ਆ ਗ੍ਰਾਂਟ ਨਹੀਂ ਮਿਲਦੀ ਸਾਨੂੰ ਲਭਦੇ ਨਹੀਂ ਸੋ ਸੇਮ ਐਕਸਪੈਰੀਮੈਂਟ ਕੀਤਾ ਗੁਰਦਾਸਪੁਰ ਵਾਲਿਆਂ ਨੇ ਸਰੀ ਦਿਓਲ ਦਾ ਹਾਂ ਤੁਸੀਂ ਦੇਖ ਲਓ ਪੋਸਟਰ ਲੱਗਦੇ ਰੇ ਗੁੰਮਸ਼ਦਾ ਦੇ ਦੇਖੋ ਮੈਂ ਸਤਕਾਰ ਕਰਦਾ ਅਨਸਰਾਂਜੀ ਦਾ ਮੇਰਾ ਨਾਮ ਉਹਨਾਂ ਦਾ ਪਰਸਨਲ ਮੇਰਾ ਪਿਆਰ ਹੈ ਜੀ ਬਹੁਤ ਅੱਛੇ ਗਾਇਕ ਹੈ ਮੈਂ ਉਹਨਾਂ ਨੂੰ ਪਸੰਦ ਕਰਦਾ ਉਹ ਸੂਫੀ ਗਾਉਂਦੇ ਆ ਮੈਂ ਪਸੰਦ ਕਰਦਾ ਮੈਂ ਇਹਨਾਂ ਨੂੰ ਪਿਕਚਰਾਂ 'ਚ ਹੀ ਦੇਖਿਆ ਮੇਰੀ ਜਿਆਦਾ ਵਾਹ ਨਹੀਂ ਆ ਕਰਮਜੀਤ ਰਮੋਲ ਨੂੰ ਮੈਂ ਪਿਕਚਰਾਂ 'ਚ ਇਹਨਾਂ ਦੇ ਅੱਛੇ ਆਰਟਿਸਟ ਹੈ ਪਰ ਯਾਰ ਇਹਨਾਂ ਦਾ ਇੱਕ profession ਹੈ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਕਰਮਜੀਤ ਅਨਮੋਲ ਜੀ ਦੀ ਆ ਥੋੜੇ ਦਿਨ ਪਹਿਲਾਂ ਉਹ ਇਹ ਕਹਿੰਦੇ ਕਿ ਮੈਂ ਬਹੁਤ ਬਿਜ਼ੀ ਬੰਦਾ ਐ ਮੇਰੀਆਂ ਬਹੁਤ ਫਿਲਮਾਂ ਐ ਮੈਨੂੰ ਵੀ ਪਤਾ ਘਟੋ ਘਟ ਉਹ ਸ਼ੂਟਿੰਗ ਵਿੱਚ ਘਟੋ ਘਟ 6-7 ਮਹੀਨੇ ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਰਹਿਣਾ ਪੈਂਦਾ ਜੀ ਸ਼ੂਟਿੰਗ ਕਰਦੇ ਫਿਲਮਾਂ ਦੀ ਉਹ ਕਹਿੰਦੇ ਸੀ ਜਦੋਂ ਮੈਨੂੰ ਕਿਤੇ ਵੇਹ ਲੱਗਿਆ ਕਰੂ ਕਿ ਮੈਂ ਇੱਥੇ ਆਇਆ ਕਰੂੰਗਾ ਮੈਂ ਉਹ ਪ੍ਰੋਫੈਸ਼ਨ ਨਹੀਂ ਛੱਡਣਾ ਹੂੰ ਦੇਖੋ ਮੈਂ ਸਮਝਦਾ ਹਾਂ ਕਿ ਚਾਹੇ ਡਾਕਟਰ ਆਏ ਚਾਹੇ ਟੀਚਰ ਆਏ ਚਾਹੇ ਆਰਟਿਸਟ ਆਏ ਚਾਹੇ politician ਹੈ ਜਿੰਨਾ ਚਿਰ ਅੱਜਕੱਲ ਦੇ ਸਮਝ 100% ਆਪ ਦੇ profession ਨੂੰ ਡੈਡੀਕੇਟਡ ਨਹੀਂ ਉਹ ਦੇਖੋ 100% ਆਪ ਦੇ profession ਵਾਸਤੇ ਟਾਈਮ ਨਹੀਂ ਜੀ ਤੁਸੀਂ ਉਸ profession ਨੂੰ ਜਸਟੀਫਾਈ ਨਹੀਂ ਕਰ ਸਕਦੇ ਤੁਸੀਂ ਉਸ profession ਨੂੰ ਜੋ ਦਾ ਬਣਦਾ ਹੱਕ ਹੈ ਉਹ ਨਹੀਂ ਦੇ ਸਕਦੇ ਹੂੰ ਸੋ ਮੈਂ ਸਮਝਦਾ ਕਿ ਬੜੀ ਚੰਗੀ ਗੱਲ ਹੈ ਬੜੇ ਸਤਕਾਰਯੋਗ ਹੈ ਸਾਡੇ ਦੋਨੋਂ ਕੈਂਡੀਡੇਟ ਆਨਸਰ ਆਜੀ ਵੀ ਤੇ ਕਰਮਜੀਤ ਅਨਮੋਲ ਜੀ ਪਰ ਫਰੀਦਕੋਟ ਦੇ ਲੋਕਾਂ ਨੂੰ ਇੱਕ ਇਹੋ ਜਿਹਾ ਐਮਪੀ ਚਾਹੀਦਾ ਆਪਾਂ ਐਮਪੀ ਬਣਾਉਣਾ ਇੱਥੇ ਆਪਾਂ ਐਕਟਰ ਤਾਂ ਕੋਈ ਬਣਾਉਣਾ ਨਹੀਂ ਨਾ ਹੀ ਆਪਾਂ ਇੱਥੇ ਗਾਇਕ ਬਣਾਉਣਾ ਆਪਾਂ ਤਾਂ ਐਮਪੀ ਬਣਾਉਣਾ ਐਮਪੀ ਦਾ ਕੀ ਕੰਮ ਹੈ ਲੋਕਾਂ ਦੇ ਦੁੱਖ ਦੇ ਸੁੱਖ ਦੇ ਵਿੱਚ ਪਹੁੰਚੇ ਲੋਕਾਂ ਦੀ ਔਖੇ ਵਾਲੇ ਹਾਂ ਦਾ ਨਾਰਾ ਮਾਰੇ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਵਿੱਚ ਵਿਚਰੇ ਅਫਸਰਾਂ ਕੋਲ ਜੇ ਕੋਈ ਮੁਸ਼ਕਲਾਂ ਲੈ ਕੇ ਜਾਵੇ ਉੱਤੇ ਪੈਰਵਾਈ ਕਰੇ ਹਲਕੇ ਦੇ ਕੰਮਾਂ ਦੀ ਦਿੱਲੀ ਜਾ ਕੇ ਚੰਡੀਗੜ੍ਹ ਜਾ ਐਮਪੀ ਦੇ ਕੰਮ ਸੋ ਉਹ ਸਾਰਾ ਕੁਝ ਦੇਖਦੇ ਹੋਏ ਕਿ ਐਮਪੀ ਬਣਾਉਣਾ ਆਪਾਂ ਕੋਈ ਕਿਸੇ ਨੂੰ ਐਕਟਰ ਜਾਂ ਆਪਾਂ ਸਿੰਗਰ ਨਹੀਂ ਬਣਾਉਣਾ ਇਹ ਦੇਖਦੇ ਹੋਏ ਅਸੀਂ ਪਾਰਟੀ ਨੇ ਇੱਕ ਲੋਕਲ ਕੈਂਡੀਡੇਟ ਦਿੱਤਾ ਪਰ ਪੜਿਆ ਲਿਖਿਆ ਪੜਿਆ ਲਿਖਿਆ ਕੈਂਡੀਡੇਟ ਇੱਕ ਲੇਡੀ ਖਾਸ ਕਰਕੇ ਸਿੱਧੂ ਸਾਹਿਬ ਐਸ ਵੇਲੇ ਰੈਜ਼ਰਵੇਸ਼ਨ ਬਹੁਤ ਵੱਡੀ ਹੈ ਪੰਚਾਇਤਾਂ ਵਿੱਚ ਜੀ ਮੈਂਬਰ ਸਰਪੰਚ ਐਮਸੀ ਜ਼ਿਲ੍ਹਾ ਪ੍ਰੀਸ਼ਦ ਬਲੌਕ ਸੰਪਤੀ ਲੇਡੀਆਂ ਬਹੁਤ ਆਪਣੀਆਂ ਜਿੱਤ ਕੇ ਆਉਂਦੀਆਂ ਜੀ ਲੇਡੀ ਨੂੰ ਲੇਡੀ ਨਾਲ ਗੱਲ ਕਰਨੀ ਬੜੀ ਸੌਖੀ ਜੀ ਕਿਉਂਕਿ ਜਦੋਂ ਉਹ ਜਿੱਤ ਕੇ ਆਉਂਦੀਆਂ ਸਰਪੰਚ ਬਣਦੀਆਂ ਲੋਕ ਉਹਨਾਂ ਨੂੰ ਹੀ ਕਹਿੰਦੇ ਸਾਡਾ ਕੰਮ ਕਰਾਓ ਹਮ ਉਹਨਾਂ ਨੂੰ ਇੱਕ ਲੇਡੀ ਨੂੰ ਅਪਰੋਚ ਕਰਨਾ ਬੜਾ ਸੌਖਾ ਬੰਦੇ ਨਾਲੋਂ ਸੋ ਇਹ ਸਭ ਕੁਝ ਦੇਖਦੇ ਹੋਏ ਕਿ ਇੱਕ ਤਾਂ ਉਹਨਾਂ ਲੇਡੀਆਂ ਦੀ ਇਹ ਆਵਾਜ਼ ਬਣਨਗੇ ਜਿਹੜੇ ਸਾਡੇ ਲੇਡੀ ਕੈਂਡੀਡੇਟ ਹੈ ਇੱਕੇ ਸਾਡੇ ਇਲਾਕੇ ਦੇ ਆ ਜੀ ਫਰੀਦਕੋਟ ਦੀ ਧੀ ਹੈ ਤੇ ਮੋਗੇ ਦੀ ਨੋਹਾਂ ਤੇ ਨਾਨਕੇ ਰੌਲੀ ਹੈ ਸਭ ਕੁਝ ਹਲਕੇ ਚ ਹੈ ਸਾਰੀਆਂ ਰਿਸ਼ਤੇਦਾਰੀ ਇਹ ਦਿਨ ਰਾਤ ਪਰਿਵਾਰ ਹਾਜ਼ਰ ਹੈ ਇਹਨਾਂ ਨੂੰ ਕੋਈ ਕੰਮ ਨਹੀਂ ਹਮ ਇਹਨਾਂ ਦੇ ਹਸਬੰਦ ਵੀ ਆਪ ਵੀ ਬੀਬੀ ਅਮਰਜੀਤ ਕਾ ਇਹ ਹਾਜ਼ਰ ਜਿੱਥੇ ਸੰਗਤ ਕਹੂਗੀ ਜਿੱਥੇ ਲੋੜ ਹੋਊਗੀ ਦੁੱਖ ਸੁੱਖ ਵਿੱਚ ਕੰਮਾਂ ਵਾਸਤੇ ਇਹ ਜਦੋਂ ਮਰਜੀ ਹੈ ਇਹਨਾਂ ਨੂੰ ਲੱਭਣਾ ਨਹੀਂ ਪਊਗਾ ਲੋਕਾਂ ਨੂੰ ਹਮ ਇਹ ਲੋਕਾਂ ਕੋਲ ਆ ਹਾਜ਼ਰ ਹੋਣਗੇ ਸੋ ਇੱਕ ਐਮਪੀ ਦਾ ਵਧੀਆ ਰੋਲ ਨਿਭਾਉਣ ਵਾਸਤੇ ਕਾਂਗਰਸ ਪਾਰਟੀ ਨੇ ਫਰੀਦਕੋਟ ਦੀ 3 ਮੋਗੇ ਦੀ 9 ਨੂੰ ਅੱਗੇ ਲਾਇਆ ਐਕਚੁਅਲੀ ਜੇ ਸਹੀ ਪੁੱਛਦੇ ਹੋ ਕਾਂਗਰਸ ਪਾਰਟੀ ਨੇ ਇੱਕ ਸਹੀ ਪੜੀ ਲਿਖੀ ਲੇਡੀ ਨੂੰ ਜਿਹਦਾ ਤਜਰਬਾ ਵੀ ਹੈ ਪੋਲਿਟਿਕਸ ਦਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਰਹੀ ਹੈ 5 ਸਾਲ ਐਮਐਲਏ ਦੀ ਇਲੈਕਸ਼ਨ ਲੜੇ ਹੈ ਸੋ ਉਹਦੇ ਵਿੱਚ ਪਾਰਟੀ ਨੇ ਦੇਖਦੇ ਹੋਏ ਕਿ ਲੋਕਾਂ ਨੂੰ ਕਿਵੇਂ ਫਾਇਦਾ ਦੇਣਾ ਹੈ ਲੋਕਾਂ ਦਾ ਫਾਇਦਾ ਕਿਵੇਂ ਕਰਨਾ ਇਸੇ ਕਰਕੇ ਪਾਰਟੀ ਨੇ ਫੈਸਲਾ ਕੀਤਾ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦਾ ਹੁਣ ਆਰਟਿਸਟਾਂ ਨਾਲੋਂ ਪੋਲਿਟਿਕਸ ਜੀ ਲੈ ਜਾਣਾ ਮੈਂ ਇਹ ਨਹੀਂ ਕਹਿੰਦਾ ਫਿਲਮਾਂ ਜ਼ਰੂਰ ਦੇਖਣ ਜਦੋਂ ਫਿਲਮ ਆਵੇ ਕਰਮਜੀਤ ਅਮੋਲਜੀ ਦੀ ਮੈਂ ਵੀ ਦੇਖਣ ਜਾਊਂਗਾ ਹੂੰ ਜਦੋਂ ਹੰਸ ਰਾਜ ਜੀ ਕੋਈ ਨਵਾਂ ਗਾਣਾ ਗਾਉਣਗੇ ਮੈਂ ਵੀ ਸੁਣੂੰਗਾ ਪਰ ਐਜ਼ ਐਮਪੀ ਸਾਨੂੰ ਇੱਕ ਹੋਲ ਟਾਈਮ ਬੰਦਾ ਚਾਹੀਦਾ ਹੂੰ ਪਰ ਗਵੰਤਮਾਨ ਜੀ ਵੀ ਇੱਕ ਐਕਟਰ ਇਸੀ ਇੱਕ ਆਰਟਿਸਟ ਸੀ ਤੇ ਅੱਜ ਗੱਲ ਕਿੱਥੇ ਖੜੀ ਹੈ ਹੂੰ ਕਹਿੰਦੇ ਸੀ ਮੈਂ ਐਮਐਸਪੀ ਦੇਵਾਂਗਾ ਤਿੰਨ ਚਾਰ ਦਿਨ ਪਹਿਲਾਂ ਮੈਂ ਅਖਬਾਰਾਂ 'ਚ ਪੜਿਆ ਕਿਸਾਨਾਂ ਨੂੰ ਕਹਿੰਦੇ ਕਿ ਇਹ ਤਾਂ ਦੇ ਹੀ ਨਹੀਂ ਸਕਦੇ ਹੂੰ ਟੀਚਰਾਂ ਨੂੰ ਕਹਿੰਦੇ ਸੀ ਮੈਂ ਨੌਕਰੀਆਂ ਦੇਵਾਂਗੇ ਉਹ ਕੋਈ ਟੈਂਕੀਆਂ ਤੇ ਚੜੇ ਫਿਰਦੇ ਆ ਮੈਂ ਤੁਹਾਡੇ ਚੈਨਲ 'ਚ ਵੀ ਦੇਖਿਆ ਕਦੇ ਵਾਰੀ ਤੁਸੀਂ ਵੀ ਕਵਰ ਕਰਦੇ ਹੁੰਦੇ ਹੋ ਜੇ ਕਿਤੇ ਇਹਨਾਂ ਨੂੰ ਕੋਈ ਸਵਾਲ ਕਰਦਾ ਹੈ ਤਹ ਗੁੱਸਾ ਮੰਦੇ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਬਹੁਤ ਗੁੱਸੇ ਚ ਆਉਂਦੇ ਆ ਸੋ ਮੇਰਾ ਕਹਿਣ ਤੋਂ ਭਾਵੇਂ ਆ ਕਿ ਇਹ ਆਦਤ ਵੀ ਇਹਨਾਂ ਨੇ ਪਾਈ ਆ ਸਿੱਧੂ ਸਾਹਿਬ ਹਮ ਕਿ ਸਵਾਲ ਪੁੱਛੋ ਹਾਂ ਇਹ ਕਹਿੰਦੇ ਹੁੰਦੇ ਸੀ ਕਿ ਇਹਨਾਂ ਦੇ ਮੂਰੇ ਕੈਮਰੇ ਲੈ ਕੇ ਖੜੋ ਇਹਨਾਂ ਨੂੰ ਸਵਾਲ ਪੁੱਛੋ ਹਮ ਅਸੀਂ ਤਾਂ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਆ ਅੱਜ ਵੀ ਸਾਨੂੰ ਅੱਜ ਵੀ ਕੋਈ ਰੋਕ ਲੈਂਦਾ ਉਹਨੂੰ ਤਸੱਲੀ ਕਰਾ ਕੇ ਚਾਈ ਦੀ ਨਹੀਂ ਤਾਂ ਮਾਫੀ ਮੰਗੀਦੀ ਆ ਕਿ ਭਾਈ ਸਾਡੇ ਤੋਂ ਨਹੀਂ ਹੋਇਆ ਹੁਣ ਇਹ ਕਿਉਂ ਖਿੱਚਦੇ ਆ ਕਿਉਂ ਡਰਦੇ ਆ ਆਪ ਵੀ ਰਵਾਇਤ ਪਾਈ ਆਪ ਹੀ ਇਹ ਡਡੇ ਵਾਅਦੇ ਕੀਤੇ ਹੁਣ ਪੂਰੇ ਨਹੀਂ ਹੁੰਦੇ ਹੁਣ ਕਿਉਂ ਲੁਕਦੇ ਆ ਮੇਰੇ ਖਿਆਲਾਂ ਦਾ ਮੈਂ ਹੈਰਾਨ ਹੁਣ ਜਦੋਂ ਇਹਨਾਂ ਦੇ ਕੈਂਡੀਡੇਟ ਜਾਂਦੇ ਆ ਪਿੰਡਾਂ 'ਚ ਲੋਕ 25 ਤੇ ਪੁਲਸ ਵਾਲਾ 500 ਸੋ ਹੀ ਪਹਿਲੀ ਵਾਰੀ ਮੈਂ ਸਿਸਟਮ ਦੇਖਿਆ। صدیق ਸਾਹਿਬ ਦੀ ਤੁਸੀਂ ਗੱਲ ਕੀਤੀ ਕਿ ਉਹ ਟਿਕਟ ਐਮ ਨਹੀਂ ਦੇ ਗਏ। ਇੱਕ ਇਹ ਵੀ ਚਰਚਾ ਹੈ ਕਿ ਮੁਹੰਮਦ صدیق ਦੀ ਕਿੱਕੀ ਢਲੋਂਾ ਬਣਦੀ ਨਹੀਂ ਸੀ ਤੇ ਪਹਿਲਾਂ 2022 ਦੇ ਵਿੱਚ ਜੈਤੂ ਦੀ ਟਿਕਟ ਤੇ ਉਹ ਦਾਵੇਦਾਰ ਸੀਗੇ। ਉਹਨਾਂ ਦੀ ਸ਼ਾਇਦ ਬੇਟੀ ਸੀ। ਉਹਦੋਂ ਨਹੀਂ ਲੈਣ ਦਿੱਤੀ ਤੇ ਹੁਣ ਵੀ ਕਹਿੰਦੇ ਵੀ ਕਿੱਕੀ ਢਲੋਂ ਨੇ ਮੁਹੰਮਦ صدیق ਦੀ ਟਿਕਟ ਕਟਵਾਈ। ਇਹ ਚ ਕਿਸ ਚਾਹੀਏ? ਦੇਖੋ ਸਿੱਧੂ ਸਰਾ ਮੈਂ ਕੌਣ ਹੁੰਨਾ? ਕਹਿੰਦੇ ਫਰੀਦਕੋੜੇ ਤਾਂ ਜੋ ਕਿੱਕੀ ਆ ਉਹੀ ਹੁੰਦਾ। ਨਹੀਂ। ਇਹ ਨਹੀਂ। ਦੇਖੋ ਮੇਰਾ ਦੇਖੋ ਮੈਂ ਇਸ ਵੇਲੇ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਆ। ਜੀ। ਜੇ ਪਾਰਟੀ ਦੇਖੋ ਮੇਰਾ ਇੱਕ ਫਰਜ਼ਾ ਹੈ ਕਿ ਮੈਂ ਪਾਰਟੀ ਨੂੰ ਸਹੀ ਗੱਲ ਦੱਸਾਂ ਜੀ ਠੀਕ ਹੈ ਜੋ ਥੱਲੋ ਰਿਪੋਰਟ ਹੈ ਉਹ ਪਾਰਟੀ ਨੂੰ ਦੇ ਦਿੱਤੀ ਬਾਕੀ ਪਾਰਟੀ ਆਪ ਦੇ ਸਰਵੇ ਕਰਾਉਂਦੀ ਹੈ ਪਾਰਟੀ ਆਪ ਦੀ ਪੁੱਛਗਿੱਛ ਕਰਦੀ ਹੈ ਨਾਲੇ ਸਾਡਾ ਜਿਹੜਾ ਪਾਰਲੀਮੈਂਟ ਹਲਕਾ ਫਰੀਦਕੋਟ ਦਾ ਸਾਡੇ ਪ੍ਰਧਾਨ ਜੀ ਦਾ ਹਲਕਾ ਵੀ ਇਹਦੇ ਵਿੱਚ ਪੈਂਦਾ ਗਿੱਦੜਵਾ ਸੋ ਤੁਸੀਂ ਆਪ ਸਮਝੋ ਮੈਂ ਇਕੱਲਾ ਕੌਣ ਹਾਂ ਜਦੋਂ ਪ੍ਰਧਾਨ ਦਾ ਆਪ ਦਾ ਹਲਕਾ ਵਿੱਚ ਪੈਂਦਾ ਫਿਰ ਅਗਲੀ ਗੱਲ ਸਦੀਕ ਸਾਹਿਬ ਨੂੰ ਜੈਤੋਂ ਵੀ ਉਦੋਂ ਮੈਂ ਹੀ ਲੈ ਕੇ ਆਇਆ ਸੀ ਜੀ ਨਹੀਂ ਜਿੱਤ ਸਕੇ ਐਮਪੀ ਦੀ ਟਿਕਟ ਵੀ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਅਸੀਂ ਸਾਰਿਆਂ ਨੇ ਲਈ ਜਿਤਾਇਆ ਸਾਰੇ ਹਲਕਿਆਂ 'ਚੋਂ ਵਧੇ ਹੁਣ ਦੇਖੋ ਜਿਹੜੀ 2022 ਦੀ ਤੁਸੀਂ ਗੱਲ ਕੀਤੀ ਬਹੁਤ ਠੀਕ ਆ ਹੋਰ ਲਗੇ ਸਦੀਕ ਸਾਹਿਬ ਇਹਨਾਂ ਨੂੰ ਨਾਰਾਜ਼ ਪਰ ਤੁਸੀਂ ਮੈਨੂੰ ਇਹ ਕੱਲ ਦਾ ਜਵਾਬ ਦਿਓ ਪਾਰਟੀ ਨੇ ਇੱਕ ਕਾਨੂੰਨ ਬਣਾਤਾ ਹਮ ਕਿ ਇੱਕ ਪਰਿਵਾਰ ਦੇ ਦੋ ਬੰਦੇ ਨੂੰ ਟਿਕਟ ਨਹੀਂ ਮਿਲਣੀ ਹਮ ਹੁਣ ਕਿੱਕੀ ਦੇ ਲੋਥੇ ਕੀ ਕਰ ਸਕਦਾ ਮੈਨੂੰ ਸਮਝਾਓ ਰਾਜਾ ਵੜਿੰਗ ਜੀ ਦੇ ਮਿਸਿਸ ਬਹੁਤ ਸਟਰੋਂਗ ਕੈਂਡੀਡੇਟ ਸੀਗੇ ਬਠਿੰਡੇ ਤੋਂ ਹੂੰ ਠੀਕ ਹੈ ਨਹੀਂ ਪਾਰਟੀ ਨੇ ਦਿੱਤੀ ਪ੍ਰਧਾਨ ਦੀ ਘਰ ਵਾਲੇ ਨੂੰ ਨਾ ਕਰਤੀ ਸਰਦਾਰ ਲਾਲ ਸਿੰਘ ਨਾਲੋਂ ਤਕੜਾ ਸਿਆਸਦਾਨ ਤਾਂ ਕਾਂਗਰਸ ਕੋਈ ਨਹੀਂ ਹੂੰ 2017 ਵਿੱਚ ਉਹਨਾਂ ਨੂੰ ਕਹਤਾ ਕਿ ਜਾਂ ਆਵਦੇ ਮੁੰਡੇ ਦੀ ਲੈ ਲਓ ਜਾਂ ਤੁਸੀਂ ਲੈ ਲਓ ਜੀ ਨਹੀਂ ਦਿੱਤੀ ਮੁੰਡੇ ਨੂੰ ਦਿੱਤੀ ਠੀਕ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਆਹ ਤਾਂ ਜੀ ਸਾਰੀ ਦੁਨੀਆ ਮੈਨੂੰ ਕਹਿੰਦੀ ਸੀ ਹੂੰ ਕੀ ਆ ਉਹਦੇ ਛੋਟੇ ਭਰਾ ਨੂੰ ਕੋਟਕਪੂਰੇ ਤੋਂ ਇਲੈਕਸ਼ਨ ਲੜਾ ਦੇ ਚਲੋ ਸਾਡਾ ਪਿਆਰ ਮੁਹੱਬਤ ਹੈ ਹਮ ਤੇ ਨਹੀਂ ਦੇਖੋ ਇੱਕ ਅਸੂਲ ਬਣਾਤਾ ਪਾਰਟੀ ਨੇ ਕਿ ਇੱਕ ਪਰਿਵਾਰ ਦੇ ਦੋ ਜੀਆ ਨੂੰ ਟਿਕਟ ਨਹੀਂ ਦੇਣੀ ਉਹ ਜੁਣ ਕਿ ਕਿ ਟਿਕਟ ਲੋਗੀ ਕਰੇ ਜਦੋਂ ਪਾਰਟੀ ਨੇ ਕਹਿਤਾ ਕਿ ਸੀ ਦੂਜੀ ਨਹੀਂ ਦੇਣੀ ਕਿਸੇ ਹੋਰ ਨੂੰ ਦੇਣੀ ਹੈ ਤਾਂ ਫਿਰ ਉਹ ਕਿ ਕਿ ਟਿਕਟ ਲੋਨਾਂ ਨਾਰਾਜ਼ਗੀ ਕਾਦੀ ਜੇ ਤਾਂ ਟਿਕਟ ਲੋਨ ਦੇ ਦਸਕਤਾ ਨਾਲ ਟਿਕਟ ਮਿਲਦੀ ਹੋਵੇ ਜੀ ਤਾਂ ਮੇਰਾ ਨਾਰਾਜ਼ਗੀ ਨਾ ਤਾਂ ਮੈਂ ਕਮੇਟੀ 'ਚ ਨਾ ਮੈਂ ਫੈਸਲੇ ਕਰ ਨਾ ਮੇਰੇ ਦਸਕਦਾਂ ਨਾ ਟਿਕਟ ਮਿਲਲੀ ਤੇ ਮੈਂ ਨਰਾਜ਼ਗੀ ਕਾਦੀ ਇਹਦਾ ਉਹ ਗੱਲ ਹੈ ਗੁੱਸਾ ਹੋਰ ਕਿਸੇ ਤੇ ਉਹ ਕਹਿੰਦਾ ਨਾ ਕਿ ਗੁੱਸਾ ਕਮਿਆਰ ਤੇ ਤੇ ਉਹ ਛਤਰ ਗਦੇ ਦਾ ਉਹ ਗੱਲ ਮੇਰੇ ਤੇ ਮੇਰੇ ਨਾਲ ਕਾਦੀ ਨਰਾਜ਼ਗੀ ਮੈਨੂੰ ਸਮਝਾਓ ਨਹੀਂ ਇੱਕ ਇੱਕ ਇਹ ਵੀ ਕਹਿੰਦੇ ਆ ਮਤਲਬ ਚਰਚਾਵਾਂ ਦੇ ਵਿੱਚ ਸੀ ਕਿ ਜਦੋਂ ਸਰਕਾਰ ਵੀ ਸੀ ਤਾਂ ਅਫਸਰशाही ਨੇ ਵੀ ਰੋਕਿਆ ਵਾ ਸੀ ਕਿ ਕਿੱਡੇ ਲੋ ਵੱਲੋਂ ਕਿ ਸਦੀਕ ਦੇ ਕੰਮ ਨਹੀਂ ਹੋਣਦੇ ਨੇ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਸੀ ਮੈਂ ਕਦੀ ਵੀ ਨੈਗੇਟਿਵ ਪੋਲਿਟਿਕਸ ਨਹੀਂ ਕਰਦਾ ਮੈਂ ਪੋਜ਼ਿਟਿਵ ਪੋਲਿਟਿਕਸ ਕਰਦਾ ਜੀ ਤੁਸੀਂ ਇਹ ਛੱਡੋ ਸਦੀਕ ਸਾਹਿਬ ਦੀ ਗੱਲ ਛੱਡੋ ਤੁਸੀਂ ਅਕਾਲੀ ਦਲ ਦੇ ਬੰਦਿਆਂ ਨੂੰ ਪੁੱਛ ਲਓ ਚਲੋ ਤੁਸੀਂ ਇਹ ਕੰਨੀ ਕੋ ਮੇਰੇ ਕੋ ਤਾਕਤ ਰਹੀ ਜੀ ਜੋ ਮੈਂ ਅਕਾਲੀ ਦਲ ਸੀ ਉਦੋਂ ਵੀ ਰਹੀ ਤੁਸੀਂ ਕਿਸੇ ਨੂੰ ਪੁੱਛ ਲਓ ਦੋ ਹਜ਼ਾਰਾਂ ਤੋਂ ਅਕਾਲੀ ਮੈਂ ਕਿਸੇ ਨੂੰ ਤੰਗ ਕੀਤਾ ਹੋਵੇ ਕਿਸੇ ਤੇ ਪਰਚਾ ਕਰਾਇਆ ਹੋਵੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਆਪ ਵਾਲੇ ਕੁਲਤਾਰ ਸਿੰਘ ਐਮ ਐਲ ਏ ਸੀ ਕੋਟਕਪੁਰੇਉ ਜੈਤੋਂ ਤੋਂ ਸਭ ਬਲਦੇਵ ਸਿੰਘ ਪੁੱਛ ਲੋ ਉਹਨਾਂ ਨੂੰ ਜੀ ਉਹਨਾਂ ਦਾ ਕਿਤੇ ਮੈਨੂੰ ਫੋਨ ਆ ਜਾਂਦਾ ਸੀ ਕਿਸੇ ਕੰਮ ਬਹਿਲ ਦੇ ਆਧਾਰ ਤੇ ਕਰਦਾ ਸੀ ਮੱਜ ਕੰਨ ਠੀਕ ਹੈ ਸਦੀਕ ਸਾਹਿਬ ਦਾ ਮੈਂ ਕਦੀ ਨੈਗੇਟਿਵ ਬੋਲਦੇ ਸਦੀਕ ਸਾਹਿਬ ਦਾ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਹਿਆ ਸਦੀਕ ਸਾਹਿਬ ਦਾ ਕੰਮ ਨਹੀਂ ਕਰ ਹਮ ਮੁਸ਼ਕਲ ਥੋੜੀ ਜੀ ਸੀ ਉੱਥੇ ਸਦੀਕ ਸਾਹਿਬ 2017 ਚ ਭਦੌੜ ਤੋਂ ਜੈਤੋਂ ਆਏ ਸੀ ਜੀ ਇਲੈਕਸ਼ਨ ਲੜੇ ਇਲੈਕਸ਼ਨ ਹਾਰ ਗਏ ਉੱਥੇ 2012 ਤੋਂ 17 ਸਦੀਕ ਸਾਹਿਬ ਹੈ ਨਹੀਂ ਸੀ ਪਾਰਟੀ ਆਪੋਜੀਸ਼ਨ ਵਿੱਚ ਲੜਾਈ ਲੜ ਰਹੀ ਸੀ ਅਸੀਂ ਉਦੋਂ ਇਸ ਜ਼ਿਲ੍ਹੇ ਵਿੱਚ ਜਿਹੜੇ ਬੰਦੇ ਲੜਾਈ ਲੜਦੇ ਸੀ ਉਹ ਵਰਕਰਾਂ ਨੂੰ ਅਸੀਂ ਧਰਨਿਆਂ ਵਾਸਤੇ ਰੈਲੀਆਂ ਵਾਸਤੇ ਲੈ ਕੇ ਜਾਂਦੇ ਸੀ ਜਦੋਂ ਉਹਨਾਂ ਵਰਕਰਾਂ ਵਿੱਚੋਂ ਜਿਹੜੇ ਔਖੇ ਵੇਲੇ ਲੜਾਈ ਲੜਦੇ ਰਹੇ ਪਾਰਟੀ ਦੀ ਉਹਨਾਂ ਬੰਦਿਆਂ ਵਿੱਚੋਂ ਕੋਈ ਬੰਦਾ ਆ ਕੇ ਮੇਰੇ ਇੱਥੇ ਬੂਹੇ 'ਚ ਬਹਿ ਜਾਂਦਾ ਸੀ ਮੇਰੇ ਦਫ਼ਤਰ ਮੈਂ ਕਦੀ ਆਪ ਨਹੀਂ ਜਾਂਦਾ ਸੀ ਮੇਰੇ ਦਫ਼ਤਰ ਆ ਜਾਂਦਾ ਸੀ ਤੇ ਮੈਨੂੰ ਉਹਦੀ ਸ਼ਰਮ ਸੀਗੀ ਜੀ ਕਿ ਔਕੇ ਵੇਲੇ ਜੇ ਧਰਨਿਆਂ ਤੇ ਵੀ ਜਾਂਦਾ ਰਿਹਾ ਮੈਂ ਦੇਖਦਾ ਰਿਹਾ ਔਕੇ ਵੇਲੇ ਜੇ ਕੁੱਟ ਵੀ ਖਾਂਦਾ ਰਿਹਾ ਔਕੇ ਵੇਲੇ ਚ ਰੈਲੀਆਂ ਤੇ ਵੀ ਜਾਂਦਾ ਰਿਹਾ ਬੱਸਾਂ ਵੀ ਭਰਦੇ ਰਿਹਾ ਮੈਂ ਉਹਦਾ ਜਿਹੜਾ ਹੋਣ ਵਾਲਾ ਕੰਮ ਕਰ ਦਿੰਦਾ ਸੀ ਜੀ ਇਸ ਗੱਲ ਦਾ ਭਾਵੇਂ ਉਹ ਗੁੱਸਾ ਮੰਨਦੇ ਹੋਣ ਕਿ ਯਾਰ ਇਹ ਬੰਦਿਆਂ ਦੇ ਸਿੱਧੇ ਕੰਮ ਕਿਉਂ ਕਰਦਾ ਪਰ ਮੈਂ ਕਦੀ ਇਹ ਨਹੀਂ ਕਿਹਾ ਸੀ ਸਦੀਕ ਸਾਹਿਬ ਦਾ ਨਹੀਂ ਕਰਨਾ ਮਤਲਬ ਦੇਖੋ ਇੱਕ ਗੱਲ ਯਾਦ ਰੱਖਿਓ ਮੈਂ ਮੈਂ ਪੋਜ਼ਿਟਿਵ ਪੋਲਿਟਿਕ ਆ ਮੈਂ 네ਗੇਟਿਵ ਨਹੀਂ ਕਰਦਾ ਜਿਹੜੇ ਮੇਰੇ ਕੱਟੜ ਵਿਰੋਧੀ ਵੀ ਸੀ ਜਿਨ੍ਹਾਂ ਨੇ ਮੇਰੀ مخਾਲਫਤ ਵੀ ਕੀਤੀ ਮੇਰੀ ਪਾਰਟੀ ਚ ਹਮ ਮੈਂ ਉਹਨਾਂ ਦੇ ਵੀ ਕੱਬ ਕੀਤੇ ਅੱਜ ਮੇਰੇ ਨਾਲ ਭਾਵੇਂ ਟੇਬਲ ਦੇ ਸਾਹਮਣੇ ਬੈ ਕੇ ਮੈਂ ਮੈਕਸਿਮਮ ਬੰਦਿਆਂ ਦੇ ਕੰਮ ਕੀਤੇ ਐਤ ਕੀ ਇਲੈਕਸ਼ਨਾਂ 'ਚ ਵੱਡੇ ਤੋਂ ਵੱਡੇ ਮੇਰੇ ਤੋਂ ਕੰਮ ਲੈ ਕੇ ਲੋਕ ਹਮ ਮੇਰੇ ਫਿਰੋਦ ਚ ਚੱਲੇ ਫਿਰ ਕੀ ਹੋ ਗਿਆ ਅੱਜ ਵੀ ਮੈਨੂੰ ਮਿਲਦੇ ਆਪਾਂ ਠੀਕ ਹੈ ਦੇਖੋ ਗੱਲ ਇਹ ਹੈ ਮੈਂ ਆਪਦਾ ਫਰਜ਼ ਨਿਭਾਇਆ ਨਾ ਮੈਂ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਠੀਕ ਹੈ ਅੱਖ ਤਾਂ ਨਹੀਂ ਵੀ ਉਹ ਕਰਦੇ ਮੈਂ ਤਾਂ ਨਹੀਂ ਕਰਦਾ ਮੈਂ ਤਾਂ ਕੀਤਾ ਹੀ ਹੈ ਠੀਕ ਹੈ ਸੋ ਇਸ ਕਰਕੇ ਸਤੂ ਸਾਬ ਜੀ ਕੋਈ ਗੱਲ ਨਹੀਂ ਸੀ ਮੈਂ ਸਦੀਕ ਸਾਹਿਬ ਦਾ ਸਤਿਕਾਰ ਕਰਦਾ ਜੀ ਜਿਹੜੀ ਐਤਕੀ ਟਿਕਟ ਵੀ ਹੈ ਕੋਈ ਇਹ ਥੋੜਾ ਪ੍ਰਧਾਨ ਜੀ ਦਾ ਆਪ ਦਾ ਹਲਕਾ ਵਿੱਚ ਠੀਕ ਹੈ ਸਾਰਾ ਰਿਪੋਰਟ ਲੈਂਦੇ ਸੀ ਪਾਰਟੀ ਇੱਕ ਨੌਜਵਾਨ ਕੈਂਡੀਡੇਟ ਦੇਣਾ ਚਾਹੁੰਦੀ ਸੀ ਕਿ ਯੰਗ ਜਿਹੜਾ ਭਜਨਟ ਕਰ ਸਕੇ ਮੈਂ ਤੁਹਾਨੂੰ ਦੱਸਿਆ ਪਾਰਟੀ ਇੱਕ ਹੋਲ ਟਾਈਮ ਪੋਲੀਟੀਸ਼ੀਅਨ ਦੇਣਾ ਚਾਹੁੰਦੇ ਸੀ ਜਿਹੜੇ ਦੋਨੋਂ ਜੀ ਲੋਕਾਂ ਵਿੱਚ ਵਿਚਰ ਸਕਣ ਇਹ ਤਾਂ ਇਹ ਕੰਮ ਹੋਇਆ ਹੈ ਇਸ ਵੇਲੇ ਕਾਂਗਰਸ ਪਾਰਟੀ ਨੇ ਫਰੀਦਕੋਟ ਵਾਸਤੇ ਖਾਸ ਕਰਕੇ ਇਹ ਕੀਤਾ ਕਿ ਅੱਜ ਕੱਲ ਮਸ਼ਹੂਰੀ ਚੱਲਦੀ ਹੈ ਕਿ ਜੀ ਇੱਕ ਸਾਬਣ ਲਾਉਂਗੇ ਤਾਂ ਨਾਲ ਇੱਕ ਮੁਫਤ ਮਿਲੇਗਾ ਹੂੰ ਬੀਬੀ ਜੀ ਦੇ ਨਾਲ ਉਹਨਾਂ ਦਾ ਘਰ ਵਾਲਾ ਵੀ ਮੁਫਤ ਦਾ ਸੇਵਾਦਾਰ ਆ ਦਿਨ ਰਾਤ ਉਹਨੇ ਵੀ ਵਿਚਾਰੇ ਨੇ ਲੋਕਾਂ ਆਸੇ ਹਾਜ਼ਰ ਮੋਗੇ ਜ਼ਿਲ੍ਹੇ ਚ ਹੂੰ ਦਿਨ ਰਾਤ ਦੁਖ ਸੁਖਤੇ ਕੰਮਾਂ ਵਾਸਤੇ ਉਹ ਵੀ ਹਿੰਮਤੀ ਹੈ ਸੋ ਇਸ ਕਰਕੇ ਮੇਰਾ ਕਹਿਣ ਤੋਂ ਭਾਵੇਂ ਆ ਕਿਸ ਹੋਰ ਟਾਈਮ ਪੋਲੀਟੀਸ਼ੀਅਨ ਨੇ ਲੋਕਾਂ ਵਿੱਚ ਵਿਚਰਨ ਵਾਲੇ ਲੋਕਾਂ ਦੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਲੋਕਾਂ ਨੂੰ ਚਾਹੀਦੇ ਆ ਤੇ ਜਿਹੜਾ ਐਕਚੁਅਲੀ ਐਮਪੀ ਦਾ ਮਤਲਬ ਹੁੰਦਾ ਐਮਪੀ ਦਾ ਮਤਲਬ ਇਹ ਨਹੀਂ ਕਿ ਐਮਪੀ ਨੂੰ ਲਵ ਦੇ ਫਿਰੋ ਮਗਰ ਸੋ ਇਸ ਕਰਕੇ ਆ ਪਾਰਟੀ ਨੇ ਫੈਸਲਾ ਕੀਤਾ ਇੱਕ ਗੱਲ ਹੋਰ ਤੁਸੀਂ ਕਲਤਾਰ ਸੰਧਵਾ ਦੇ ਵੀ ਚਲੋ ਉਹਨਾਂ ਨੇ ਕਿਹਾ ਵੀ ਕਲਤਾਰ ਸੰਧਵਾ ਨੂੰ ਹੀ ਪੁੱਛ ਲਿਓ ਮਾਸਟਰ ਬਲਦੇਵ ਨੂੰ ਤੁਸੀਂ ਉਹ ਜਗਰ ਕੀਤਾ ਕਲਤਾਰ ਸੰਧਵਾ ਤੇ ਤੁਹਾਡੇ ਇੱਕ ਚਰਚਾ ਰਹੀ ਹੈ ਜਦੋਂ ਕਲਤਾਰ ਸੰਧਵਾ ਆਪੋਜੀਸ਼ਨ ਸੀ ਕਹਿੰਦੇ ਕਿ ਕਿੱਕੀ ਢਿੱਲਾਂ ਤੇ ਕਲਤਾਰ ਸੰਧਵਾ ਦਾ ਵੀ 70 30 ਸੀ ਤਾਂ ਕਰਕੇ ਕਦੇ ਕਲਤਾਰ ਸੰਧਵਾ ਕਿ ਕਿੱਢੀਲਾਂ ਦਾ ਵਿਰੋਧ ਨਹੀਂ ਕਰਦੇ ਸੀ ਕੋਈ ਅਜੀਹਾ ਹੈ ਵੀ ਰੇਤੇ ਚੋਂ ਕਿਸੇ ਹੋਰ ਚੀਜ਼ ਚੋਂ 70 ਧੀ ਰਿਹਾ ਹੋਵੇ ਤੁਹਾਡਾ ਪਹਿਲੀ ਗੱਲ ਤਾਂ ਸਿੱਧੂ ਸਾਹਿਬ ਮੈਂ ਬੜੀ ਤੁਹਾਨੂੰ ਕਲੀਅਰ ਗੱਲ ਦੱਸਦਾ ਦੇਖੋ ਬੜਾ ਪ੍ਰਚਾਰ ਕੀਤਾ ਮੇਰੇ ਵਿਰੋਧੀਆਂ ਨੇ ਅੱਜ ਮੈਂ ਤੁਹਾਡੇ ਚੈਨਲ ਤੇ ਅੱਜ ਗੱਲ ਕਰਨਾ ਚਾਹੁੰਨਾ ਜੀ ਕਿ ਜੀ ਢਿੱਲਾਂ ਦਾ ਆ ਕਾਰੋਬਾਰ ਸੀ ਢਿੱਲਾਂ ਦਾ ਆ ਕਾਰੋਬਾਰ ਸੀ ਜੀ ਹੁਣ ਇਹ ਸਾਰਿਆਂ ਨੂੰ ਤੇ ਪਤਾ ਨਾ ਕਿ ਭਗਵੰਤ ਮਾਨ ਮੇਰਾ ਕट्टर ਵਿਰੋਧੀ ਹੈ ਹੂੰ ਤੇ ਸਾਲ ਪੰਜਾਬ ਦੀ ਵਿਜੀਲੈਂਸ ਨੇ ਕੁਝ ਨਹੀਂ ਛੱਡਿਆ ਸਾਰਾ ਕੁਝ ਫਰੋੜ ਲਿਆ ਜੀ ਕੁਝ ਨਹੀਂ ਛੱਡਿਆ ਜਦੋਂ ਇੱਕ ਮੁੱਖ ਮੰਤਰੀ ਪਰਸਨਲ ਏਜੰਡੇ ਤੇ ਲੱਗਿਆ ਹੋਵੇ ਕਿ ਇਸ ਬੰਦੇ ਨੂੰ ਠੋਕਣਾ ਹੀ ਠੋਕਣਾ ਹੈ ਹੂੰ ਤੇ ਇੱਕ ਸਾਲ ਸਾਰੀ ਵਿਜੀਲੈਂਸ ਉਹਨੂੰ ਛਾਣਬੀਣ ਕਰ ਲੇ ਹੂੰ ਠੀਕ ਹੈ ਤੇ ਤੁਸੀਂ ਜਿਹੜਾ ਇਹਨਾਂ ਨੇ ਮੇਰੇ ਤੇ ਕੇਸ ਕੀਤਾ ਉਹ ਚਲਾਨ ਤਾਂ ਪੜੋ ਮੜਾ ਜੀ ਕਿੱਧਰ ਗਏ ਰਤੇ ਕਿਧਰ ਗਏ ਬਾਕੀ ਕੋਈ ਕਿੱਥੇ ਹੈ ਕਿੱਥੇ ਸਭ ਕੁਝ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਜੇ ਮੈਂ ਕੁਝ ਕੀਤਾ ਹੁੰਦਾ ਚੀਫ ਮਿਨਿਸਟਰ ਤੋਂ ਵੱਡਾ ਵਿਰੋਧੀ ਤਾਂ ਕਿਸੇ ਦਾ ਸਟੇਟ 'ਚ ਨਹੀਂ ਨਾ ਹੋ ਸਕਦਾ ਜੇ ਚੀਫ ਮਿਨਿਸਟਰ ਪਰਸਨਲ ਸਕੋਰ ਕਿਸੇ ਨਾਲ ਸੈਟਲ ਕਰਨਾ ਚਾਹੁੰਦਾ ਹੋਵੇ ਇਹ ਤਾਂ ਮੰਨਦੇ ਹੋ ਨਾ ਸਭ ਤੋਂ ਪਾਵਰਫੁਲ ਬੰਦਾ ਜੀ ਤੇ ਜਦੋਂ ਉਹਨੇ ਸਾਲ ਪੂਰਾ ਆਪ ਦੀ ਬਿਜ਼ਨਸ ਨੂੰ ਕਹਤਾ ਕਿ ਜੇ ਮਰਜ਼ੀ ਕਰੋ ਮੇਰਾ ਪਰਸਨਲ ਏਜੰਡਾ ਹੈ ਤਿਆ ਮੈਂ ਤਾਂ ਕਹਿੰਦਾ ਮੈਂ ਬੋਲਣਾ ਹੀ ਨਹੀਂ ਮੇਰਾ ਚਲਾਨ ਪੜੋ ਜਦੋਂ ਉਹ ਆਪ ਦੇਖੋ ਕੀ ਨਿਕਲਿਆ ਕੁਝ ਹੈ ਕੀ ਹੈ ਸੋ ਪਹਿਲੀ ਗੱਲ ਤਾਂ ਇਹ ਮੈਂ ਅੱਜ ਗੱਲ ਤੁਹਾਨੂੰ ਕਹਿਣਾ ਚਾਹਣਾ ਮੈਂ ਮੈਂ ਜਦੋਂ ਜਿਹੜੀ ਫਿਰ ਦੂਜੀ ਗੱਲ ਪਹਿਲਾਂ ਚਲਾਨ ਪੜੋ ਫਿਰ ਜਿਹੜਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਬੇਲ ਦਿੱਤੀ ਹੈ ਜੀ ਆਮ ਤੌਰ ਤੇ ਬੇਲ ਦਾ ਆਰਡਰ 5 ਜਾਂ 7 ਪੇਜਾਂ ਦਾ ਹੁੰਦਾ ਜੀ ਉਹ ਹੈਗਾ 70 ਪੇਜਾਂ ਦਾ ਆਰਡਰ ਉਹ ਆਰਡਰ ਪੜੋ ਅਧੀਆਂ ਗੱਲਾਂ ਤੁਹਾਨੂੰ ਆਪੇ ਹੀ ਸਮਝ ਆ ਜਾਣਗੀਆਂ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਨਹੀਂ ਬੋਲਣਾ ਹਮ ਪਰ ਹੁਣ ਗੱਲ ਜਿਹੜੀ ਕੁਲਤਾਰ ਸਿੰਘ ਦੀ ਆ ਗਈ ਜੀ ਮੈਂ ਤੁਹਾਨੂੰ ਇਹ ਦੱਸਿਆ ਕਿ ਮੇਰੀ ਇਹ ਸੋਚ ਆ ਕਿ ਮੈਂ ਕਿਸੇ ਤੇ ਜਲਦੀ ਨੇ ਵਾਅਦਾ ਨਹੀਂ ਕਰਦਾ ਸਭ ਕੁਲਤਾਰ ਸਿੰਘ ਵੀ ਕਾਂਗਰਸ ਚ ਹੀ ਗਏ ਹਮ ਇੱਥੋਂ ਗਏ ਐ ਸਭ ਕੁਲਤਾਰ ਸਿੰਘ ਤੇ ਮੈਨੂੰ ਅੱਜ ਤੱਕ ਯਾਦ ਆ ਉਹ ਦਿਨ ਮੈਂ ਬਾਹਰ ਬੈਠਾ 2016 ਚ ਇੱਥੇ ਤੇ ਅਸੀਂ ਚਾਹ ਦੋਨੋਂ ਜਣੇ ਪੀ ਜਾਈਏ ਮੇਰੇ ਕੋਲ ਕਾਂਗਰਸੀ ਸਭ ਕੁਲਤਾਰ ਸਿੰਘ ਐਮਐਲਏ ਲੜਨਾ ਚਾਹੁੰਦੇ ਸੀ ਤੇ ਉਹ ਕਹਿੰਦੇ ਇੱਕ ਭਰੋਪੀ ਸਲਾਹ ਲੈਣੀ ਹੈ ਮੈਂ ਕਿ ਦੱਸੋ ਜਦੋਂ ਕੋਈ ਸਲਾਹ ਮੰਗੇ ਨਾ ਭਾਵੇਂ ਦੁਸ਼ਮਣ ਮੰਗੇ ਮਾੜੀ ਨਹੀਂ ਦੇਣੀ ਚਾਹੀ ਹੂੰ ਮੈਨੂੰ ਕਹਿੰਦੇ ਕਿ ਮੈਂ ਇਲੈਕਸ਼ਨ ਲੜਨੀ ਆ ਮੈਂ ਸਾਕਲਦਰ ਸਿੰਘ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਕਾਂਗਰਸ ਚ ਪੁਰਾਣੇ ਹੋ ਤੁਹਾਡਾ ਪਰਿਵਾਰ ਪੁਰਾਣਾ ਕਾਂਗਰਸ ਹੂੰ ਪਰ ਜੋ ਮੈਂ ਇਸ ਪਾਰਟੀ ਦਾ ਸਿਸਟਮ ਦੇਖਿਆ ਇਹਨਾਂ ਨੇ ਤੁਹਾਨੂੰ ਕੋਟਗਪੂਰੇ ਟਿਕਟ ਨਹੀਂ ਦੇਣੀ ਠੀਕ ਹੈ ਸੱਚੀ ਗੱਲ ਤੇ ਹਾਂ ਜੋੜ ਜਾਰ ਲਾ ਕੇ ਕੋਈ ਤੁਹਾਨੂੰ ਵਧੀਆ ਅਡਜਸਟਮੈਂਟ ਦਵਾ ਦਾਂਗੇ ਜੋ ਸਰਕਾਰ ਆ ਗਈ ਜੇ ਬਣ ਗਈ ਤਾਂ ਇਹ ਕਹਿੰਦੇ ਯਾਰ ਮੈਨੂੰ ਆਪ ਵਾਲੇ ਟਿਕਟ ਦਿੰਦੇ ਆ ਹਮ ਮੈਂ ਕਹਿੰਦੇ ਏਡਾ ਹੀ ਮਨ ਹੈ ਐਹੀਂ ਮੱਠੀ ਮੈਂ ਕਹਿੰਦੇ ਏਡਾ ਹੀ ਮਨ ਹੈ ਲੜ ਕੇ ਦੇਖ ਲੈ ਹਮ ਪਰ ਕਰਮਾ ਸੀਗੀ ਉਧਰੋਂ ਲੜੇ ਐਮਐਲਏ ਬਣ ਗਏ ਸੋ ਸਾਖ ਕੁਲਤਾਰ ਸਿੰਘ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਂ ਉਹੀ ਗੱਲ ਮੈਂ ਨਾ ਤਾਂ ਮੈਂ ਤਾਂ ਉਹਨਾਂ ਦਾ ਕੋਈ ਮਾਣਾ ਨਹੀਂ ਕੀਤਾ ਪਰ ਮੈਂ ਤੁਹਾਨੂੰ ਅੱਜ ਗੱਲ ਦੱਸਾਂ ਹਮ ਜੇ ਕਈ ਵਾਰ ਨਾ ਮੁਸ਼ਕਲ ਆਉਂਦੀ ਸੀ ਮੈਂ ਫਿਰ ਵੀ ਮੇਰੇ ਚ ਇੰਨੀ ਜ਼ਰਤ ਸੀ ਮੈਂ ਨਾ ਕਹਿੰਦਾ ਸੀ ਕਿ ਨਾ ਯਾਰ ਨਾ ਕਰੋ ਮੜਾ ਨਾ ਕਰੋ ਹੂੰ ਆਪ ਦੇ ਵਿਰੋਧੀ ਦਾ ਵੀ ਮੈਂ ਉਤਲਿਆਂ ਨੂੰ ਵੀ ਕਹਿ ਦਿੰਦਾ ਸੀ ਕਿ ਰਹਿਣ ਦਿਓ ਐ ਨਹੀਂ ਚੰਗਾ ਨਹੀਂ ਲੱਗਦਾ ਠੀਕ ਹੈ ਪਰ ਮੈਂ ਹੈਰਾਨ ਐ ਇਹਨਾਂ ਚ ਕਿਸੇ ਚ ਇੰਨੀ ਵੀ ਜ਼ਰਤ ਨਹੀਂ ਹੋਈ ਕਿ ਆਦੇ ਮੁੱਖ ਮੰਤਰੀ ਨੂੰ ਕਹਦੇ ਕਿ ਯਾਰ ਕਾਦੇ ਵਾਸਤੇ ਪਰਸਨਲ ਆਪ ਦਾ ਤੂੰ ਜਿੱਦ ਆਪਦੀ ਜਿੱਦ ਕੱਢਦਾ ਹੂੰ ਮਤਲਬ ਮੈਂ ਅਜ ਇਹ ਲਾਂਬਾ ਥੋਠੇ ਰਾਈਂ ਦੇਣਾ ਚਾਹੁੰਨਾ ਠੀਕ ਹੈ ਕਿ ਇੱਥੇ ਰਹਿਣਾ ਇੱਥੇ ਵਰਤਣਾ ਠੀਕ ਹੈ ਸਮੇਂ ਜ਼ਿੰਦਗੀ ਚ ਬਦਲਦੇ ਰਹਿੰਦੇ ਆ ਦੇਖੋ ਇੱਕ ਗੱਲ ਯਾਦ ਰੱਖਿਓ ਦਲੇਰੀ ਇਸ ਗੱਲ ਦੀ ਨਹੀਂ ਬੰਦੇ ਚ ਕਿ ਤੁਸੀਂ ਆਪਣੇ ਦੁਸ਼ਮਣ ਨੂੰ ਕਿਵੇਂ ਜਦੋਂ ਤੁਸੀਂ ਤੱਕ ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਗੱਲ ਕਿਵੇਂ ਪੈਣੀ ਉਹ ਦਲੇਰੀ ਨਹੀਂ ਉਹ ਮੈਂ ਉਹਨੂੰ ਦਲੇਰ ਨਹੀਂ ਮੰਨਦਾ ਦਲੇਰੀ ਉਹ ਆ ਕਿ ਤੁਸੀਂ ਆਪਣੇ ਸੱਜਣ ਨੂੰ ਮੂੰਹ ਤੇ ਕਹਿ ਸਕੋਗੇ ਤੂੰ ਗਲਤ ਹੈ ਉਸ ਬੰਦੇ ਨੂੰ ਮੈਂ ਦਲੇਰ ਮੰਨਦਾ ਜੋ ਜਮਨਦਾਰੇ ਕਿ ਜਦੋਂ ਤਾਕਤ ਹੋਵੇ ਰੇਕੀ ਕਹਿੰਦਾ ਚੜ ਜਾ ਉੱਤੇ ਦੇਖੋ ਦਲੇਰ ਬੰਦਾ ਉਹ ਆ ਜਦੋਂ ਤਾਕਤ ਹੋਵੇ ਉਦੋਂ ਨੀਵਾ ਹੋ ਕੇ ਰਵੇ ਹਰੇਕ ਵਿਰੋਧੀ ਦਾ ਵੀ ਜੇ ਕੋਈ ਮਾੜਾ ਵੀ ਦੇਖ ਲੇ ਫਿਰ ਵੀ ਕਹੇ ਯਾਰ ਚਲੋ ਛੱਡੋ ਕੋਈ ਗੱਲ ਨਹੀਂ ਕੀ ਗੱਲ ਆਪਾਂ ਬਲੋ ਦੀ ਬੈਲਟ ਨਹੀਂ ਕਿਸੇ ਨੂੰ ਮਾਰਨਾ ਜੀ ਠੀਕ ਹੈ ਤੇ ਜਦੋਂ ਬਗੈਰ ਪਾਵਰ ਤੋਂ ਹੋਵੇ ਤੇ ਜੇ ਕੋਈ ਨੱਪਣ ਦੀ ਕੋਸ਼ਿਸ਼ ਹੋ 90 ਨਾ ਤੇ ਆਪਦੇ دوست ਨੂੰ ਵੀ ਕਹਿਣ ਮੈਂ ਉਹ ਗੱਲ ਅੱਜ ਕਹਿਣੀ ਨਹੀਂ ਕੈਮਰੇ ਤੇ ਮੇਰੇ ਮੇਰੇ ਸਾਹਮਣੇ ਦੋ ਕੇਸ ਆ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਸੀ ਕੁਝ ਕਿਸੇ ਦੀ ਬਾਹ ਮਰੂੜਨੀ ਹਮ ਮੈਂ ਕੈਪਟਨ ਸਾਹਿਬ ਨੂੰ ਕਿਹਾ ਨਹੀਂ ਇਹ ਗੱਲ ਗਲਤ ਹੈ ਰਹਿਣ ਦਿਓ ਤੁਸੀਂ ਬਹੁਤ ਵੱਡੇ ਬੰਦੇ ਹੋ ਮੁੱਖ ਮੰਤਰੀ ਹੋ ਪੰਜਾਬ ਦੇ ਤੁਹਾਨੂੰ ਸ਼ੋਭਾ ਨਹੀਂ ਦੇਣੀ ਇਹ ਗੱਲ ਛੱਡੋ ਪਰਾਂ ਪ੍ਰਮਾਤਮਾ ਦੇਖਦਾ ਵੱਡਾ ਦਿਲ ਕਰੋ ਸੋ ਦਲੇਰੀ ਵੱਡੇ ਦਿਲ ਕਰਨ ਵਾਲੇ ਦੀ ਹੁੰਦੀ ਹੈ ਠੀਕ ਹੈ ਜਿਹੜੇ ਬੰਦੇ ਬਹੁਤ ਜਲਦੀ ਬੁੜਕਦੇ ਆ ਨਾ ਗੁੱਸੇ ਚ ਆਉਂਦੇ ਆ ਤੇ ਜਦੋਂ ਤਾਕਤ ਆਵੇ ਉਹਦੇ ਰੰਗ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮੈਂ ਸਮਝਦਾ ਬਹੁਤ ਹੌਲੇ ਬੰਦੇ ਹੁੰਦੇ ਉਹਨਾਂ 'ਚ ਮਾਜਨਾ ਨਹੀਂ ਹੁੰਦਾ ਠੀਕ ਹੈ ਇਹ ਜਿਹੜੀ ਤਾਕਤ ਐ ਨੂੰ ਹਜਮ ਕਰਨ ਵਾਸਤੇ ਵੀ ਕਲੇਜਾ ਚਾਹੀਦਾ ਜਦੋਂ ਇਹ ਆ ਜੇ ਨਾ ਉਹ ਤਾਂ ਹੀ ਕਹਿੰਦੇ ਸਿਰ ਚੜ ਕੇ ਬੋਲਦੀ ਐ ਠੀਕ ਐ ਸੋ ਇਹ ਜਦੋਂ ਆਵੇ ਤੇ ਇਹਨੂੰ ਹজম ਕਰਨ ਵਾਸਤੇ ਵੀ ਕਲੇਜਾ ਚਾਹੀਦਾ ਤੇ ਕੱਲੀ ਇਹ ਨਹੀਂ ਕਿ ਜੇ ਤੁਸੀਂ ਆਪੋਜੀਸ਼ਨ ਤੁਸੀਂ ਰੂ ਰੂ ਕਰੀ ਜਾਓ ਸੋ ਦੋਨੋਂ ਪਾਸੇ ਹੀ ਆ ਬਾਕੀ ਦੇਖੋ ਦੇਣਾ ਦਾ ਪ੍ਰਮਾਤਮਾ ਨੇ ਸਤਗੁਰੂ ਨੇ ਦੇਣਾ ਜਿੱਥੇ ਉਹਨੇ ਰੱਖਣਾ ਉਹਦੇ ਰੰਗ ਚ ਰਹਿਣਾ ਸੋ ਇਸ ਕਰਕੇ ਸਬਕੁਲਤਾਰ ਸਿੰਘ ਨਾਲ ਬਹੁਤ ਅੱਛਾ ਰਿਲੇਸ਼ਨ ਕੋ ਸਾਡੇ ਪਾਰਟੀ ਚ ਗਏ ਸੀ ਪੁਰਾਣਾ ਇੱਕ ਜਿਹਨਾਂ ਨੂੰ ਹਿਸਾਬੱਤੀ ਕੋਈ ਨਹੀਂ ਸੀ ਤੁਸੀਂ ਕਹਿੰਦੇ ਹਿਸਾਬੱਤੀ ਕਿਉਂ ਸਾਡਾ ਸਬਕੁਲਤਾਰ ਸਿੰਘ ਨਾਲ ਦੇਖੋ ਅਸੀਂ ਕਾਰੋਬਾਰ ਕਰਦੇ ਹਾਂ ਸਾਡਾ ਕਾਰੋਬਾਰ ਮੇਰੇ ਜਨਮ ਤੋਂ ਪਹਿਲਾਂ ਦੀ ਮੇਰੀ ਸਾਡੀ ਟਰਾਂਸਪੋਰਟਰ ਜੀ ਮੇਰੇ ਜਨਮ ਤੋਂ ਪਹਿਲਾਂ ਦੇ ਸਾਡੇ ਪੈਟਰੋਲ ਪੰਪ ਹੂੰ ਮੇਰੇ ਜਨਮ ਤੋਂ ਪਹਿਲਾਂ ਦੀ ਮੇਰੀਆਂ ਜ਼ਮੀਨਾਂ ਜੀ ਠੀਕ ਹੈ ਉਸ ਤੋਂ ਬਾਅਦ ਵੀ ਜਿੰਨੇ ਕਾਰੋਬਾਰ ਹੈ ਉਹ ਸਾਡੇ ਦਾ ਸਾਰੇ ਕਾਰੋਬਾਰ ਆ ਦੇਖੋ ਅਸੀਂ ਪਰਿਵਾਰ ਦੇ ਸਾਰੇ ਜੀ ਇਨਕਮ ਟੈਕਸ ਪਈ ਹੈ ਮੇਰੇ ਮਦਰ ਜੀ ਮੇਰਾ ਬ੍ਰਦਰ ਉਹਦੀ ਵਾਈਫ ਮੇਰੀ ਵਾਈਫ ਮੈਂ ਅਸੀਂ ਇੰਡੀਵਿਜੁਅਲ ਇਨਕਮ ਟੈਕਸ ਪਈ ਹੈ ਸਾਡੀਆਂ ਕੰਪਨੀਆਂ ਇਨਕਮ ਟੈਕਸ ਪਈ ਹੈ ਜਿਹੜਾ ਮੇਰਾ ਇਲੈਕਸ਼ਨ ਦਾ ਐਫੀਡੇਵਟ ਹੈ 2017 ਦਾ ਕਢਾ ਲਓ ਤੇ 2022 ਦਾ ਕਢਾ ਲਓ ਉਹ ਸਭ ਕੁਝ ਮੇਰਾ ਡਿਸਕਲੋਜ਼ ਕੀਤਾ ਹੈ ਸਭ ਕੁਝ ਦੱਸਿਆ ਸੋ ਸਾ ਕੁਲਤਾਰ ਸਿੰਘ ਦਾ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਕਾਰੋਬਾਰ ਹੂੰ ਮੈਨੂੰ ਕੋਈ ਇਲਮ ਨਹੀਂਗਾ ਮੈਂ ਵੀ ਤੁਹਾਨੂੰ ਗਲਤ ਕਹਿੰਦਾ ਮੇਰਾ ਸੋ ਮੈਨੂੰ ਨਹੀਂ ਪਤਾ ਸੋ ਮੇਰੇ ਨਾਲ ਤਾਂ ਉਹਨਾਂ ਦੀ ਕੀ ਹਿੱਸੇਦਾਰੀ ਹੈ ਮੇਰੀ ਹਿੱਸੇਦਾਰੀ ਕਾਰੋਬਾਰ 'ਚ ਕਿਸੇ ਨਾਲ ਨਹੀਂ ਮੇਰੀ ਹਿੱਸੇਦਾਰੀ ਜੇ ਮੇਰੇ ਕਿਸੇ ਕਾਰੋਬਾਰ 'ਚ ਆ ਤਾਂ ਮੇਰੀ ਤਾਂ ਪ੍ਰੋਫੈਸ਼ਨਲ ਬੰਦਿਆਂ ਨਾਲ ਜਿਹੜੇ ਕਾਰੋਬਾਰ ਨੇ ਕਿਸੇ ਸਿਆਸੀ ਬੰਦੇ ਨਾਲ ਨਾ ਹਿੱਸੇਦਾਰੀ ਰੱਖੀ ਹੈ ਨਾ ਇਹ ਨਿਭਦੀ ਹੁੰਦੀ ਹੈ ਹੂੰ ਕਿਉਂਕਿ ਅਸੀਂ ਜੇ ਅਸੀਂ ਕਾਰੋਬਾਰ ਵੀ ਕਰਦੇ ਆ ਨਾ ਮੈਂ ਅਜੇ ਤੱਕ ਇੰਨੀ ਧੇਰ ਤੋਂ ਸਾਡਾ ਪਰਿਵਾਰ ਇੱਥੇ ਵੱਸਦਾ ਮੈਂ ਦੱਸਿਆ ਮੇਰੇ ਜਨਮ ਤੋਂ ਪਹਿਲਾਂ ਤੇ ਸਾਡੇ ਕਾਰੋਬਾਰ ਹੈ ਜੀ 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 ਨਾ ਤਾਂ ਅੱਜ ਤੱਕ ਅਸੀਂ ਕਿਸੇ ਦਾ 1 ਰੁਪਿਆ ਦੇਣਾ ਆਪਦੇ ਸਮਾਜ ਵਿੱਚ ਨਾ ਕਦੀ ਕਿਸੇ ਦਾ 1 ਰੁਪਿਆ ਮਾਰਿਆ ਨਾ ਕਿਸੇ ਨੇ ਠੱਗੀ ਮਾਰੀ ਹੈ ਨਾ ਕਿਸੇ ਨਾਲ ਕੋਈ ਧੱਕਾ ਕੀਤਾ ਹੈ ਨਹੀਂ ਤਾਂ ਇੱਥੇ ਰਹਿਨੇ ਇੰਨੀਆਂ ਇਲਕਸ਼ਨਾ ਲੜ ਲਿਆ ਸਾਡਾ ਪਰਿਵਾਰ ਤੇ ਸਾਰ ਜੀ ਸ਼ਾਮ ਨੂੰ ਅਗਲਾ ਪੋਸਟਰ ਲਾ ਦਿੰਦਾ ਕਿ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਆ ਸਾਡੇ ਪੈਸੇ ਲੈ ਗਏ ਸੀ ਨੱਪਲੇ ਤੇ ਜੇ ਕਿਸੇ ਤੋਂ ਮੰਗੇ ਆ ਤੇ ਹੱਥ ਬੰਨ ਕੇ ਵਾਪਸ ਮੋੜੇ ਸੋ ਇਸ ਕਰਕੇ ਇਸ ਗੱਲੋਂ ਸੁਰਖਰੂ ਆ ਉਹ ਇਸ ਕਰਕੇ ਗੁਸਾ ਕੁਲਤਾਰ ਸਿੰਘ ਦਾ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਕੰਮ ਹੈ ਪਰ ਮੇਰੇ ਨਾਲ ਕਿਸੇ ਦੀ ਹਿੱਸੇਦਾਰੀ ਨਹੀਂ ਸਾਡਾ ਦਾਦਾ ਪਰਿਵਾਰ ਦਾ ਇੱਕ ਕੰਮ ਆ ਜਾਂ ਜਿਹੜੇ ਸਾਡੇ ਸੌਥ ਆਫਚਰ ਪ੍ਰੋਫੈਸ਼ਨਲ ਬੰਦੇ ਕੰਮ ਕਰਨ ਵਾਲੇ ਬੰਦੇ ਅੱਛਾ ਇੱਕ ਆ ਮੈਂ ਆਖਰੀ ਸਵਾਲ ਲਵਾਂਗਾ ਤੁਸੀਂ ਜ ਇੰਨੀਆਂ ਸੁੱਖ ਸਹੂਲਤਾਂ 'ਚ ਰਹਿਣ ਵਾਲਾ ਬੰਦਾ ਜਦੋਂ ਜੇਲ੍ਹ 'ਚ ਜਾਂਦਾ ਹੈ ਉਦੋਂ ਮਨ ਨਹੀਂ ਡੋਲਿਆ ਕਿ ਯਾਰ ਕਿਸੇ ਨਾ ਕਿਸੇ ਹਿਸਾਬ ਨਾਲ ਜੇ ਹੋ ਜੇ ਤਾਂ ਇੱਥੇ ਰਹਿਣਾ ਔਖਾ ਹੈ ਜੇਲ੍ਹ ਤਾਂ ਫਿਰ ਵੀ ਜੇਲ੍ਹ ਹੀ ਹੈ ਬਿਲਕੁਲ ਜੇਲ੍ਹ ਹੈ ਜੀ ਮੇਰੇ ਤੇ ਖਾਸ ਕਰਕੇ ਪੂਰੀ ਸ਼ਕਤੀ ਰੱਖੀ ਗਈ ਹੈ ਕਿਵੇਂ ਮੇਰੇ ਤੇ ਖਹਿਰੇ ਤੇ ਮੇਰੇ ਤੇ ਖਹਿਰੇ ਦੀ ਸੇਮ ਬਰਕ ਚ ਕੱਟੇ ਨਾਬੇ ਅੱਛਾ ਉੱਥੇ ਸੀ ਜਿੱਥੇ ਮੈਨੂੰ ਰੱਖਿਆ ਹਮ ਉੱਥੇ ਖਹਿਰੇ ਨੂੰ ਉਸੇ ਬਰਕ ਚ ਰੱਖਿਆ ਠੀਕ ਹੈ ਤੇ ਸੇਮ ਹੀ ਸਾਡੇ ਤੇ ਕੈਮਰੇ ਲਾ ਕੇ ਕਿ ਇਹਨਾਂ ਨੂੰ ਕੋਈ ਸਹੂਲਤਾਂ ਨਾ ਮਿਲੇ ਕੋਈ ਇਹਨਾਂ ਨੂੰ ਮੰਝਾ ਨਾ ਮਿਲ ਸਕੇ ਕੋਈ ਇਹਨਾਂ ਨੂੰ ਆ ਚੀਜ਼ ਨਾ ਮਿਲ ਸਕੇ ਕੋਈ ਇਹਨਾਂ ਨੂੰ ਕੂਲਰ ਨਾ ਮਿਲ ਸਕੇ ਸੋ ਮਾੜੇ ਤੋਂ ਮਾੜੇ ਪੱਖੇ ਠੀਕ ਹੈ ਮਾੜੇ ਤੋਂ ਮੜੀਆਂ ਜਾਲੀਆਂ ਬਰਕ ਦੀਆਂ ਚਲੋ ਬੇਨਤੀਆਂ ਬੁੰਤੀਆਂ ਕਰਕੇ ਮੱਛਰ ਮੁਛਰ ਦਾਨੀਆਂ ਲਾ ਕੇ ਮੈਂ ਗਰਮੀਆਂ ਦੇ ਮਹੀਨੇ ਚ ਗਿਆ ਸੀ ਹੂੰ ਸੋ ਕੋਈ ਗੱਲ ਨਹੀਂ ਸਿੱਧੂ ਸਾਹਿਬ ਗੱਲ ਇਹ ਆ ਕਿ ਜ਼ਿੰਦਗੀ 'ਚ ਤੇ ਕੋ ਮੈਂ ਹੌਸਟਲ 'ਚ ਵੀ ਪੜਿਆ ਦੇਖੋ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ ਮੈਂ ਫਿਰ ਕਹਿਣਾ ਚਾਹੁੰਨਾ ਕਿ ਜਿੱਦਣ ਮੈਂ ਪੈਦਾ ਹੋਇਆ ਸੀ ਉਦੋਂ ਵੀ ਮੇਰੇ ਘਰੇ ਏਸੀ ਸੀ ਠੀਕ ਹੈ ਮਲਮ 73 ਦੀ ਗੱਲ ਕਰਦਾ ਉਦੋਂ ਏਸੀ ਕਿਸੇ ਨੇ ਸੁਣਿਆ ਨਹੀਂ ਸੀ ਮੈਂ ਅੱਜ ਤੋਂ ਦੰਦਾ ਤਾਂ ਰਿਕਾਰਡ ਗੱਲ ਹੈ ਹੂੰ ਉਦੋਂ ਵੀ ਮੇਰੇ ਘਰੇ ਏਸੀ ਸੀ ਜਿੱਦਣ ਮੈਂ ਪੈਦਾ ਹੋਇਆ ਸੀ ਇਸ ਘਰ 'ਚ ਜਿੱਦਣ ਮੈਂ ਪੈਦਾ ਹੋਇਆ ਸੀ ਉਸ ਦਿਨ ਵੀ ਮੇਰੇ ਪਿਓ ਕੋਲ ਨਵੀਂ ਕਾਰ ਸੀ ਮੇਰੇ ਫਾਦਰ ਸਾਹਿਬ ਕੋਲ ਠੀਕ ਹੈ ਕੱਲਾ ਉਦੋਂ ਨਹੀਂ ਮੇਰੇ ਪ੍ਰਦਾਦੇ ਕੋਲ ਉਹ ਫਰਸਟ ਸਿੱਖ ਜੱਜ ਸੀ ਲਾਹੌਰ ਅੱਛਾ ਜੀ ਬਾਬਾ ਖੜਕ ਸਿੰਘ ਠੀਕ ਹੈ ਉਹਨਾਂ ਕੋਲ ਲਾਹੌਰ ਵੀ ਬਿਫੋਰ ਪਾਰਟੀਸ਼ਨ ਤੋਂ ਆਪਦੀ ਕਾਰ ਸੀ ਠੀਕ ਸੋ ਅਸੀਂ ਇੰਨੀ ਜਾਇਦਾਦ ਪਾਕਿਸਤਾਨ ਛੱਡ ਕੇ ਆਏ ਆ ਸਾਨੂੰ ਸਿਰਫ ਉਹਦਾ 45 ਪੈਸੇ ਸੰਭਲਿਆ ਬਾਕੀ ਸਾਡੀ ਜਾਦਤ ਖਰਾਬ ਹੋ ਗਈ ਹਮ ਕੱਟ ਲੱਗ ਗਿਆ ਸੀ ਇੱਥੇ ਠੀਕ ਹੈ ਸੋ ਇਸ ਕਰਕੇ ਗਵਾਇਆ ਬਣਾਇਆ ਸੋ ਕੋਈ ਕਾਰ ਕੋਈ ਏਸੀ ਕੋਈ ਮਤਲਬ ਦੇਖੋ ਇਹ ਤਾਂ ਹੁਣ ਮੈਨੂੰ ਪ੍ਰਮਾਤਮਾ ਨੇ ਦਿੱਤਾ ਮੇਰੇ ਕਰਮਾ ਚ ਲਿਖਿਆ ਉਸ ਘਰ ਪੈਦਾ ਕਰਤਾ ਹਮ ਠੀਕ ਹੈ ਮੇਰੇ 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 ਤਾਇਆ ਜੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਐਡਵੋਕੇਟ ਜਨਰਲ ਰਹੇ ਸਭ ਤੋਂ ਛੋਟੀ ਉਮਰ ਦੇ ਹਾਈ ਕੋਰਟ ਦੇ ਜੱਜ ਰਹੇ ਮੇਰੇ ਫਾਦਰ ਐਮ.ਐਲ.ਏ ਰਹੇ ਬਲੰਡ ਇੰਡੀਪੈਂਡੈਂਟ ਜਿੱਤੇ ਮੇਰੇ ਮਦਰ ਰਹੇ ਮੇਰੇ ਮੇਰੇ ਦਾਦਾ ਜੀ ਜੁਆਇੰਟ ਅਸੈਂਬਲੀ ਜਿਹੜੀ ਸੀ ਪਾਕਿਸਤਾਨ ਦੀ ਤੇ ਪੰਜਾਬ ਜਿਹੜੀ ਜੁਆਇੰਟ ਅਸੈਂਬਲੀ ਸੀ ਉਹਦੇ ਮੈਂਬਰ ਰਹੇ ਸੋ ਮੈਂ ਆਪਦੀ ਜਨਰੇਸ਼ਨ ਵਿੱਚ ਚੌਥਾ ਹਾਂ ਪੀੜੀ ਚ ਇਸ ਅਸੈਂਬਲੀ ਚ ਐਂਟਰ ਕਰਨ ਵਾਲਾ ਠੀਕ ਹੈ ਮੇਰੇ ਦਾਦਾ ਜੀ ਮੇਰੇ ਫਾਦਰ ਮੇਰੇ ਮਦਰ ਤੇ ਮੈਂ ਚੌਥਾ ਬੰਦਾ ਠੀਕ ਹੈ ਸੋ ਬੜੀ ਕਿਰਪਾ ਸੰਗਤ ਦੀ ਬੜੀ ਕਿਰਪਾ ਉਸ ਪ੍ਰਮਾਤਮਾ ਦੀ ਠੀਕ ਹੈ ਹਾਂ ਮੈਂ ਅੱਜ ਫੇਰ ਕਹਿੰਦਾ ਅਸੀਂ ਆਪ ਦਾ ਦੇਖੋ ਇਲੈਕਸ਼ਨਾਂ 'ਚ ਬਹੁਤ ਵੱਡੇ ਖਰਚੇ ਹਾਲਾਤ ਇਹ ਆ ਗਏ ਅੱਜ ਮੈਂ ਸੱਚੀ ਗੱਲ ਕਹਿਣਾ ਚਾਹੁੰਦਾ ਸਿੱਧੂ ਸਾਹਿਬ ਕਿਸੇ ਨਾਲ ਮਰਜ਼ੀ ਮੇਰੇ ਨਾਲ ਬਾ ਕੇ ਬਹਿਸ ਕਰਾ ਦਿਓ ਦੋ ਕਿਸਮ ਦੇ ਪੋਲਿਟਿਸ਼ੀਅਨ ਖਰਚਾ ਪੋਲਿਟਿਕਸ ਤੇ ਇੰਨਾ ਹੋਣ ਲੱਗ ਪਿਆ ਖਰਚਾ ਕਾਤੇ ਹੁੰਦਾ ਇਲੈਕਸ਼ਨਾਂ ਤੇ ਹੁੰਦਾ ਕੌਣ ਕਰਾਉਂਦਾ ਲੋਕ ਕਰਾਉਂਦੇ ਦੇਖੋ ਹੁਣ ਗੱਲ ਫੈਕਚੁਅਲ ਗੱਲ ਤੇ ਆਈਏ ਜਿਹੜੀ ਸਹੀ ਗੱਲ ਹੈ ਜਿਹਨੂੰ ਫੇਸ ਕਰਨਾ ਚਾਹੀਦਾ ਆਪਾਂ ਨੂੰ ਲੋਕ ਕਰਾਉਂਦੇ ਆ ਹੁਣ ਦੋ ਕਿਸਮ ਦੇ ਪੋਲੀਟੀਸ਼ਨ ਹੋ ਸਕਦੇ ਜਾਂ ਤਾਂ ਉਹ ਸੱਜਣ ਜਿਹੜੇ ਵੀ ਆਪ ਦੇ کاروبارਾਂ ਚ ਕਮਾਉਣ ਦੇ ਨਾਲ ਇਲੈਕਸ਼ਨਾਂ ਤੇ ਖਰਚਾ ਕਰਨ ਲੋਕਾਂ ਦੀਆਂ ਜੇਬਾਂ ਮੰਨੀ ਨਾ ਝਾਕਣ ਤੇ ਜਾਂ ਉਹ ਪੋਲੀਟੀਸ਼ਨ ਜਿਹੜੇ ਖਰਚਾ ਕਰਨ ਮੁੜ ਕੇ ਲੋਕਾਂ ਦੀ ਜੇਬਾਂ ਕੱਟਣ ਦੇਖੋ ਅਕਸਰ ਅਗਲੇ ਨੇ ਪੂਰਾ ਤਾਂ ਕਰਨਾ ਨਾ ਗਾਂਹ ਇਲੈਕਸ਼ਨ ਵਾਸਤੇ ਕਰਨਾ ਦੋ ਹੀ ਤਰੀਕੇ ਆ ਬਿਲਕੁਲ ਤੀਜਾ ਤਰੀਕਾ ਹੀ ਕੋਈ ਨਹੀਂ ਜਾਂ ਦਾ ਤੁਸੀਂ ਠੱਗੀਆਂ ਚੋਰੀਆਂ ਮਾਰੋ ਤੇ ਜਾਂ ਤੁਸੀਂ ਅਫਸਰਾਂ ਤੋਂ ਰਿਸ਼ਵਤਾਂ ਲਾਓ ਤੇ ਜਾਂ ਤੁਸੀਂ ਲੋਕਾਂ ਦੀ ਜਿਬਾਂ ਕਟੋ ਹੂੰ ਠੀਕ ਹੈ ਤੇ ਆਪ ਇਲੈਕਸ਼ਨ ਦਾ ਖਰਚਾ ਕਰੋ ਜਾਂ ਤੁਸੀਂ ਆਪ ਦਾ ਕਾਰੋਬਾਰ ਕਰੋ ਆਪ ਦੀ ਕਮਾਈ ਕਰੋ ਆਪ ਦੇ ਬੱਚਿਆਂ ਦੀ ਮੂਹ ਜੋ ਕੱਢ ਕੇ ਤੇ ਤੁਸੀਂ ਇਲੈਕਸ਼ਨ ਲੜੋ ਹੂੰ ਐਕਚੁਅਲੀ ਮੈਂ ਦਿਲ ਦੀ ਗੱਲ ਦੱਸਾਂ ਅੱਜ ਮੈਂ ਕਈ ਵਾਰੀ ਮਹਿਸੂਸ ਕਰਦਾ ਹਾਂ ਕਿ ਹੁਣ ਹੁਣ ਸਮਾਂ ਨਹੀਂ ਰਹਿ ਗਿਆ ਇਲੈਕਸ਼ਨ ਲੜਨ ਦਾ ਮੈਂ ਦਿਲ ਦੀ ਗੱਲ ਦੱਸਦਾ ਠੀਕ ਹੈ ਕਿਉਂਕਿ ਪੰਜਾਬ ਦੇ ਲੋਕ ਬੜੇ ਕਨਫਿਊਜ਼ ਹੈ ਹਮ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਮ ਐਲ ਏ ਐਮ ਪੀ ਤੋਂ ਉਹਨਾਂ ਨੂੰ ਕੀ ਚਾਹੀਦਾ ਮੈਂ ਤੁਹਾਨੂੰ ਇਹ ਗੱਲ ਇਹ ਅੱਜ ਮੈਂ ਔਨ ਰਿਕਾਰਡ ਕਹਿਣਾ ਚਾਹੁੰਦਾ ਪਹਿਲਾਂ ਤਾਂ ਲੋਕ ਮਨ ਬਣਾਉਣ ਕਿਉਂ ਚਾਹੁੰਦੇ ਕੀ ਹੈ ਗੱਲਾਂ ਸੁਣਨੀਆਂ ਚਾਹੁੰਦੇ ਆ ਚੁਟਕਲੇ ਸੁਣਨਾ ਚਾਹੁੰਦੇ ਆ ਗੱਪਾਂ ਸੁਣਨੀਆਂ ਚਾਹੁੰਦੇ ਆ ਕੀ ਚਾਹੁੰਦੇ ਡਵੈਲਪਮੈਂਟ ਦੇ ਕੰਮ ਚਾਉਂਦੇ ਆ ਇੱਕ ਚੰਗਾ ਬੰਦਾ ਜਿਹੜਾ ਉਹਨਾਂ ਨੂੰ ਦੱਸ ਦੇਵੇ ਕਿ ਆ ਕੰਮ ਹੋ ਜੂ ਆ ਨਹੀਂ ਹੋਣਾ ਨਾ ਧੱਕੇ ਖਾਓ ਆ ਕਾਨੂੰਨੀ ਤੌਰ ਤੇ ਠੋਡਾ ਹੋ ਜੂ ਜਾਂ ਚਲੋ ਹਰੇਕ ਦੀ ਮਦਦ ਕਰਨ ਵਾਲਾ ਇਨਸਾਨ ਚਾਹੀਦਾ ਪਹਿਲਾਂ ਤਾਂ ਪੰਜਾਬ ਦੇ ਲੋਕੇ ਮਨ ਬਣਾਓ ਉਹ ਚਾਹੁੰਦੇ ਕੀ ਹੈ ਮੈਂ ਤਾਂ ਕਈ ਵਾਰੀ ਸੋਚਦਾ ਹੁੰਨਾ ਕਿ ਹੁਣ ਇਹ ਜਿਹੜੇ ਤੁਸੀਂ ਗੱਲ ਕਹਿੰਨੇ ਹੋ ਇਹ ਹੁਣ ਇਸ ਕੰਮ ਚ ਅੱਜ ਕੋਈ ਨਹੀਂ ਰਹਿ ਗਿਆ ਪਰ ਹੁਣ ਮਜਬੂਰੀ ਹੈ ਸਾਡੇ ਨਾਲ ਸਦੀਆਂ ਤੋਂ ਇੰਨੇ ਲੋਕ ਜੁੜੇ ਆ ਪਰਿਵਾਰਕ ਤੌਰ ਤੇ ਵੇਖੋ ਮੈਂ ਵਾਅਦਾ ਬੰਦਾ ਹਾਂ ਮੈਂ ਅੱਜ ਕਹਿਣਾ ਚਾਹੁੰਨਾ ਮੈਂ ਧੰਨਵਾਦੀ ਆ ਪਰਮਾਤਮਾ ਦਾ ਤੇ ਖਾਸ ਕਰਕੇ ਸੰਗਤ ਦਾ ਫਰੀਦਕੋਟ ਇਲਾਕੇ ਦੀ ਦਾ ਜ਼ਿਲ੍ਹੇ ਦੀ ਦਾ ਮੈਂ ਵਾਅਦਾ ਬੰਦਾ ਹਾਂ ਜਿੰਨੇ ਪਾਰਟੀਆਂ ਬਦਲੀਆਂ ਪਰ ਮੈਕਸਿਮਮ ਬੰਦੇ ਮੇਰੇ ਨਾਲ ਪਾਰਟੀ ਬਦਲ ਕੇ ਆਏ ਅੱਜ ਵੀ ਖੜੇ ਆ ਉਹ ਮੇਰੇ ਪਰਿਵਾਰ ਦੇ ਕੰਮਾ ਕਰਕੇ ਮੇਰੇ ਹੀ ਸੋਚ ਕਰਕੇ ਮੇਰੇ ਕੰਮ ਕਰ ਮੈਂ ਬਾਦ ਬੰਦਾ ਤੇ ਮੈਂ ਉਹਨਾਂ ਦਾ ਧੰਨਵਾਦੀ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਉਹ ਸਾਰੇ ਮੇਰੇ ਸੱਜਣਾ ਦਾ ਮੇਰੇ ਬਜ਼ੁਰਗਾਂ ਦਾ ਪਰ ਉਹ ਕਿਉਂ ਹੈ ਜੀ ਕਿਉਂਕਿ ਬੰਨ ਬਣਾਉਣਾ ਪਊਗਾ ਹੂੰ ਕਈ ਵਾਰ ਸੋਚੀਦਾ ਹੁਣ ਫਿਰ ਸੋਚੀਦਾ ਜੇ ਛੱਡਤਾ ਯਾਰ ਉਹ ਕਿੱਥੇ ਜਾਣਗੇ ਵਿਚਾਰੇ ਹੂੰ ਕਈ ਵਾਰ ਬੜਾ ਜੀ ਕਰਦਾ ਕਿ ਯਾਰ ਹੁਣ ਰਹਿ ਕੀ ਗਿਆ ਸੀ ਜਿਹੜਾ ਵੱਡੀ ਗੱਪ ਮਾਰਦਾ ਕੰਮ ਕੋਈ ਕਰਦਾ ਨਹੀਂ ਜਿਹੜਾ ਵੱਡੇ ਚੁਟਕਲੇ ਸੁਣਾਉਂਦਾ ਹੁਣ ਦੇਖੋ ਮੇਰੀ ਆਦਤ ਹੈ ਮੈਂ ਜੇ 100 ਕੰਮ ਕਰੂੰਗਾ ਤਾਂ ਮੈਂ ਸਿਰਫ 50 ਗਿਣਾਉਂਗਾ ਇਹ ਮੇਰੀ ਸੋਚ ਹੈ ਮੈਨੂੰ ਐ ਸਿਖਾਇਆ ਗਿਆ ਕਿ ਗੱਲ ਘੱਟ ਕਰਨੀ ਹੈ ਕੰਮ ਵੱਧ ਕਰਨਾ ਅੱਜ ਕੱਲ੍ਹ ਸਮਾਂ ਇਹ ਆ ਗਿਆ ਕਿ ਅਗਲਾ ਕੰਮ ਇੱਕ ਕਰਦਾ ਗਿਣਾਉਂਦਾ 100 ਆ ਚੁਟਕਲੇ ਸੁਣਾਉਂਦਾ ਇੱਕ ਦੂਜੇ ਨੁਕਤਾਚੀਨੀ ਕਰਦੇ ਆ ਕਿ ਦੂਜੇ ਨੂੰ ਮਾੜਾ ਬੋਲਦੇ ਆ ਅੱਜ ਕੱਲ੍ਹ ਜ਼ਮਾਨਾ ਇਹ ਆ ਗਿਆ ਸਾਡੀ ਆਦਤ ਤਾਂ ਕਿਸੇ ਬਾਰੇ ਕਹਿਣੇ ਨਹੀਂ ਆਪਦੀ ਗੱਲ ਕਰਨੀ ਆਪ ਦੇ ਕੰਮ ਦਿਖਾਉਣੇ ਆ ਆਪਦੀ ਸੋਚ ਦੱਸਣੀ ਹੈ ਸੋ ਇਸ ਕਰਕੇ ਅੱਜ ਕਈ ਵਾਰ ਜੀ ਕਰਦਾ ਕਿ ਯਾਰ ਖੜਾ ਛਡਾਈਏ ਫਿਰ ਸੋਚੀਦਾ ਕਿ ਜੇ ਅੱਜ ਭੱਜ ਗਏ ਲੋਕ ਕਹਿਣਗੇ ਪਤਾ ਨਹੀਂ ਡਰਦੇ ਅਜਾ ਹੁਣ ਸਮਾਂ ਇਹ ਆ ਗਿਆ ਕਿ ਜੇ ਅੱਜ ਭੱਜਦੇ ਆਗਲੇ ਕਹਿਣਗੇ ਭਗਵੰਤ ਮਾਨ ਤੋਂ ਡਰਦੀ ਭੱਜ ਗਏ ਉਹ ਕਹਿੰਦਾ ਨਾ ਕਿ ਕਈ ਵਾਰੀ ਆਪ ਤਾਂ ਜੀ ਕਰ ਦਿੰਦਾ ਪਰ ਉਹ ਕਹਿੰਦਾ ਨਾ ਫਿਰ ਕਈ ਕਾਰਨਾ ਕਰਕੇ ਨਿਭਾਉਣੀ ਪੈਂਦੀ ਹੈ ਕਿ ਫਿਰ ਆੜ ਕੇ ਖੜਨਾ ਪੈਂਦਾ ਕੋਈ ਨਹੀਂ ਯਾਰ ਐਂ ਤਾਂ ਆਏ ਸੀ ਸੋ ਇਸ ਕਰਕੇ ਆ ਹਾਲਾਤ ਨੇ ਬਾਕੀ ਮੈਂ ਤਾਂ ਫਿਰ ਤੋਂ ਤੁਹਾਡੇ ਰਾਂ ਹੀ ਕਹਿਣਾ ਚਾਹੁੰਨਾ ਕਿ ਸਮਝਿਆ ਜਾਵੇ ਕਿ ਹੋਜੇ ਬੰਦੇ ਚਾਹੀਦੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਨ ਮੈਨੂੰ ਬੜੀ ਦਿਲੋਂ ਅਫਸੋਸ ਹੈ ਜਿਹੜੇ ਅੱਜ ਸਾਡੇ ਸਿਆਸੀ ਬੰਦਿਆਂ ਦੇ ਕਿਰਦਾਰ ਵੀ ਹੈ ਇਧਰੋਂ ਟਿਕਟ ਨਹੀਂ ਮਿਲੀ ਉਧਰ ਭੱਜ ਗਿਆ ਉਧਰੋਂ ਟਿਕਟ ਨਹੀਂ ਮਿਲੀ ਉਧਰ ਭੱਜ ਗਿਆ ਉਧਰੋਂ ਟਿਕਟ ਨਹੀਂ ਮਿਲੀ ਉਧਰੋਂ ਭੱਜ ਮੈਂ ਪਾਰਟੀ ਬਦਲੀ ਟਿਕਟ ਪਿੱਛੇ ਨਹੀਂ ਬਦਲੀ ਸਾਰੇ ਪੰਜਾਬ ਨੂੰ ਪਤਾ ਸੀ ਕਿ ਮੇਰਾ ਸੁਖਵੀਰ ਸਿੰਘ ਬਾਦਲ ਨਾਲ ਫਰਕ ਹੈ ਸਾਰੇ ਪੰਜਾਬ ਨੂੰ ਪਤਾ ਸੀ ਕਿ ਮੈਂ ਉਸ ਪਾਰਟੀ 'ਚ ਰਹਿ ਨਹੀਂ ਸਕਦਾ ਕਿਉਂਕਿ ਉਹ ਤੇ ਸੁਖਵੀਰ ਸਿੰਘ ਬਾਦਲ ਆਲ ਇਨ ਆਲਸ ਹੂੰ ਉੱਥੇ ਗੁਜ਼ਾਰਾ ਹੀ ਨਹੀਂ ਸੀ ਠੀਕ ਹੈ ਟਿਕਟਾਂ ਮੈਨੂੰ 2012 'ਚ ਮਿਲੀ ਮੈਂ ਅੱਜ ਫੇਰ ਤੁਹਾਨੂੰ ਐ ਨਵੀਂ ਗੱਲ ਸੁਣਾਉਣਾ ਸੀ ਜੀ 2012 ਜਦੋਂ ਕਾਂਗਰਸ ਨੇ ਮੈਨੂੰ ਟਿਕਟ ਨਹੀਂ ਦਿੱਤੀ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਐਨਾ ਜ਼ੋਰ ਲਾਇਆ ਮੈਨੂੰ ਕੀ ਕਾਕਾ ਦੁਸ ਇਲੈਕਸ਼ਨ ਲੜੋ ਤੇ ਟਿੱਕ ਲੈਣੋ ਮਗਨੇ ਹੋਣੀ ਤੇ ਨਹੀਂ ਲੜੀ ਫਿਰ ਕੀ ਹੋ ਗਿਆ 2012 ਚ ਕੀ ਕੀ ਮੜਾ ਹੋ ਗਿਆ ਤਿੰਨ ਵਾਰੀ ਬਣ ਜੋ ਤੇ ਚਾਰ ਵਾਰੀ ਬਣ ਜੋ ਫਿਰ ਕੀ ਕੰਦ ਢਾ ਦਿਓਗੇ ਗੱਲ ਤਾਂ ਬੇਸਿਕਲੀ ਸੰਤੁਸ਼ਟੀ ਦੀ ਹੈ ਭਾਵੇਂ 10 ਵਾਰੀ ਬਣ ਜੋ ਬਿਲਕੁਲ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਸਬਰ ਤੇ ਖਾਸ ਕਰਕੇ ਮੈਂ ਸੰਗਤ ਨੂੰ ਕਹਿਣਾ ਚਾਹੁੰਨਾ ਪੰਜਾਬ ਦੀਨੂ ਤੇ ਫਰੀਦ ਕੋਟ ਵਾਲਕੇ ਦੀਨੂ ਥੋੜੇ ਜੇ ਲੋਕਾਂ ਦੇ ਕਰਦਾਰਾਂ ਵੰਨੀ ਨਿਗਾਹ ਮਾਰੋ ਲੋਕਾਂ ਦੇ ਕਿਤੇ ਕੰਮਾਂ ਵੰਨੀ ਨਿਗਾਹ ਮਾਰੋ ਕੱਲੇ ਚੁਟਕਲਿਆਂ ਚ ਲੱਛੇਦਾਰ ਭਾਸ਼ਣਾਚ ਸਟੇਜ ਦੇ ਜਿਹੜੇ ਧਨੀ ਆ ਉਹਨਾਂ ਦੀਆਂ ਗੱਲਾਂ ਚ ਨਾਓ ਇੱਕ ਗੱਲ ਯਾਦ ਰੱਖਿਓ ਜਿਹੜੇ ਸਟੇਜਾਂ ਦੇ ਬਹੁਤ ਵੱਡੀਆਂ ਗੱਲਾਂ ਕਰਦੇ ਆ ਹੱਥ ਚੱਕ ਚੱਕ ਕੇ ਭਾਸ਼ਣ ਦਿੰਦੇ ਆ ਬਹੁਤ ਸਵਾਦ ਨਾਲ ਗੱਲਾਂ ਕਰਦੇ ਆ ਚੁਟਕਲੇ ਸੁਣਾਉਂਦੇ ਆ ਉਨਾ ਜੋ ਨਿਕਲਦਾ ਅਖੀਰ ਚ ਕੁਝ ਨਹੀਂ ਹੁੰਦਾ ਇਹ ਮੇਰਾ ਵੀ ਤਜਰਬਾ ਪਿਛਲੇ 20-25 ਸਾਲਾਂ ਜੀ ਬੇਸਿਕਲੀ ਹਮੇਸ਼ਾ ਬੰਦਾ ਉਹੀ ਦੂਜੇ ਦਾ ਮਜ਼ਾਕ ਉਡਾ ਸਕਦਾ ਦੂਜੇ ਨੂੰ ਮਾੜਾ ਕਹਿ ਸਕਦਾ ਜਿਹੜਾ ਆਪ ਅੰਦਰੋਂ ਹਲ ਹੋਵੇ ਜਿਹੜਾ ਇੱਜ਼ਤਦਾਰ ਬੰਦਾ ਨਾ ਉਹ ਇਕਵਾਵੇ ਤੇ ਨਾ ਉਹ ਇਕਵੇ ਕਿਸੇ ਨੂੰ ਜੀ ਸੋ ਮੇਰੀ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਚੰਗੇ ਬੰਦੇ ਮੂਰੇ ਲੈ ਕੇ ਆਓ ਕੰਮ ਕਮਾਂ ਵਾਸਤੇ ਲੈ ਕੇ ਆਓ ਫਰਜ਼ ਸਮਝੋ ਕਿ ਐਮਪੀ ਦਾ ਕੀ ਫਰਜ਼ ਹੈ ਤੇ ਉਹਦੇ ਵਾਸਤੇ ਕੈਂਡੀਡੇਟ ਚੁਣੋ ਜੀ ਬਾਬਾ ਧੰਵਾਦ ਤੁਹਾਨੂੰ ਸਾਰਾ ਥੈਂਕ ਯੂ ਜੀ ਥੈਂਕ ਯੂ ਤਾਂ ਗੱਲਬਾਤ ਕੀਤੀ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਤਾਂ ਉਹਨਾਂ ਨੇ ਆਪਣਾ ਕਾਂਗਰਸ ਪਾਰਟੀ ਵੱਲੋਂ ਪੱਖ ਬੜੀ ਬੇਵਾਕੀ ਨਾਲ ਰੱਖਿਆ ਉਹਨਾਂ ਨੇ ਕਿਹਾ ਕਿ ਜਿਹੜੇ ਪਹਿਲਾਂ ਤਾਂ ਦੇਸ਼ ਪੱਧਰ ਤੇ ਗੱਲ ਕੀਤੀ ਕਿ ਜੇ ਇਲੈਕਸ਼ਨ ਇਹ ਬਹੁਤ ਜ਼ਰੂਰੀ ਹੈ ਸੰਵਿਧਾਨ ਬਚਾਉਣ ਲਈ ਦੇਸ਼ ਬਚਾਉਣ ਲਈ ਫਿਰ ਪੰਜਾਬ 'ਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਕਿ ਜੇਕਰ ਕੇਂਦਰ ਸਰਕਾਰ ਕੇਂਦਰ ਦੇ ਵਿੱਚ ਆਪੋਜੀਸ਼ਨ ਦਾ ਧੱਕਾ ਕਰ ਰਹੀ ਹੈ ਆਪਣੇ ਜਿੰਨੇ ਵੀ ਸੰਸਾਧਨਾਂ ਉਹਨਾਂ ਦੀ ਦੁਰਵਰਤੋਂ ਕਰਕੇ ਅਵਿਰੋਧੀਆਂ ਨੂੰ ਦਬਾਉਣ ਤੇ ਲੱਗੀ ਹੈ ਤਾਂ ਉਵੇਂ ਹੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਿੱਜੀ ਖੁੰਦਕਾ ਨਿੱਜੀ ਕਿੜਾ ਕੱਢਣ ਤੇ ਲੱਗੀ ਹੋਈ ਆ ਉਸੇ ਤਰੀਕੇ ਦੇ ਸਾਧਨਾਂ ਨੂੰ ਵਰਤ ਕੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਕਿ ਉਹਨਾਂ ਨੇ ਚੁਣਨਾ ਕੀ ਹੈ ਉਹਨਾਂ ਨੇ ਹਾਸੇ ਠੱਠੇ ਵਾਲੇ ਚੁਟਕਲਿਆਂ ਵਾਲੇ ਜਾਂ ਵਾਕਿ ਸੰਜੀਤ ਦਾ ਸਿਆਸਤਦਾਨ ਚਾਣਨੇ ਆ ਇਹ ਹੁਣ ਹੱਥ ਹੈ ਪੰਜਾਬ ਦੇ ਫਰੀਦਕੋਟ ਲੋਕ ਸਭਾ ਨੂੰ ਲੈ ਕੇ ਵੀ ਗੱਲਬਾਤ ਹੋਈ ਉਮੀਦ ਆ ਤੁਹਾਨੂੰ ਇਹ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਐਂਟਰੀ ਉਹ ਦੇਖਦੇ ਰਹੋ ਲੋਕ ਵਾਈਟੀ